ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮਿੰਦ ਯੂਐਸਸੀ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ ਹਾਂ ਜੀ ਪੰਜਾਬ ਮੇਲ ਯੂਐਸਸੀ ਟੀਵੀ ਚੈਨਲ ਦੇ ਪਿਆਰੇ ਦਰਸ਼ਕੋ ਨਿੱਗੀ ਜੀ ਆਨੂ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਫੋਕਸ ਵਿੱਚ ਅਸੀਂ ਉਹ ਮੁੱਦੇ ਲੈਨੇ ਆ ਜਿਹੜੇ ਪੰਜਾਬ ਦੇ ਨਾਲ ਦੋ ਚਾਰ ਦਿਨਾਂ ਤੋਂ ਅਸੀਂ ਆ ਜਾਣੂ ਹੁੰਦੇ ਆ ਤੇ ਉਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਉਹ ਸਾਡੇ ਤੱਕ ਪਹੁੰਚਣ ਔਰ ਉਹ ਸਾਰੀਆਂ ਗੱਲਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮੇਰੇ ਨਾਲ ਬੈਠੇ ਨੇ ਸੰਜੀਵ ਜਸਖੰਨਾ ਜੀ ਔਰ ਮੈਂ ਇਹਨਾਂ ਨੂੰ ਗੁਜਾਰਿਸ਼ ਕਰੂੰਗਾ ਕਿ ਉਹ ਮੋਦੀਲੈਂਡ ਕਿ ਜਿਹੜੇ ਪੰਜਾਬ ਵਿੱਚ ਵਾਪਰੇ ਨੇ ਜਾਂ ਵਾਪਰਨ ਜਾ ਰਹੇ ਨੇ ਉਹ ਕਿਆ ਸਰਾਈਆਂ ਲੋਕਾਂ ਦੇ ਮਨਾਂ ਵਿੱਚ ਨੇ ਤਾਂ ਅਸੀਂ ਸਾਰੀਆਂ ਤੁਹਾਡੇ ਤੱਕ ਪਹੁੰਚਾਉਨੇ ਆ ਇਸ ਜਾਣਕਾਰੀ ਨਾਲ ਜੀ ਬਲਕਰ ਜੀ ਸਭ ਤੋਂ ਪਹਿਲਾਂ ਤਾਂ ਅੱਜ ਟੀਚਰਸ ਡੇ ਹੈ ਅਧਿਆਪਕ ਦਿਵਸ ਹੈ ਜੀ ਤੇ ਅਸੀਂ ਉਹ ਮਨਾ ਰਹੇ ਹਾਂ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਤਾਂ ਸਭ ਤੋਂ ਪਹਿਲਾਂ ਤਾਂ ਅਧਿਆਪਕ ਦਿਵਸ ਦੀਆਂ ਮੁਬਾਰਕ ਬਾਤਾਂ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਤਿਆਰ ਕਰਨਾ ਅਧਿਆਪਕ ਦਾ ਕੰਮ ਹੈ ਗੁਰਬਾਣੀ 'ਚ ਕਹਿੰਦੇ ਨੇ ਪ੍ਰਥਮ ਗੁਰੂ ਮਾਤਾ ਯਾਨੀ ਕਿ ਮਾਤਾ ਵੀ ਅਧਿਆਪਕ ਹੈ ਮਾਤਾ ਵੀ ਗੁਰੂ ਹੈ ਮਾਤਾ ਪਿਤਾ ਘਰ ਤੋਂ ਜਿਹੜੇ ਸੰਸਕਾਰ ਦਿੰਦੇ ਨੇ ਉਹੀ ਸੰਸਕਾਰ ਬੱਚਾ ਲੈ ਕੇ ਸਮਾਜ ਵਿੱਚ ਆਂਦਾ ਫਿਰ ਸਕੂਲ ਕਾਲਜ ਯੂਨੀਵਰਸਿਟੀਆਂ ਤੋਂ ਪੜਦਾ ਹੋਇਆ ਕਿਸੇ ਕਾਬਿਲ ਇਨਸਾਨ ਦੇ ਤੌਰ ਤੇ ਸਮਾਜ ਦੇ ਵਿੱਚ ਕੰਮ ਕਰਦਾ ਹੈ ਹਾਂਜੀ ਪੰਜਾਬ ਮੇਲ ਯੂਨੀਵਰਸਿਟੀ ਵੀ ਦੇ ਸਾਰੇ ਦਰਸ਼ਕਾਂ ਨੂੰ ਅੱਜ ਟੀਚਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਇਹ ਅੰਤਰਰਾਸ਼ਟਰੀ ਤੌਰ ਤੇ ਟੀਚਰ ਡੇ ਮਨਾਇਆ ਜਾ ਰਿਹਾ ਔਰ ਇਹਨੂੰ ਮਨਾਉਣ ਲਈ ਇਹਦੇ ਵਿੱਚ ਅਧਿਆਪਕ ਵੀ ਨੇ ਦੇ ਵਿਦਿਆਰਥੀ ਵੀ ਕਿਉਂਕਿ ਨਾ ਤਾਂ ਆਪਸੀ ਰਿਸ਼ਤਾ ਜੜਾ ਗੁਰੂ ਚੇਲੇ ਵਾਲਾ ਰਿਸ਼ਤਾ ਦਾ ਔਰ ਇਸ ਨੂੰ ਫਿਰ ਬਰਕਰਾਰ ਰੱਖਣ ਲਈ ਇਸ ਦਿਨ ਨੂੰ ਖਾਸ ਤੌਰ ਤੇ ਮਨਾਇਆ ਜਾਂਦਾ ਜਿਸ ਵਿੱਚ ਮਾਪੇ ਵੀ ਆਉਂਦੇ ਨੇ ਟੀਚਰ ਵੀ ਆ ਔਰ ਖਾਸ ਤੌਰ ਤੇ ਜਿਹੜੇ ਵਿਦਿਆਰਥੀ ਨੇ ਆਪਣੇ ਅਧਿਆਪਕਾਂ ਨੂੰ ਬੜੇ ਅੱਛੇ ਤੋਹਫੇ ਦਿੰਦੇ ਆ ਔਰ ਉਹਨਾਂ ਨੂੰ ਕਈ ਤਰ੍ਹਾਂ ਦੇ ਲੈਟਰ ਵੀ ਲਿਖਦੇ ਆ ਮੈਸੇਜ ਵੀ ਭੇਜਦੇ ਆ ਇਹ ਸੋਸ਼ਲ ਮੀਡੀਆ ਤੇ ਵੀ ਇਹ ਪ੍ਰਕਿਰਿਆ ਜਾਰੀ ਰਹਿੰਦੀ ਹੈ ਖਾਸ ਤੌਰ ਤੇ ਇਹ ਦਿਨ ਸਰਪਲੀ ਡਾਕਟਰ ਰਾਧਾਕ੍ਰਿਸ਼ਨ ਦੇ ਉਸ ਦਿਨ ਨੂੰ ਉਹਨਾਂ ਨੂੰ ਸਮਰਪਿਤ ਕੀਤਾ ਜਾਂਦਾ ਕਿਉਂਕਿ ਉਹ ਇਸ ਦੇ ਇਸ ਦੇ ਫਾਊਂਡੇਸ਼ਨ ਕੀਤੀ ਉਹਨਾਂ ਨੇ ਉਹ ਇਸ ਦੀ ਮੁੱਢਲੇ ਰੂਪ ਵਿੱਚ ਉਹਨਾਂ ਨੇ ਰੂਪਰੇਖਾ ਤਿਆਰ ਕੀਤੀ ਪੂਰੇ ਹਿੰਦੁਸਤਾਨ ਵਿੱਚ ਉਹਨਾਂ ਦੇ ਨਾਂ ਤੇ ਜਾਣਿਆ ਜਾਂਦਾ ਹੈ ਬਿਲਕੁਲ ਅੱਜ ਦੇ ਦਿਨ 1888 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ ਉਹਨਾਂ ਦੀ ਯਾਦਗਾਰ ਦੇ ਵਿੱਚ ਇਹ ਦਿਨ ਬਣਾਇਆ ਜਾਂਦਾ ਹੈ ਡਾਕਟਰ ਸਰਪਲੀ ਰਾਧਾਕ੍ਰਿਸ਼ਨ ਭਾਰਤ ਦੇ ਰਾਸ਼ਟਰਪਤੀ ਰਹਿ ਚੁੱਕੇ ਨੇ ਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਭ ਨੂੰ ਵਧਾਈ ਦਿੱਤੀ ਹੈ ਤੇ ਪੰਜਾਬ ਸਰਕਾਰ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਕਿ ਟੀਚਰਸ ਦੇ ਜਿਹੜੇ ਘਾਰਟ ਹੈ ਸਕੂਲਾਂ ਦੇ ਵਿੱਚ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਤੇ ਵਿਜ਼ਿਟਿੰਗ ਫੈਕਲਟੀਜ਼ ਨੂੰ ਲਿਆਂਦਾ ਜਾਵੇ ਜਿਨ੍ਹਾਂ ਨੇ 18 ਤੋਂ 20 ਸਾਲ ਤੋਂ ਕੰਮ ਕਰਦੇ ਪਏ ਨੇ ਤੇ ਨਵਾਂ ਪੇ ਕਮਿਸ਼ਨ ਸੱਤਵਾਂ ਪੇ ਕਮਿਸ਼ਨ ਵੀ ਲਾਗੂ ਕੀਤਾ ਜਾਵੇ ਔਰ ਇਹ ਸਾਰੀਆਂ ਗੱਲਾਂ ਦੇ ਮੱਦੇ ਨਜ਼ਰ ਕਾਫੀ ਚੰਗੀ ਪਹਿਲ ਕਦਮੀ ਪੰਜਾਬ ਸਰਕਾਰ ਵੱਲੋਂ ਵੀ ਹੋ ਰਹੀ ਹੈ ਇਸ ਦਿਨ ਦੇ ਉੱਤੇ ਔਰ ਇਸਦੇ ਵੀ ਸਭ ਨੂੰ ਵਧਾਈ ਇਹ ਗੱਲ ਅੱਛੀ ਹੈ ਜਿਹੜੀ ਤੁਸੀਂ ਕਹੀ ਹੈ ਕਿ ਅਧਿਆਪਕਾਂ ਨੂੰ ਜਿਹੜਾ 7ਵੇਂ ਪੀਕ ਕਮਿਸ਼ਨਰ ਮਿਲ ਰਿਹਾ ਕਿਉਂਕਿ ਇਹ ਸੈਂਟਰ ਨੂੰ ਫਾਲੋ ਕਰਦੇ ਆ ਸੈਂਟਰ ਦੇ ਜਿਹਨੇ ਕਰਮਚਾਰੀ ਲੈ ਚੁੱਕੇ ਆ ਔਰ ਪੰਜਾਬ ਦੇ ਨੂੰ ਇਹ ਫਾਲੋ ਕਰਕੇ ਮਿਲ ਰਿਹਾ ਔਰ ਦੂਜੀ ਗੱਲ ਹੈਗੀ ਕਿ ਜਿਹੜਾ ਜਿਹੜੀ ਮਾਨ ਸਰਕਾਰ ਨੇ ਨਵਾਂ ਜਿਹੜਾ ਹੁਣ ਇੱਕ ਫੈਸਲਾ ਲਿਆ ਜਿਸ ਦੇ ਵਿੱਚ ਇੱਕ ਤਾਂ ਟੀਚਰ ਜਿਹੜੇ ਉਹਨਾਂ ਨੇ ਬਾਰਲੇਡੀਸ਼ਾਂ ਵਿੱਚ ਭੇਜੇ ਆ ਐਜੂਕੇਸ਼ਨ ਲੈਣ ਲਈ ਉੱਥੋਂ ਦੇ ਮੈਥਡ ਐਜੂਕੇਸ਼ਨ ਦੇ ਮੈਥਡ ਸਿੱਖਣ ਲਈ ਲਰਨਿੰਗ ਕਰਨ ਲਈ ਪਹੁੰਚੇ ਉੱਥੇ ਜਿਹੜੇ ਹੈੱਡ ਨੇ ਟੀਚਰ ਨੇ ਜਿਸਨਾਂ ਹਰਮਾਸਟਰ ਹੈਡਮਿਸਟਰਸ ਹੈ ਪ੍ਰਿੰਸੀਪਲ ਆ ਉਹ ਸਾਰੇ ਉੱਤੇ ਬਾਹਲੇ ਦੇ ਸੱਜ ਗਏ ਔਰ ਉੱਥੋਂ ਸਿੱਖ ਕੇ ਆਉਣਗੇ ਫਿਰ ਉਹ ਟੀਚ ਕਰਨਗੇ ਇਹਨਾਂ ਅਧਿਆਪਕਾਂ ਨੂੰ ਅਧਿਆਪਕ ਜਿਹੜੇ ਕਹਿੰਦੇ ਨੇ ਪੂਰੇ ਦਾ ਪੂਰਾ ਦੇਸ਼ ਦਾ ਨਿਰਮਾਤਾ ਹੁੰਦਾ ਇਹਨਾਂ ਨੇ ਜਿਹੜਾ ਮੱਥਾ ਡੋਲਣਾ ਮੱਥੇ ਨੂੰ ਸਵਾਰਨਾ ਟੀਚਰ ਹੀ ਸਵਾਰਦਾ ਸਾਰੇ ਨੂੰ ਪਰ ਕਹਿੰਦੇ ਨੇ ਕਿ ਜੇ ਇੱਕ ਕੁੜੀ ਪੜੇ ਤੋ ਤਿੰਨ ਪੇਰੈਂਟਸ ਤਿੰਨ ਘਰਾਂ ਨੂੰ ਪੜਾ ਦਿੰਦੀ ਆ ਇੱਕ ਤਾਂ ਉਹਦੇ ਮਾਪੇ ਨੇ ਫਿਰ ਉਹਦੇ ਆਪਣੇ ਬੱਚੇ ਆ ਤੇ ਜੀ ਤਾਂ ਫਿਰ ਉਹ ਟੀਚਰ ਹੈ ਸਕੂਲ ਦੇ ਬੱਚਿਆਂ ਨੂੰ ਪੜਾਉਗੀ ਕਿਉਂਕਿ ਉਹ ਉਸਨੇ ਆਪਣਾ ਜੋ ਕੁਝ ਕੰਮ ਕੀਤਾ ਐਜ਼ ਅ ਮਦਰ ਉਹ ਟੀਚਿੰਗ ਦੇ ਵਿੱਚ ਉਹ ਬੰਦਾ ਘੱਟ ਕਰ ਸਕਦਾ ਕੁੜੀ ਬਹੁਤ ਕਰ ਸਕਦੀ ਹੈ ਇਹ ਕਹਿੰਦੇ ਨੇ ਕਿ ਟੀਚਿੰਗ ਐਸਾ ਦੀਵਾ ਹੈਗਾ ਐਸਾ ਚਾਨਣ ਆ ਐਸਾ ਚੰਨ ਮਨਾਰਾ ਵਾ ਜਿਹੜਾ ਸਾਰੀਆਂ ਨੁਕਰਾਂ ਨੂੰ ਰੋਸ਼ਨਾ ਦਿੰਦਾ ਔਰ ਵਿਦਿਆ ਵਿਚਾਰੀ ਪਰਵਕਾਰੀ ਦਾ ਕਿਹਾ ਉਹਨਾਂ ਨੇ ਕਿ ਪਰਵਕਾਰ ਕਰਦੀ ਹੈ ਤੀਸਰਾ ਨੇਤਰ ਦੇ ਨਾਲ ਤਾਂ ਵੀ ਗਿਣਿਆ ਗਿਆਗਾ ਔਰ ਕਹਿੰਦੇ ਨੇ ਕਿ ਜਿਹੜੇ ਵੀ ਟਾਗੋਰ ਨੇ ਜਦੋਂ ਕੁਝ ਇੱਕ ਤਰ੍ਹਾਂ ਦਾ ਇੱਕ ਬਣਾ ਕੇ ਮਨਸੂਬਾ ਤੇ ਟੀਚਿੰਗ ਦਾ ਬਣਾ ਕੇ ਮੈਥਡ ਦਿੱਤਾ ਕਿ ਉਹ ਆਪਾਂ ਲਈ ਬਣਾ ਕੇ ਲੋਕਾਂ ਨੂੰ ਪੜਾਓ ਔਰ ਖੁੱਲੇ ਮੈਦਾਨ ਚ ਪੜਾਓ ਉਹ ਉਹਦੇ ਵਿੱਚ ਸਾਰੇ ਬੱਚੇ ਪੜਦੇ ਨੇ ਔਰ ਸਾਰੇ ਬੱਚੇ ਉਹ ਕੁਝ ਸਿੱਖਦੇ ਆ ਉਹ ਕਹਿੰਦੇ ਕਿ ਚਾਰੀ ਜੜੀ ਚਾਰਦਵਾਰੀ ਉਹਦੇ ਚ ਐਜੂਕੇਸ਼ਨ ਨੇ ਖੁੱਲੇ ਆਵਾਜ਼ ਚ ਪੜਾਓ ਔਰ ਮਹਾਤਮਾ ਗਾਂਧੀ ਤੋਂ ਲੈ ਕੇ ਹੁਣ ਤੱਕ ਜਿੱਥੇ ਜਿਹੜੇ ਵੱਡੇ ਨੇਤਾ ਰਹੇ ਨੇ ਔਰ ਕਿਸ ਤਰ੍ਹਾਂ ਦੇ ਸੁਝਾਅ ਰਹੇ ਨੇ ਔਰ ਇਹ ਵਧੀਆ ਰਹੀ ਹੈ ਕਿ ਜਿਹੜੇ ਟੀਚਿੰਗ ਦਾ ਮੈਥਡ ਬਣ ਗਿਆ ਤਾਂ ਉਹ ਦੇਸ਼ ਤਰੱਕੀ ਵੱਲ ਵੱਧ ਗਿਆ ਜਿੱਥੇ ਲੋਕ ਪੜ ਗਏ ਪ੍ਰਾਇਮਰੀ ਐਜੂਕੇਸ਼ਨ ਤੋਂ ਲੈ ਕੇ ਹਾਰ ਐਜੂਕੇਸ਼ਨ ਤੱਕ ਸਕੂਲ ਕਾਲਜ ਸਾਰਿਆਂ ਦੇ ਵਿੱਚ ਇਸ ਗਵਰਨਮੈਂਟ ਤਾਂ ਖਾਸ ਤੌਰ ਤੇ ਧਿਆਨ ਦਿੱਤਾ ਨਾ ਨਹੀਂ ਪੁਰਾਣੀ ਗਵਰਨਮੈਂਟਾਂ ਨੇ ਵੀ ਦਿੱਤਾ ਜੇਕਰ ਟੀਚਰ ਦੀ ਸਥਿਤੀ ਅੱਛੀ ਹੈ ਟੀਚਰ ਦੇ ਕੋਲ ਮੈਥਡ ਅੱਛੇ ਹੈ ਜੇ ਟੀਚਰ ਕੋਲ ਸ਼ੁਭਦਾ ਜਾਦੀਆਂ ਨੇ ਉਹਦੇ ਵਿੱਚ ਬਹੁਤ ਅੱਛਾ ਹੈ ਔਰ ਇਹ ਵੀ ਸੁਣਿਆ ਗਿਆ ਕਿ ਜਿਹਦੇ ਵਿੱਚ ਪ੍ਰਵਾਸੀ ਭਾਰਤੀ ਐਨ ਆਰ ਆਈ ਵੀਰਾਂ ਨੇ ਵੀ ਕੰਮ ਕੀਤਾ ਨਹੀਂ ਤਾਂ ਲੋਕ ਵਿਚਾਰੇ ਬੱਚੇ ਤਪੜਾਂ ਦੇ ਬੈਂਦੇ ਬੂਰੀਆਂ ਵਿੱਚ ਆ ਕੇ ਬੈਂਦੇ ਅਸੀਂ ਸਾਡੇ ਜ਼ਮਾਨੇ 'ਚ ਹੁੰਦਾ ਸੀ ਕਿ ਸਲੇਟਾਂ ਫੱਟੀਆਂ ਔਰ ਉਹਨਾਂ ਤੇ ਕਾਪੀਆਂ ਲਿਖਿਆ ਜਾਂਦਾ ਟਰੰਕਾ ਨਾਲ ਲਿਖਿਆ ਜਾਂਦਾ ਪੈਨਾ ਸਿਆਹੀ ਵਾਲੇ ਪੈਨਾਂ ਨਾਲ ਲਿਖਿਆ ਜਾਂਦਾ ਪਰ ਹੁਣ ਬੱਚਿਆਂ ਕੋਲ ਬਾਲ ਪੈਨ ਆ ਗਿਆ ਬੜਾ ਕੁਝ ਸੁਵਿਧਾ ਆ ਗਈ ਹੈ ਕਾਪੀਆਂ ਆ ਗਈਆਂ ਸਾਰਾ ਕੁਝ ਆ ਗਿਆ ਕਿ ਕਾਪੀਆਂ ਵੀ ਇਦਾਂ ਦੀਆਂ ਨਹੀਂ ਹਨ ਪਰ ਜਿਉ ਜੋ ਸੁਵਿਧਾ ਆਈ ਬੱਚੇ ਅੱਗੇ ਵੱਧ ਗਏ ਪਰ ਅਜੇ ਵੀ ਜਿਹੜੇ ਸਰਕਾਰੀ ਸਕੂਲਾਂ ਵਿੱਚ ਹੈ ਖਣਾ ਜੀ ਬੜਾ ਅੱਛਾ ਸਟੈਂਡਰਡ ਆ ਅੱچھے ਪੜ ਰਹੇ ਆ ਔਰ ਲੱਗਦਾ ਕਿ ਬੱਚਿਆਂ ਨੇ ਕਈਆਂ ਨੇ ਪ੍ਰਾਈਵੇਟ ਸਕੂਲਾਂ ਤੋਂ ਮੋੜ ਕੇ ਸਰਕਾਰੀ ਸਕੂਲਾਂ ਚ ਲੈ ਜਾਂਦਾ ਬਿਲਕੁਲ ਸਹੀ ਗੱਲ ਹੈ ਲੋਕਾਂ ਚ ਗਿਣਤ ਗਿਣਿਆ ਜਾਂਦਾ ਬਿਲਕੁਲ ਜੀ ਸਿੱਖਿਆ ਨੂੰ ਆਧਾਰ ਬਣਾ ਕੇ ਜੀਵਨ ਨੂੰ ਸੰਵਾਰ ਸਕਦੇ ਹੋ ਜਰੂਰ ਇੱਕ ਅੰ ਇਫ ਯੂ ਆਰ ਨਾਟ ਰੈਡੀ ਟੂ ਬੀ ਐਕਸਪਲੋਇਟਡ ਕੋਈ ਵੀ ਤੁਹਾਡਾ ਸ਼ੋਸ਼ਣ ਨਹੀਂ ਕਰ ਸਕਦਾ ਜੇਕਰ ਤੁਸੀਂ ਖੁਦ ਆਪਣਾ ਸ਼ੋਸ਼ਣ ਨਹੀਂ ਹੋਣ ਦੇਣਾ ਤੇ ਸ਼ੋਸ਼ਣ ਤੋਂ ਬਚਣ ਵਾਸਤੇ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ ਖੂਬ ਸਿੱਖਿਆਤ ਹੋਵੋ ਤੇ ਅੱਗੇ ਵਧੋ ਇਹੀ ਟੀਚਰਸ ਡੇ ਦੇ ਉੱਤੇ ਅਸੀਂ ਕਾਮਨਾ ਕਰ ਸਕਦੇ ਹਾਂ ਆਪਾਂ ਅੱਗੇ ਵਧਦੇ ਹਾਂ ਜੀ ਜਰੂਰ ਜਰੂਰ ਜੀ ਹਾਂ ਹਾਂ ਬੜੀ ਇੱਕ ਮੰਦਪਾਗੀ ਘਟਨਾ ਹੋਈ ਹੈ ਕਿ ਡੇਰਾ ਰਾਧਾ ਸਵਾਮੀ ਤੇ ਨਿਹੰਗਾਂ ਵਿਚਕਾਰ ਖੂਨੀ ਝੜਪਾਂ ਹੋਈਆਂ ਨੇ ਸੱਟਾਂ ਵੀ ਲੱਗੀਆਂ ਨੇ ਤੇ ਕਾਫੀ ਟੈਨਸ਼ਨ ਭਰ ਮਾਹੌਲ ਬਣਿਆ ਹੋਇਆ ਹੈ ਹਾਂ ਇਹ ਗੱਲ ਕੱਲ ਜਦੋਂ ਇਹ ਹੈਗੀ ਆ ਸ਼ਾਮ ਦੀ ਜਦੋਂ ਕੋਈ 5 5:30 ਦੀ ਗੱਲ ਹੈ ਔਰ ਇਹ ਦਰਿਆ ਬਿਆਸ ਦੇ ਬਿਲਕੁਲ ਕੰਢੇ ਦੇ ਨਾਲ ਇੱਕ ਬੜਾ ਅੱਛਾ ਖਾਲੀ ਏਰੀਆ ਔਰ ਉਹਦੇ ਚ ਜਿਹੜੀ ਪੰਜਾਬ ਗਵਰਨਮੈਂਟ ਨੇ ਉਹਨੂੰ ਬਣਾ ਰਿਆ ਟੂਰਿਜ਼ਮ ਦੇ ਤੌਰ ਤੇ ਉਹ ਖਾਲੀ ਜਗ੍ਹਾ ਨੂੰ ਜਿਹੜੇ ਟੋਏ ਟਿੱਬੇ ਸੀਗੇ ਰੇਤਾਂ ਦੇ ਟਿੱਬੇ ਹੀ ਉਹਨਾਂ ਨੂੰ ਪੱਧਰੇ ਕਰਕੇ ਬਣਾਇਆ ਔਰ ਬੜਾ ਆਲੀਸ਼ਾਨ ਤਰੀਕੇ ਦਾ ਬਣਾਇਆ ਲੋਕ ਉੱਥੇ ਜਾ ਕੇ ਦਰਿਆ ਦੇ ਕੰਢੇ ਤੇ ਆਪਣਾ ਟਾਈਮ ਪਾਸ ਕਰਦੇ ਸੋਣਾ ਔਰ ਉਹਦੇ ਨੇੜੇ ਹੀ ਇਕ ਗੜਾ ਜਿਹੜਾ ਹੈਗਾ ਰਦਾਸ ਸਿੰਘ ਦਾ ਡੇਰਾ ਹੈਗਾ ਔਰ ਨਯੂ ਸਿੰਘ ਜਿਹੜੀ ਚੱਲਦੇ ਬੀਹਰ ਹੈ ਇਹਨਾਂ ਦਾ ਡੇਰਾ ਵੀ ਬਾਬਾ ਬਕਾਲਾ ਵਿੱਚ ਹੈਗਾ ਜਿਹਦੇ ਵਿੱਚ ਬਾਬਾ ਬਕਾਲਾ ਦਾ ਡੇਰਾ ਤਰਨਾ ਦਲ ਔਰ ਉਹਨਾਂ ਦੇ ਵਿੱਚੋਂ ਜਿਹੜੇ ਸਿੰਘ ਨੇ ਉਹਨਾਂ ਦਾ ਵਿੱਚ ਆਪਸੀ ਇਹਨਾਂ ਦੇ ਵਿੱਚ ਕੋਈ ਗੱਡੀਆਂ ਲਾਉਣ ਦਾ ਜਾਂ ਘੋੜਿਆਂ ਤੇ ਆਉਣ ਦਾ ਉਹ ਕੋਈ ਤਲਖੀ ਭਰੇ ਲਫ਼ਜ਼ਾਂ ਦਾ ਉਹ ਗੱਲ ਅੱਗੇ ਵਧ ਗਈ ਮੈਂ ਖੁਦ ਉਹ ਗੱਡੀ ਤੇ ਆ ਰਿਹਾ ਸੀ ਅਮਰਸਰ ਤੋਂ ਕੱਲ ਔਰ ਮੈਂ ਦੇਖਿਆ ਦੋ ਨਿਹੰਗ ਫੁੱਟਪਾਥ ਤੇ ਗਿੱਟੇ-ਗੁੱਟਿਆਂ ਜੋ ਜਾਂ ਘੋੜਿਆਂ ਜੋ ਖੂਨ ਵਗ ਰਿਹਾ ਸੀ ਮੈਂ ਖੁਦ ਦੇਖਿਆ ਉਹਨਾਂ ਨੂੰ ਔਰ ਉਹਨਾ ਬਾਣੇ ਵਿੱਚ ਜਾਂ ਬਾਣੇ ਵਿੱਚ ਬੈਠੇ ਸੀਗੇ ਔਰ ਉੱਥੇ ਡਿੱਗੇ ਪੈ ਸੀ ਉਹਦੇ ਵਿੱਚ ਰੋੜੇ ਇੱਟਾਂ ਵਟੇ ਤਲਵਾਰਾਂ ਬੜਾ ਕੁਝ ਚੱਲਿਆ ਔਰ ਇਹਦੇ ਵਿੱਚ ਦੇਖੋ ਜਦੋਂ ਵੀ ਕੋਈ ਗੱਲ ਚੱਲਦੀ ਆ ਔਰ ਪੁਲਿਸ ਬਹੁਤ ਆਲੇ-ਦਾਲੇ ਤੁਰ ਰਹੀ ਸੀ ਪਰ ਲੋਕਾਂ ਦਾ ਇਹ ਸੀਗਾ ਅਲਮਾ ਕਿ ਪੁਲਿਸ ਉਧਰ ਵਿੱਚ ਬਹੁਤਾ ਪਾਰਟਿਸਪੇਟ ਨਹੀਂ ਕਰ ਰਹੀ ਉਹਨਾਂ ਨੂੰ ਬਚਾ ਨਹੀਂ ਕਰ ਰਹੀ ਪਰ ਬਹੁਤ ਸਿਆਣੇ ਲੋਕਾਂ ਨੇ ਕਿਹਾ ਕਿ ਵੀ ਵਿਚਾਰੇ ਜੌਬ 'ਚ ਨੇ ਨੌਕਰੀ ਵਾਲੇ ਇਹਨਾਂ ਦੇ ਵੀ ਬੱਚੇ ਆ ਇਹ ਹੁਣ ਵੱਧਦੀਆਂ ਡਾਂਗਾਂ ਤੇ ਤਲਵਾਰਾਂ 'ਚ ਕਿਉਂ ਰੁਕ ਜਾਣਗੇ ਔਰ ਕਿਉਂ ਜਾ ਕੇ ਅੱਗੇ ਜਾਣਗੇ ਕਿਉਂਕਿ ਇਹਨਾਂ ਦੇ ਬਾਅਦ ਫੜ ਕੇ ਕੇਸ ਤਾਂ ਕਰਨਗੇ ਤਬਦੀਸ਼ ਕਰਨਗੇ ਇਨਕੁਆਰੀ ਕਰਨਗੇ ਲੋਕਾਂ ਤੱਕ ਪਹੁੰਚਾਉਣਗੇ ਕੀ ਗੱਲ ਹੋਈ ਪਰ ਜਦੋਂ ਗੋਲੀ ਚੱਲਦੀ ਆ ਜਾਂ ਤਲਵਾਰਾਂ ਚੱਲਦੀਆਂ ਉੱਥੇ ਤਾਂ ਇਹ ਮਰਸੂਬਾ ਬਣ ਜਾਂਦਾ ਜਾਨ ਨੂੰ ਖਤਰਾ ਹੋ ਜਾਂਦਾ ਹੁਣ ਇਹ ਇਤਨੀ ਹੁੰਦਾ ਵੀ ਕੋਈ ਬੰਦਾ ਆਪਣੇ 10000 ਰੁਪਏ ਲਈ ਜਾਂ 15000 ਜਿੱਤ ਸੈਲਰੀ ਲੈਂਦਾ ਤਾਂ ਅੰਦਰ ਗੋਲੀ ਦੇ ਅੱਗੇ ਖਲੋ ਜਾਊਗਾ ਇਹ ਸਰਹੱਦਾਂ ਤੇ ਬੈਠੇ ਫੌਜੀ ਕਰ ਸਕਦੇ ਆ ਜਿਹੜੇ ਇੰਟੀਰੀਅਰ ਇੱਥੇ ਸਾਡੇ ਆਪੋ ਵਿੱਚ ਲੜਾਈ ਵਿੱਚ ਨਹੀਂ ਕਰਨਗੇ ਔਰ ਇਹਦੇ ਵਿੱਚ ਮੈਂ ਕੱਲ ਨੂੰ ਵੇਖਿਆ ਯੂਨੀਫਾਰਮ ਦੇ ਵਿੱਚ ਪੁਲਿਸ ਵਾਲੇ ਆਫੀਸਰ ਦੌੜੇ ਫਿਰਦੇ ਸੀ ਉਹਦੇ ਵਿੱਚ ਔਰ ਵੀਡੀਓ ਵੀ ਆ ਰਹੀ ਹੈ ਸਥਾਨਕ ਜਿਹੜੀ ਅਖਬਾਰ ਹੈ ਉਹਦੇ ਵਿੱਚ ਵੀਡੀਓ ਵੀ ਇਹਨਾਂ ਨੇ ਪਾਈ ਆ ਔਰ ਮੈਂ ਤਾਂ ਅੱਖਾਂ ਨਾਲ ਦੇਖਿਆ ਪਰ ਇਸ ਤਰ੍ਹਾਂ ਦੀ ਗੱਲ ਨਹੀਂ ਚਾਹੀਦੀ ਕਿਉਂਕਿ ਉਹ ਵੀ ਧਰਮ ਨੂੰ ਮੰਨਣ ਵਾਲੇ ਆ ਧਾਰਮਿਕ ਸਰਦਾਲੂ ਆ ਔਰ ਇਧਰੋਂ ਵੀ ਅਭੀ ਗੁਰੂ ਦੀ ਜੜੀ ਫੌਜ ਹੈ ਜਿਹਨੂੰ ਅਸੀਂ ਚੰਗੀ ਫੌਜਾਂ ਦੇ ਆ ਜਿਹਦੇ ਵਿੱਚ ਇਹ ਘੋੜਿਆਂ ਤੇ ਰਹਿੰਦੇ ਆ ਔਰ ਗੁਰੂ ਸਾਹਿਬ ਦਾ ਨਾਮ ਜਪਦੇ ਆ ਦਸ ਪਿਤਾ ਦੀ ਸਾਜੀ ਨਵਾਜੀ ਜਿਹੜੀ ਹੈ ਫੌਜ ਹੈ ਪਰ ਜਦੋਂ ਇਸ ਤਰ੍ਹਾਂ ਦੀ ਕੋਈ ਤਲਕੀ ਭਰੇ ਜਾਂ ਇਸ ਤਰ੍ਹਾਂ ਦੀਆਂ ਛੋਟੀਆਂ ਗੱਲਾਂ ਤੇ ਆ ਕੇ ਲੜਾਈ ਝਗੜਾ ਕਰਦੇ ਆ ਉਹ ਚ ਟ੍ਰੈਫਿਕ ਇੰਨੀ ਜਾਮ ਰਹੀ ਜਿਹੜੇ ਇਧਰ ਜਲੰਧਰ ਤੋਂ ਜਾ ਰਹੇ ਸਮਰਸਰ ਨੂੰ ਲੋਕ ਜਾਮ ਹੋ ਗਏ ਚੱਲ ਨਹੀਂ ਸਿੱਝ ਸਕ ਤੁਹਾਡੀ ਇਹ ਗੱਲ ਬਿਲਕੁਲ ਗੌਰ ਕਰਨ ਯੋਗ ਹੈ ਕਿ ਦੋਵੇਂ ਧਾਰਮਿਕ ਪੱਖ ਤੋਂ ਨੇ ਜਰੂਰ ਡੇਰਾ ਰਾਦਾ ਸੁਆਮੀ ਉਹ ਵੀ ਧਰਮ ਦੀ ਸਿੱਖਿਆ ਮਿਲਦੀ ਹੈ ਬਿਲਕੁਲ ਨਿਹੰਗ ਸਿੰਘ ਉਹ ਵੀ ਧਰਮ ਦੀ ਸਿੱਖਿਆ ਹੈ ਜਰੂਰ ਫਿਰ ਇਹ ਇਦਾਂ ਦੀਆਂ ਘਟਨਾਵਾਂ ਕਿਉਂ ਹੋ ਜਾਂਦੀਆਂ ਨੇ ਇਹ ਗੱਲ ਵਿਚਾਰ ਕਰਨ ਵਾਲੀ ਹੈ ਜੇ ਵਿਅਕਤੀਗਤ ਤੌਰ ਤੇ ਲੋਕ ਲੈ ਜਾਂਦੇ ਇਹਦੇ ਚੋਂ ਫਿਰ ਦੂਜੀ ਨਹੀਂ ਫਿਰ ਬਦਨਾਮ ਕੌਣ ਹੁੰਦਾ ਜਾਂ ਕਿਤੇ ਉਂਗਲ ਕੱਸੀ ਜਾਂਦੀ ਹੈ ਜਿਹਦਾ ਪਿਸ਼ੋਕੜ ਆ ਜਿਹੜੀ ਜਿਹੜੀ ਸੰਸਥਾ ਨੂੰ ਬਿਲੋਂਗ ਕਰਦੇ ਉਹਦੇ ਨਾਲ ਗੱਲ ਜੁੜ ਜਾਂਦੀ ਹੈ ਬਿਲਕੁਲ ਜੁੜ ਜਾਂਦੀ ਹੈ ਬਲਕਿ ਸਭ ਸਹਿਜ ਅਵਸਥਾ ਨਾਲ ਬੈ ਕੇ ਗੱਲਬਾਤ ਦੇ ਤਰੀਕੇ ਨਾਲ ਵੀ ਸਾਰੇ ਮਾਮਲੇ ਹੱਲ ਹੋ ਸਕਦੇ ਨੇ ਪਾਰਕਿੰਗ ਦੀ ਜਗ੍ਹਾ ਨੂੰ ਲੈ ਕੇ ਜਾਂ ਕਿਸੇ ਹੋਰ ਮਸਲੇ ਨੂੰ ਲੈ ਕੇ ਜੇ ਕੋਈ ਐਦਾਂ ਦਾ ਮਸਲਾ ਸੀ ਤਾਂ ਬੈਠ ਕੇ ਗੱਲਬਾਤ ਹੋ ਸਕਦੀ ਹੈ ਕਿਉਂਕਿ ਇਹਦੇ ਵਿੱਚੋਂ ਨਿਕਲਣਾ ਤਾਂ ਕੁਝ ਵੀ ਨਹੀਂ ਇੱਕ ਦੂਜੇ ਨੂੰ ਤਲਵਾਰਾਂ ਨਾਲ ਤੇ ਡਾਂਗਾ ਸੋਟਿਆਂ ਨਾਲ ਆਪਾਂ ਮਾਰਾਂਗੇ ਗੱਲ ਤਾਂ ਫਿਰ ਬੈ ਕੇ ਹੀ ਹੋਣੀ ਹੈ ਫਿਰ ਸੁਲ੍ਹਾ ਸਫਾਈ ਹੋਣੀ ਹੈ ਤੇ ਸ਼ੋਭਾ ਨਹੀਂ ਦਿੰਦਾ ਇਦਾਂ ਦੇ ਝਗੜੇ ਹੋਣਾ ਖੈਰ ਆਪ ਅੱਗੇ ਵਧੀਏ ਹਾਂਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਤੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵੱਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਨੇ ਇਹ ਕਾਫੀ ਸਾਲਾਂ ਤੋਂ ਕਾਫੀ ਸਮੇਂ ਤੋਂ ਇਹ ਪੈਂਡਿੰਗ ਮਾਮਲਾ ਹੈ ਆਪਾਂ ਅਕਸਰ ਆਪਣੇ ਪਲੇਟਫਾਰਮ ਤੋਂ ਇਸ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਗੱਲ ਕਿਸੇ ਪਾਸੇ ਕਿਸੇ ਸਿਰੇ ਲੱਗਦੀ ਵਿਖਾਈ ਨਹੀਂ ਦੇ ਰਹੀ ਇਸ ਕਰਕੇ ਸਿਰ ਤੋਂ ਯਤਨ ਜਿਹਦਾ ਨਿਊਜ਼ ਆਈ ਹੈ ਆਪਣੇ ਕੋਲ ਵਾਕਈ ਇਹ ਯਤਨ ਤੇ ਬਹੁਤ ਦੇਰ ਤੋਂ ਚੱਲਦੇ ਆ ਰਹੇ ਨੇ ਬਲਕਿ ਪਿੱਛੇ ਜੇ ਇਹ ਵੀ ਗੱਲ ਆਈ ਸੀ ਕਿ ਜਿਹੜੇ ਸਾਰੇ ਸਕੂਲਸ ਐਸਜੀਪੀਸੀ ਵੱਲੋਂ ਚਲਾਏ ਜਾ ਰਹੇ ਨੇ ਉਹਨਾਂ ਦੇ ਬਾਹਰ ਬੋਰਡਸ ਦੇ ਉੱਤੇ ਉਹਨਾਂ ਸਾਰੇ ਸਿੰਘਾਂ ਦਾ ਉਹਨਾਂ ਸਾਰੇ ਬੰਦੇ ਸਿੰਘਾਂ ਦਾ ਨਾਮ ਲਿਖ ਦਿੱਤਾ ਜਾਏਗਾ ਜਿਨ੍ਹਾਂ ਦੇ ਲਈ ਯਤਨ ਕਰ ਰਹੇ ਨੇ ਐਸਜੀਪੀਸੀ ਦੇ ਸਾਰੇ ਪ੍ਰਸ਼ਾਸਨ ਵਾਲੇ ਸੋ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਬਲਕਿ ਜਦੋਂ ਆਪਾਂ ਹਿਊਮਨ ਰਾਈਟਸ ਦੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਉਸ ਦੇ ਅਧਿਨ ਇਸ ਮਾਮਲੇ ਨੂੰ ਕੰਸੀਡਰ ਕੀਤਾ ਜਾਣਾ ਚਾਹੀਦਾ ਹੈ ਕਿ ਜਦੋਂ ਸਜ਼ਾਵਾਂ ਹੋ ਗਈਆਂ ਸਜ਼ਾਵਾਂ ਪੂਗਤ ਲਈਆਂ ਹੁਣ ਕਿਸ ਗੱਲ ਕਰਕੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਕੋਈ ਹੋਰ ਮਸਲਾ ਹੈ ਉਸ ਦੇ ਬਾਰੇ ਡਿਸਕਸ਼ਨ ਹੋਣੀ ਚਾਹੀਦੀ ਹੈ ਤੇ ਬਲਕਾਰ ਜੀ ਇਹ ਵੀ ਅਸੀਂ ਜਾਣਦੇ ਹਾਂ ਕਿ ਕਈ ਲੋਕ ਇਸ ਕਾਲ ਦਾ ਵਿਰੋਧ ਕਰਦੇ ਨੇ ਜਦੋਂ ਉਹਨਾਂ ਦੇ ਰਿਹਾ ਕਰਨ ਦੀ ਗੱਲ ਚੁੱਕੀ ਜਾਂਦੀ ਹੈ ਵਿਰੋਧ ਕਰਦੇ ਨੇ ਕਿ ਇਹ ਗੱਲ ਵੀ ਕਿਉਂ ਕਰਦੇ ਪਏ ਹਾਂ ਜਿਸ ਤਰ੍ਹਾਂ ਅੱਗੇ ਇੱਕ ਕਾਮ ਮਹਾਵਰਾ ਜਾਂ ਖਾਨ ਹੈ ਕਿ 9 ਨਗਤ ਤੇ 13000 ਜਿਹੜਾ ਆਧਾਰ ਚੀਜ਼ ਹੈ ਨਾ ਉਹ ਤੇਰਾ ਮੰਗਣ ਨਾਲ ਜੇ ਉਹ ਪੂਰੀ ਨਹੀਂ ਹੁੰਦੀ ਤਾਂ ਉਹਦੇ ਲਈ ਨਕਦ ਜਿਹੜੇ ਨੌ ਲੈਣੇ ਚੰਗੀ ਗੱਲ ਆ ਜਿਹੜਾ ਲਾਰਾ ਲੱਪਾ ਲਾਉਣਾ ਨਾ ਤੇ ਜਿਹੜੀ ਗੱਲ ਨੂੰ ਅੱਗੇ ਪਾਉਣਾ ਇਹ ਗੱਲ ਬਹੁਤ ਮਾੜੀ ਹੁੰਦੀ ਹੈ ਇਹਦੇ ਵਿੱਚ ਜਿਹੜੀ ਹੈ ਸਮੇਂ ਦੀ ਬਰਬਾਦੀ ਹੈ ਪੈਸੇ ਦੀ ਬਰਬਾਦੀ ਹੈ ਤੇ ਲੋਕਾਂ ਦੇ ਆਉਣ ਜਾਣ ਦੀ ਬਰਬਾਦੀ ਹੈ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਔਰ ਇਹਦੇ ਵਿੱਚ ਲਿਆ ਹੈਗਾ ਜਿਸ ਤਰ੍ਹਾਂ ਤੁਸੀਂ ਲਿਆ ਕੇ ਹਿਊਮਨ ਰਾਈਟਸ ਦੀ ਜਿਹੜੀ ਇੱਕ ਅਦਕਾਰ ਹੈਗਾ ਇਹਨਾਂ ਸਾਰੇ ਬੰਦੀ ਜਿਹੜੇ ਬੰਦੀ ਨੇ ਜਿਨ੍ਹਾਂ ਚ ਇਹਨਾਂ ਨੇ ਸਜ਼ਾ ਪੂਰੀ ਕਰ ਲਈ ਹੈ ਸਜ਼ਾ ਪੂਰੀ ਕਰਨ ਤੋਂ ਬਾਅਦ ਹੁਣ ਬਿਲਾ ਵਜਾ ਡਿਲੇ ਕਰਨਾ ਮਾੜੀ ਗੱਲ ਹੈ ਕਿਉਂਕਿ ਉਹ ਬਾਲ ਬੱਚੇਦਾਰ ਹਨ ਉਹਨਾਂ ਦੇ ਪਰਿਵਾਰ ਹੈ ਔਰ ਉਹਨਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਦੇ ਜਡੀਕ ਵਿੱਚ ਆ ਕਿਉਂਕਿ ਜੇ ਉਹਨਾਂ ਨੇ ਕੋਈ ਕੰਮ ਗਲਤ ਕੀਤਾ ਤਾਂ ਸਜ਼ਾ ਤਾਂ ਉਹਨਾਂ ਨੂੰ ਮਿਲ ਗਈ ਜੀ ਜੋ ਲੋਕਤੰਤਰ ਦੀ ਨਿਵਾਂ ਪ੍ਰਣਾਲੀ ਵਿੱਚ ਵਿਵਸਥਾ ਹੈਗੀ ਉਹਦੇ ਅਕੋਰਡਿੰਗ ਉਹਨਾਂ ਨੇ ਸਾਰਾ ਕੁਝ ਕਰ ਲਿਆ ਪਰ ਜੇ ਹੁਣ ਇਹਨਾਂ ਨੇ ਲਿਸਟ ਬਣਾ ਕੇ ਭੇਜੀ ਹੋਈ ਹੈ ਇਹਦੇ ਵਿੱਚ ਧਾਰਮਿਕ ਸੰਸਥਾ ਜਿਹੜੀ ਆ ਐਸਜੀਪੀਸੀ ਸ਼ੋਨਵੀ ਸ਼ੋਨਵੀ ਅਕਾਲੀ ਦਲਾਂ ਅੰਮ੍ਰਿਤਸਰ ਉਹਨਾਂ ਨੇ ਆਪਣੀ ਲਿਸਟ ਬਣਾ ਕੇ ਭੇਜੀ ਹੈ ਦਜੀ ਜਿਹਦੇ ਵਿੱਚ ਜਿਹੜਾ ਅਕਾਲੀ ਦਲ ਪੰਜਾਬ ਦਾ ਇੱਕ ਰਾਜਨੀਤਿਕ ਪਾਰਟੀ ਆ ਬਾਦਲ ਸਾਹਿਬ ਉਹਦੇ ਫਾਊਂਡਰ ਨੇ ਔਰ ਉਹਦੇ ਵਿੱਚ ਸੁਖਬੀਰ ਬਾਦਲ ਜਿਹੜੇ ਉਹ ਇਸ ਵੇਲੇ ਪ੍ਰਧਾਨ ਨੇ ਉਹਦੇ ਉਹਨਾਂ ਨੇ ਲਿਸਟ ਬਣਾ ਕੇ ਉੱਥੇ ਭੇਜੀ ਆ ਔਰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਵੀ ਉਹਨਾਂ ਨੇ ਮੰਗਿਆ ਸੀਗਾ ਔਰ ਉਹਦੇ ਵਿੱਚ ਗ੍ਰਹਿ ਮੰਤਰੀ ਨਾਲ ਉਹਨਾਂ ਦੀ ਗੱਲ ਹੋਈ ਆ ਲਿਸਟ ਜਿਹੜੀ ਉਹ ਭੇਜੀ ਆ ਉਹਨਾਂ ਨੇ ਗ੍ਰਹਿ ਮੰਤਰੀ ਸਹਿਬਾਨ ਤੋਂ ਇੱਕ ਆ ਗਿਆ ਸੀ ਉਹਨਾਂ ਨੂੰ ਕਿ ਅਸੀਂ 15 ਅਗਸਤ ਨੂੰ ਪੂਰਾ ਕਰਾਂਗੇ ਪੀ 15 ਅਗਸਤ ਦੇ ਇੱਕ ਰਿਵਾਜ ਆ ਜਾਂ ਇੱਕ ਬਣੀ ਸਾਡੇ ਕਸਟਮਰ ਕਿ ਉਹਦੇ ਵਿੱਚ ਦੱਸਿਆ ਜਾਂਦਾ ਕਿ ਉਹਦੋਂ ਰਿਹਾਈ ਕਰ ਦਿੱਤੀ ਜਾਂਦੀ ਹੈ। ਬਿਲਕੁਲ। ਰਾਸ਼ਟਰਪਤੀ ਜਿਹੜਾ ਰਾਜ ਹੁੰਦਾ ਉਹਦੇ ਵਿੱਚ ਨਹੀਂ ਪਰ ਰਾਸ਼ਟਰਪਤੀ ਵੱਲੋਂ ਇਹ ਕਈ ਬਰੀ ਹੁਕਮ ਲੈ ਕੇ ਕਰ ਦਿੱਤੀ ਜਾਂਦੀ ਹੈ। ਪਰ ਇਹਨਾਂ ਨੇ ਇਹ ਮੰਨਿਆ ਕਿ ਸ਼ਾਇਦ ਹੋ ਜਾਣਗੇ ਉਹਦੇ ਵਿੱਚ ਉਹ ਠੀਕ ਪੂਰੀ ਉਹਨਾਂ ਦੀ ਸੀ ਪਰ ਉਹ ਗੱਲ ਨੇਪਰੇ ਨਹੀਂ ਚੜੀ ਤੇ ਇਹ ਹੁਣ ਦੁਬਾਰਾ ਇਹਨਾਂ ਨੇ ਫਿਰ ਇਹ ਮਨਸੂਬਾ ਗੇ ਰੱਖਿਆ। ਹੁਣ ਇਹਦੇ ਕਰਕੇ ਜਦੋਂ ਦੋ ਰਾਜਨੀਤਿਕ ਪਾਰਟੀਆਂ ਲੱਗੀਆਂ ਵਿੱਚ ਕਾਂਗਰਸ ਵੱਲੋਂ ਜੇ ਕੋਈ ਇਹਦੇ ਵਿੱਚ ਕੋਈ ਬਿਆਨਬਾਜ਼ੀ ਨਹੀਂ ਆਈ। ਵ੍ਰੋਧੀ ਪਾਰਟੀਆਂ ਵੱਲੋਂ ਕਿਸੇ ਵੱਲੋਂ ਨਹੀਂ ਆਈ ਕਿਉਂਕਿ ਇਹਨਾਂ ਨੇ ਇਹ ਸਮਝ ਲਿਆ ਕਿ ਇੱਕ ਕਮਿਊਨਿਟੀ ਦੇ ਲੋਕ ਨੇ ਜਾਂ ਮੰਨ ਲਓ ਇੱਕ ਜਿਹੜੀ ਹੈਗੇ ਮਿਨੋਰਿਟੀ ਦੇ ਲੋਕ ਨੇ ਇਹਦੇ ਵਿੱਚ ਵੀ ਗੱਲ ਹੈ ਜਿੱਦਾਂ ਤੁਸੀਂ ਕਿਹਾ ਕਿ ਕੁਝ ਲੋਕ ਵਿਰੋਧਤਾ ਕਰਦੇ ਆ ਵਿਰੋਧਤਾ ਹੋਣ ਗਈ ਕਿਉਂਕਿ ਇਹਦੇ ਵਿੱਚ ਪਰ ਵਿਰੋਧਤਾ ਇਸ ਕਰਕੇ ਕਰਨਗੇ ਕਿ ਜੇ ਇਹਨਾਂ ਦਾ ਕੋਈ ਗਲਤ ਕੰਮ ਹੋ ਗਿਆ ਤਾਂ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਸਾਰਿਆਂ ਦੀ ਲਿਸਟ ਰਾਜਨੀਤੀ ਚੱਲ ਰਹੀ ਹੈ ਨਾ ਚੱਲ ਰਹੀ ਹੈ ਉਹੀ ਹੈ ਰਾਜਨੀਤੀ ਚੱਲ ਰਹੀ ਹੈ ਜਿਸ ਤਰ੍ਹਾਂ ਬਾਨੋ ਦਾ ਕੇਸ ਸੀ ਉਹ ਚੱਕੀ 11 ਬੰਦੇ ਤਾਂ ਆਰਾਮ ਨਾਲ ਆ ਗਏ ਉਹ ਵੀ ਵਿਰੋਧਤਾ ਹੋਈ ਨਹੀਂ ਜਦੋਂ ਉਹਨਾਂ ਦੇ ਵਿੱਚ ਉਹਨਾਂ ਦਾ ਪਰਿਵਾਰ ਮਾਰਿਆ ਗਿਆ ਉਹਨਾਂ ਦੇ ਬੱਚੇ ਮਾਰੇ ਗਏ ਰੇਪ ਕੇਸ ਹੈਗਾ ਉਹਦੇ ਵਿੱਚ ਕਿਸੇ ਵੀ ਵਿਰੋਧਤਾ ਨਹੀਂ ਕੀਤਾ ਔਰ ਆਰਾਮ ਨਾਲ ਲੋਕਕਾਰ ਆਗੇ ਉਹਨਾਂ ਨੂੰ ਆਵ ਭਗਤ ਹੋਈ ਗਈ ਉਹਨਾਂ ਨੂੰ ਬੁਲਾ ਕੇ ਸਤਕਾਰ ਤੌਰ ਤੇ ਬੁਲਾਇਆ ਗਿਆ ਉਹਦੇ ਵਿੱਚ ਜੁਡੀਸ਼ਰੀ ਵੱਲੋਂ ਕਿਵੇਂ ਕੀਤਾ ਗਿਆ ਜਾਂ ਗਵਾਹੀਆਂ ਨਹੀਂ ਮਿਲੀਆਂ ਜੇਕਰ ਗਵਾਹੀਆਂ ਨਹੀਂ ਮਿਲੀਆਂ ਤਾਂ ਫਿਰ ਉਹਨਾਂ ਨੂੰ ਸਜ਼ਾ ਕਿੱਦਾਂ ਹੋਗੀ ਸਜ਼ਾ ਐਵੇਂ ਨਹੀਂ ਹੋ ਜਾਂਦੀ ਸਜ਼ਾ ਹੋਣ ਦੇ ਬਾਵਜੂਦ ਪੂਰੇ ਨਹੀਂ ਕਰੇ ਕੀਤੀ ਸਜ਼ਾ ਉਹਨਾਂ ਬਾਅਦ ਵਾਪਸ ਆ ਕੇ ਸਾਰੇ ਹੁਣ ਉਹ ਆ ਗਏ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਤੇ ਇਧਰ ਦੇਖ ਲੋ ਕੀ ਹੋ ਗਿਆ ਇਹਦਾ ਮਤਲਬ ਹੁੰਦਾ ਵੀ ਇੱਕ ਤ ਜਿਹੜਾ ਸ਼ਾਬਾ ਵਾ ਉਹ ਨਵੇਂਆ ਹੁੰਦਾ ਤੇ ਇੱਕ ਜਿਹੜਾ ਉਹਨਾਂ ਦਾ ਆਪਣਾ ਵਾ ਬਰਾਬਰ ਦਾ ਉਹਨਾਂ ਨੇ ਕਦੀ ਇਸ ਤਰ੍ਹਾਂ ਦਾ ਨਹੀਂ ਗੱਲ ਕੀਤੀ ਕਿ ਸਾਰਿਆਂ ਨੂੰ ਨਿਆਂ ਦੀ ਜਿਹੜੀ ਜਾਂਚ ਆ ਜਾਂ ਨਿਆਂਕ ਨਾਲ ਤੌਰ ਤੇ ਸਹੂਲਤ ਆ ਕੋਈ ਮਿਲਦੀ ਕਦੀ ਵੀ ਨਹੀਂ ਮਿਲਦੀ ਇਹ ਲੋਕਤੰਤਰ ਦੀ ਇੱਕ ਕਾਟ ਰਹੀ ਹੈ ਜੁਰੂ ਤੋਂ ਹੁਣ ਇਹ ਦੇਖੋ ਐਸਜੀਪੀਸੀ ਨੇ ਤੇ ਅਕਾਲੀ ਦਲ ਨੇ ਇਹ ਗੱਲ ਚੁੱਕੀ ਆ ਹੁਣ ਦੇਖੋ ਇਹ ਨੇਪਰੇ ਕਿਦਾਂ ਚੜਦੀਏ ਨਹੀਂ ਤੇ ਇਹਦੇ ਲਈ ਕੁਝ ਨਾ ਕੁਝ ਹੋਰ ਕਰਨਾ ਹੋਊਗਾ ਸਰਕਾਰਾਂ ਬਦਲਦੀਆਂ ਕਈ ਕੁਛ ਹੁੰਦਾ ਫਿਰ ਨਵੀਂ ਸਰਕਾਰ ਆ ਕੇ ਕਰ ਦੋਗੀ ਇਸ ਦੇ ਵਿੱਚ ਇਹ ਹੀ ਹੁੰਦਾ ਕਿ ਸਰਕਾਰਾਂ ਜਦੋਂ ਨੁਕਰ ਨਾ ਨੁਕਰ ਕਰਦੀਆਂ ਨਹੀਂ ਮੰਨਦੀਆਂ ਫਿਰ ਉਹਦੇ ਬਲਬੂਤੇ ਦੂਜੀ ਸਰਕਾਰ ਆ ਜਾਂਦੀਆਂ ਉਹ ਤੋਂ ਬਾਅਦ ਉਹ ਮੰਨ ਜਾਂਦੀਆਂ ਇਹ ਕਈ ਚੀਜ਼ਾਂ ਇਦਾਂ ਹੀ ਹੁੰਦੀਆਂ ਔਰ ਰਹਿਣ ਗਿਆ ਹਿੰਦੁਸਤਾਨ 'ਚ ਕਦੇ ਵੀ ਖਾਸ ਤੌਰ ਤੇ ਜਿਹੜੀ ਚੰਗੀ ਗੱਲ ਹੁੰਦੀ ਹੈ ਨਾ ਉਹ ਖੰਨਾ ਜੀ ਘੱਟ ਮੰਨੀ ਗਈ ਹੈ ਹਿੰਦੁਸਤਾਨ 'ਚ ਬਿਲਕੁਲ ਗਲਤ ਗੱਲਾਂ ਬਹੁਤ ਹੋ ਜਾਂਦੀਆਂ ਬਿਲਕੁਲ ਕਿਉਂਕਿ ਆਪਣਾ ਨਿੱਜੀ ਫਾਇਦਾ ਦੇਖਿਆ ਜਾਂਦਾ ਹੈ ਨਾ ਆ ਆਪਣਾ ਪੋਲੀਟੀਕਲ ਮਾਈਲੇਜ ਕੀ ਬਣਨੀ ਕਾਫੀ ਮਸਲੇ ਹੋ ਜਾਂਦੇ ਨੇ ਮਸਲਾ ਹੁੰਦਾ ਕੁਝ ਨਹੀਂ ਪਰ ਉਹਨੂੰ ਕੰਪਲਿਕੇਟਡ ਕਰ ਦਿੱਤਾ ਜਾਂਦਾ ਕਿਉਂਕਿ ਹਰ ਬੰਦੇ ਨੂੰ ਉਹਦੇ ਚ ਫਾਇਦਾ ਚਾਹੀਦਾ ਰਾਜਨੀਤੀ ਨੇ ਵੀ ਆਪਣੀਆਂ ਰੋਟੀਆਂ ਸੇਕਣੀਆਂ ਨੇ ਹੋਰ ਵੀ ਕਈ ਲੋਕਾਂ ਦੇ ਫਾਇਦੇ ਜੁੜੇ ਹੁੰਦੇ ਨੇ ਇਸ ਕਰਕੇ ਕੋਈ ਵੀ ਮਸਲਾ ਹੱਲ ਨਹੀਂ ਕਰਦੇ ਉਹਨੂੰ ਹੋਰ ਉਲਝਾ ਦਿੰਦੇ ਨੇ ਖੈਰ ਆਪਾਂ ਅੱਗੇ ਵਧਦੇ ਹਾਂ ਜਰੂਰ ਪਾਜਪਾ ਨੇ ਦੇਸ਼ ਵਿੱਚ ਡਰ ਤੇ ਨਫ਼ਰਤ ਦਾ ਮਾਹੌਲ ਬਣਾਇਆ ਇਹ ਰਾਹੁਲ ਗਾਂਧੀ ਕਹਿ ਰਹੇ ਨੇ ਕਾਂਗਰਸਾਈ ਦਾ ਇਹ ਬਿਆਨ ਆਇਆ ਹੈ ਰਾਹੁਲ ਗਾਂਧੀ ਸਾਹਿਬ ਦਾ ਕਿ ਭਾਜਪਾ ਨੇ ਡਰ ਦਾ ਮਾਹੌਲ ਬਣਾਇਆ ਭਾਜਪਾ ਨੇ ਨਫ਼ਰਤ ਦਾ ਮਾਹੌਲ ਬਣਾਇਆ ਭਾਰਤ ਦੇ ਵਿੱਚ ਇਹ ਦੇਖੋ ਇਹ ਹੁਣ ਆਪਾਂ ਨੂੰ ਤੈਨਾਂ ਹੋ ਸਕਦਾ ਕਿ ਮੀਡੀਆ ਦੇ ਤੌਰ ਤੇ ਆਪਾਂ ਕਹਿੰਦੇ ਆ ਕਿ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ دہشت ਆ ਮਨਾਂ 'ਚ ਔਰ ਲੋਕ ਜ਼ਿਆਦਾ ਜਾਣ ਦੇ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਦੇਖਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਭਾਜਪਾ ਦਾ ਕੀ ਰੋਲ ਆ ਕਿਸ ਤਰ੍ਹਾਂ ਲੋਕਾਂ ਨਾਲ ਪੇਸ਼ ਆ ਰਹੀ ਆ ਔਰ ਆਪੋਜੀਸ਼ਨ ਤਾਂ ਕਹਿੰਦੀ ਆ ਰਾਹੁਲ ਗਾਂਧੀ ਨੇ ਕਿਹਾ ਵਾ ਹੋ ਸਕਦਾ ਇਹਨਾਂ ਨੂੰ ਕੁਝ ਨਾ ਕੁਝ ਪਤਾ ਲੱਗਾ ਵੀ ਹੋਗਾ ਔਰ ਇਹਨਾਂ ਦੇ ਜਿਹੜੇ ਸੈਲ ਨੇ ਜਾਂ ਇਹਨਾਂ ਦੇ ਲੋਕ ਨੇ ਜਾਂ ਜਿਹਨਾਂ ਨੇ ਦੇ ਵਰਕਰ ਆ ਉਹ ਵੀ ਦੱਸਦੇ ਆ ਕਿਉਂਕਿ ਇਹਨਾਂ ਲਈ ਦਹਿਸ਼ਤ ਆਏ ਮਤਲਬ ਹੈਗਾ ਈਡੀ ਨੇ ਇਹਨਾਂ ਦੀ ਬੜੀ ਪੁਛਪੜਤਾਲ ਕੀਤੀ ਇਹਦੀ ਇਹਦੇ ਮਦਰ ਸੋਨੀਆ ਗਾਂਧੀ ਦੀ ਔਰ ਪ੍ਰੇਨਕਾ ਗਾਂਧੀ ਤੱਕ ਵੀ ਗਈ ਗੱਲ ਉਹਨਾਂ ਦੇ ਹਸਬੰਡ ਜਿਹੜੇ ਵਡੇਰਾ ਉਹਨਾਂ ਨਾਲ ਵੀ ਗੱਲ ਰਹੀ ਆ ਔਰ ਇਹਨਾਂ ਦਾ ਪਰਿਵਾਰ ਤਾਂ ਪੂਰਾ ਇਸ ਕੰਮ ਨਾਲ ਇਨਵੋਲਵ ਰਿਹਾ ਔਰ ਇਹਨਾਂ ਦੇ ਵਿੱਚ ਇਹਨਾਂ ਦੀ ਪੁਛਪੜਤਾਲ ਤੇ ਸਾਰਾ ਕੁਝ ਹੋਇਆ ਫਿਰ ਆਪ ਸਰਕਾਰ ਨਾਲ ਵੀ ਜਿਹੜੀ ਉੱਥੋਂ ਦੇ ਮਰੀਜ਼ ਸੋਧਿਆ ਜੀ ਨਾਲ ਵੀ ਰਿਹਾ ਇਹ ਕੰਮ ਔਰ ਉਹ ਵੇਖ ਲੋ ਬਾਹਰ ਤੁਰੇ ਫਿਰਦੇ ਆ ਉਦੋਂ ਇਹਨਾਂ ਨੂੰ ਲੋਕਆਊਟ ਨੋਟਿਸ ਦਿੱਤਾ ਗਿਆ ਲੋਕਾਂ ਨੂੰ ਲੋਕਾਂ ਨੂੰ ਤਾਂ ਖਰਚਾ ਹੋ ਗਿਆ ਸੀ ਲੋਕ ਡਰ ਗਏ ਸੀ ਸਵੇਂ ਸਵੇਂ ਗੈਸੇ ਵਾਕਿਆ ਹੋ ਗਿਆ ਉਹਦੇ ਜਿੰਨੇ ਵੀ ਲੋਕਰ ਲੈ ਆ ਉਹਦੀ ਪਤਨੀ ਤੋਂ ਦੋਨੇ ਜਣੇ ਉੱਥੇ ਬਿਠੇ ਕੁਝ ਨਹੀਂ ਮਿਲਿਆ ਕਿਹੜੀ ਆਪਕਾਰੀ ਨੀਤੀ ਹੋਈ ਐਸੀ ਆਪਕਾਰੀ ਨੀਤੀ ਫੜ ਕੇ ਇੱਥੇ ਦੁਬਾਰਾ ਰੌਲਾ ਪੈਗਾ ਜਿਹਦੇ ਚ ਆਪੋਜੀਸ਼ਨ ਦੇ ਲੀਡਰ ਨੇ ਆਪਣੇ ਪ੍ਰਤਾਪ ਸਿੰਘ ਬਾਜਵਾ ਜੀ ਆਰੋਤੀ ਜੀ ਰਾਜਾਪਟਿੰਗ ਹੋਰ ਉਹਨਾਂ ਨੇ ਕਿਹਾ ਕਿ ਆਪਕਾਰੀ ਨੀਤੀ ਪੰਜਾਬ ਚ ਵੀ ਗਲਤ ਹੋ ਰਹੀ ਹੈ ਇਹਦੇ ਚ ਜਿਹੜੀ ਹੈ ਸੀਬੀਆਈ ਨੂੰ ਉਹਦੇ ਵਿੱਚ ਕੰਮ ਕਰਨਾ ਚਾਹੀਦਾ ਇਹ ਕੇਸ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਦਿੱਲੀ ਵਾਲਾ ਤਾਂ ਜਨੇਪਰੇ ਚੜਿਆ ਨਹੀਂ ਤਾਂ ਪੰਜਾਬ ਚ ਕਿੰਨਾ ਮਾੜਾ ਹੋ ਗਿਆ ਹੋਗਾ ਇਹ ਕਈ ਵਾਰੀ ਚਿਕੜੀ ਛੁੱਟਿਆ ਜਾਂਦਾ ਕਈ ਵਾਰੀ ਚੀਜ਼ਾਂ ਇਦਾਂ ਦੇ ਵੀ ਹੁੰਦੀਆਂ ਜਿਹੜੀਆਂ ਉੱਥੋਂ ਤੱਕ ਨਹੀਂ ਪਹੁੰਚਦੀਆਂ ਪਰ ਰੋਲ ਗਾਂਧੀ ਨੇ ਜਿਹੜਾ ਕਿਹਾ ਹੈਗਾ ਇਹ ਉਹਦੇ ਤੇ ਜਦੋਂ ਇਹ ਕੱਸਿਆਗਾ ਨਿਸ਼ਾਨਾ ਜਦੋਂ ਉਹਨਾਂ ਤੇ ਬੜਾ ਕੁਝ ਉਹਨਾਂ ਦੀ ਪੁਸ਼ਪ ਪੜਤਾਲ ਹੋਈ ਔਰ ਉਹਨਾਂ ਨੂੰ ਨੁਕਸਾਨ ਵੀ ਹੋਇਆ ਮੈਂਟਲੀ ਡਿਸਟਰਬ ਵੀ ਰਹੇ ਮਾਨਸਿਕ ਤੌਰ ਤੇ ਉਹ ਮਾਰੇ ਉਹਨਾਂ ਦੇ ਹਾਲਾਤ ਰਹੇ ਇਸ ਕਰਕੇ ਗੱਲ ਉਹਨਾਂ ਨੂੰ ਨਹੀਂ ਪਚੀ ਉਹਨਾਂ ਨੇ ਬਕਾਇਦਾ ਤੌਰ ਤੇ ਕਹਿਤਾ ਕਿ ਇਹਦੇ ਵਿੱਚ ਬਾਕੀ ਵਿਰੋਧੀਆਂ ਪਾਰਟੀਆਂ ਵੀ ਵਿਰੋਧ ਕਰਨੀਆਂ ਔਰ ਇਹਦੇ ਵਿੱਚ ਭਾਜਪਾ ਦਾ ਜਿਹੜਾ ਇੱਕ ਅਵਿਰੋਧੀ ਪਾਰਟੀ ਦੇ ਇਕੱਲੀ ਪਾਰਟੀ ਰੂਲਿੰਗ ਪਾਰਟੀ ਉਹ ਖਾਸ ਤੌਰ ਤੇ ਜਦੋਂ ਆਪਣਾ ਡਿਸੀਜਨ ਲੈਂਦੀ ਹੈ ਉਹ ਆਪਣੇ ਤਰੀਕੇ ਨੂੰ ਵਧੀਆ ਲੈਂਦੀ ਹੈ ਪਰ ਉਹ ਜਦ ਤੱਕ ਲੋਕਾਂ ਤੱਕ ਜਾਂਦਾ ਲੋਕਾਂ ਦੇ ਇਹ ਕੀ ਆ ਗਿਆ ਇਹ ਕਿੱਥੋਂ ਹੈਰਾਨੀਜਨਕ ਫੈਸਲਾ ਆ ਗਿਆ ਲੋਕਾਂ ਨੂੰ ਉਹ ਗੱਲ ਬੁਰੀ ਲੱਗਦੀ ਕੁਝ ਨਾ ਮਤਲਬ ਇਸ ਚੀਜ਼ ਨੂੰ ਵੀ ਲੈ ਕੇ ਇਤਰਾਜ਼ ਹੁੰਦਾ ਹੈ ਕਿ ਜੋ ਸਾਰਾ ਵਿਚਾਰਤਾ ਦਾ ਖੇਲ ਚੱਲਦਾ ਹੈ ਹੂੰ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਧਰਮ ਨੂੰ ਅੱਗੇ ਰੱਖਣਾ ਔਰ ਉਸਦੇ ਦੇ ਆਧਾਰਿਤ ਗੱਲਾਂ ਬਾਤਾਂ ਕਰਨੀਆਂ ਉਸਦੇ ਦੇ ਆਧਾਰਿਤ ਰਾਜਨੀਤੀ ਕਰਨੀ ਇਹ ਵੀ ਗੱਲ ਹੈ ਔਰ ਵੋਟ ਬੈਂਕ ਕਾਇਮ ਕਰਨਾ ਇਹ ਵੀ ਮਾਹਿਰਾਂ ਦੇ ਮੁਤਾਬਿਕ ਕਿਤਨਾ ਕਿਤੇ ਚੱਲਦਾ ਪਿਆ ਜਦੋਂ ਧਰਮ ਦੇ ਨਾਂ ਤੇ ਰਾਲਾ ਪਾਉਗਾ ਨਾ ਜਦੋਂ ਕਿਸੇ ਨੂੰ ਜਜ਼ਬਾਤੀ ਕਰਨ ਵਾਲੇ ਜਦੋਂ ਉਹਨੂੰ ਉਹਨੂੰ ਕਹਿਣਾ ਕਰਨਾ ਹੋਵੇ ਕਿ ਇਹ ਕਿੰਨਾ ਕੁ ਗੁੱਸੇ ਚ ਆ ਸਕਦਾ ਉਹ ਧਰਮ ਦੇ ਨਾਂ ਤੇ ਆਉਂਦਾ ਉੱਥੇ ਉਹ ਮਰਮਟ ਜਾਂਦਾ ਉੱਥੇ ਬੜਾ ਕੁਝ ਕਰ ਜਾਂਦਾ ਇਸ ਕਰਕੇ ਇਹ ਹੁੰਦਾ ਕਿ ਕਿਸਤਾਂ ਦੀ ਛੇੜ ਛੇੜਨੀ ਇਸ ਤਰ੍ਹਾਂ ਦਾ ਇੱਕ ਨੁਕਤਾ ਛੇੜ ਦੇਣਾ ਜਿਹਦੇ ਚ ਲੋਕਾਂ ਨੂੰ ਗੁੱਸਾ ਲੱਗੇ ਤੇ ਲੋਕ ਆਪਣੇ ਗੁੱਸੇ ਤੋਂ ਬਾਹਰ ਹੋ ਜਾਂਦੇ। ਇਚਰਾਂਲ ਗਾਂਧੀ ਨੇ ਵੀ ਕਿਹਾ ਦੂਜੇ ਵਕਤੇ ਤੇ ਉਹਨਾਂ ਕਿਹਾ ਕਿ ਕੁਝ ਚਾਰ ਬੰਦੇ ਹੀ ਆਗੇ ਜਿਹੜੇ ਇਹਨਾਂ ਦੇ ਨਾਲ ਗੱਲ ਮੰਨਦੇ ਆ ਤੇ ਇਹ ਉਹਨਾਂ ਦੀ ਗੱਲ ਮੰਨਦੇ ਆ। ਉਹਨਾਂ ਨੇ ਕਿਹਾ ਕਿ ਇੱਕ ਵਪਾਰੀ ਵਰਗ ਆਇਆ ਜਿਹੜੇ ਇਹਨਾਂ ਦੇ ਨਾਲ ਗੱਲ ਕਰਦਾ ਔਰ ਉਹਨੂੰ ਫਾਇਦਾ ਜਾਂਦਾ ਉਸੇ ਫਾਇਦੇ ਦਾ ਜਿਆਦਾ ਆਪਣਾ ਫਾਇਦਾ ਲੈ ਕੇ ਆਪਣੇ ਘਰਾਂ ਤੱਕ ਪਹੁੰਚਾਉਂਦੇ ਆ ਇਹਦੇ ਵਿੱਚ ਲੀਡਰ ਨੇਤਾ ਇਹਨਾਂ ਦੇ ਆਪਣੇ ਆ ਤੇ ਮਾਰੇ ਤੇ ਪਿਸਰੇ ਜਿਹੜੀ ਪੁੜੀ ਜਿਹੜਾ ਕੋੜਾ ਉਹ ਮਹਿੰਗਾਈ ਦਾ ਉਹ ਜਨਤਾ ਹੈਗੀ ਲੋਕ ਵਿਚਾਰੇ ਮਾਰੇ ਜਾ ਰਹੇ ਆ। ਕਿਉਂਕਿ ਵਿਰੋਧੀ ਨੇਤਾ ਦੇ ਵਿਰੋਧੀ ਪਾਰਟੀ ਦੇ ਨੇਤਾ ਵਾ ਇਹਨਾਂ ਨੇ ਗੱਲ ਕਰਨੀ ਜਿਹੜੀ ਹੈਗੀ ਆ ਉਹ ਲੋਕਾਂ ਤੱਕ ਗੱਲ ਪਹੁੰਚਾਣੀ ਤਾਂ ਬਣਦਾ ਹੀ ਹੈ ਬਿਲਕੁਲ ਸਹੀ ਗੱਲ ਹੈ ਔਰ ਠੀਕ ਹੈ ਉਹਨਾਂ ਦਾ ਵੀ ਕੋਈ ਅਨਲਿਸਿਸ ਹੋਏਗਾ ਹੀ 라ਮ ਗਾਂਧੀ ਜੀ ਦਾ ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿਉਂਕਿ ਸਾਫਕਾ ਪ੍ਰਧਾਨ ਨੇ ਕਾਂਗਰਸ ਆਈ ਦੇ ਜੀ ਸੋ ਕੋਈ ਛੋਟੀ ਮੋਟੀ ਹਸਤੀ ਦੇ ਮਾਲਕ ਤਾਂ ਹੈ ਨਹੀਂ ਜੋ ਵੀ ਗੱਲ ਕਹਿ ਰਹੇ ਨੇ ਉਹ ਸਦਕੇ ਜਿਹੜੇ ਬਣਦੇ ਉਹਦੇ ਵਿੱਚ ਫਿਰ ਨੇ ਪ੍ਰਧਾਨ ਬਣ ਜਾਣੇ ਤੁਸੀਂ ਸਾਫਕਾ ਕਿਹਾ ਨਾ ਕਿਉਂਕਿ ਇਹ ਦੇ ਲੋਕਾਂ ਦਾ ਨਿਸ਼ਾਨਾ ਤਾਂ ਹੈ ਕਿਉਂਕਿ ਮਾਂ ਪੁੱਤਾਂ ਚੋਂ ਦੋਵਾਂ ਚੋਂ ਇੱਕ ਤਾਂ ਜਾਂ ਤਾਂ ਸੋਨੀਆ ਗਾਂਧੀ ਅਜੇ ਮੁਕਰ ਰਹੀ ਹੈ ਕਹਿੰਦੀ ਨਹੀਂ ਬਣ ਰਹੀ ਔਰ ਇਹ ਵੀ ਕਹਿੰਦਾ ਮੈਂ ਨਹੀਂ ਬਣਨਾ ਪਰ ਕਿਵਰੀ ਨਹੀਂ ਨਹੀਂ ਜਿਹੜੀ ਆ ਹਾਂ ਚ ਵੀ ਬਦਲ ਜਾਂਦੇ ਦੇਖੋ ਉਹਦੇ ਵਿੱਚ ਅਗਾ ਕਿਉਂਕਿ ਇਹਦੇ ਵਿੱਚ ਬਾਕੀ ਲੀਡਰ ਚਲੇ ਗਏ ਤੇਜੀ ਜੀ ਵੱਖਰੇ ਹੋ ਗਏ ਉਹਦੇ ਵਿੱਚ ਗੁਲਾਮ ਨਬੀ ਆਜ਼ਾਦ ਆਪਣੀ ਪਾਰਟੀ ਛੱਡ ਕੇ ਚਲੇ ਗਏ ਉਹ ਜੇ ਐਨਡੀ ਕੇ ਚ ਬੈਠੇ ਆ ਹੁਣ ਜਿਹੜਾ ਇੱਥੇ ਜਿਹੜਾ ਗੁਣਾ ਪੈਣਾ ਵਾ ਉਹ ਸਾਰਾ ਕੁਝ ਖੇਡਿਆ ਜਾਣਾ ਉਹ ਜਿਹੜੀ ਖੇਡ ਹੈਗੇ ਇਹਨਾਂ ਤੇ ਆ ਕੇ ਪੈਣੀ ਆ ਉਹ ਇਹਨਾਂ ਨੂੰ ਇਹ ਇੱਕ ਮਿੱਤੀ ਹੋ ਜੂਗਾ ਇੱਕ ਦੋਲੀ ਹੋ ਜੂਗਾ ਫੜੀ ਕੋਈ ਨਹੀਂ ਇਹਨੇ ਹਾਂ ਚਲੋ ਇਹਦਾ ਵਕਤ ਦੱਸੇਗਾ ਕਿ ਕੌਣ ਪ੍ਰਧਾਨ ਬਣਦਾ ਹੈ ਬਿਲਕੁਲ ਬਾਕੀ ਰਿਆ ਦੇਸ਼ ਦਾ ਮਾਹੌਲ ਦੇਸ਼ ਦਾ ਮਾਹੌਲ ਤੇ ਦੇਸ਼ ਦੇ ਲੋਕਾਂ ਨੇ ਹੀ ਮਿਲ ਜੁਲ ਕੇ ਠੀਕ ਕਰਨਾ ਹੁੰਦਾ ਹੈ ਔਰ ਉਹਨਾਂ ਨੂੰ ਕਰਨਾ ਚਾਹੀਦਾ ਵੀ ਹੈ ਜੀ ਜੀ ਪਰ ਸਾਰੇ ਜਾਨੇ ਉਲਝੇ ਪਏ ਨੇ ਆਪਣੀ ਰੋਜ਼ੀ ਰੋਟੀ ਦੇ ਮਸਲਿਆਂ ਦੇ ਵਿੱਚ ਦੇਸ਼ ਦੇ ਵੱਲ ਕਿੰਨੇ ਕ ਜਾਨੇ ਦਾ ਧਿਆਨ ਹੈ ਨਹੀਂ ਹੈ ਨਹੀਂ ਕੋਈ ਹਾਲ ਦੀ ਘੜੀ ਆ ਇਹ ਤਾਂ ਦੇਖਣ ਵਾਲੀ ਗੱਲ ਹੈ ਨਾ ਕਿਉਂਕਿ ਦੇਸ਼ ਵਾਸੀ ਜਦੋਂ ਦੇਸ਼ ਵੱਲ ਧਿਆਨ ਦੇਣਗੇ ਤਾਂ ਹੀ ਅਸੀਂ ਦੇਸ਼ ਦੇ ਮਾਹੌਲ ਦੀ ਗੱਲ ਕਰ ਸਕਦੇ ਹਾਂ ਸਾਰੇ ਜਾਨੇ ਤਾਂ ਆਪਣੇ ਮਸਲਿਆਂ 'ਚ ਆਪਣੀਆਂ ਪਰੇਸ਼ਾਨੀਆਂ ਚੁਲਝੇ ਪਏ ਨੇ ਦੇਸ਼ ਦੇ ਵੱਲ ਧਿਆਨ ਬਹੁਤ ਘੱਟ ਲੋਕਾਂ ਦਾ ਖੈਰ ਅੱਪਾ ਅੱਗੇ ਵਧੀਏ ਜੀ ਪੰਜਾਬ ਸਰਕਾਰ ਵੱਲੋਂ ਸੰਗਰੂਰ ਤੇ ਲੁਧਿਆਣਾ ਦੇ ਦੋ ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਨੇ ਔਰ ਇਹ ਤੋਹਫਾ ਹੈ ਇੱਕ ਤਰ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਔਰ ਲੋਕਾਂ ਦੀ ਜੇਬ ਦੇ ਉੱਤੇ ਪਾਰ ਹੌਲਾ ਹੋਇਆ ਕਿਉਂਕਿ ਉਹਨਾਂ ਟੋਲ ਪਲਾਜ਼ੇ ਵਾਲਿਆਂ ਨੇ ਹੋਰ ਸਮਾਂ ਮੰਗਿਆ ਸੀ ਕਿ ਸਾਨੂੰ ਹੋਰ ਸਮਾਂ ਦਿੱਤਾ ਜਾਏ ਹੋਰ ਟਾਈਮ ਦੇਣ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਦਸੰ 2015 ਤੋਂ ਚੱਲਦੇ ਪਏ ਨੇ ਟੋਨ ਪਲਾਜ਼ੇ ਤੇ ਉਹਨਾਂ ਨੇ ਹੋਰ ਸਮਾਂ ਮੰਗਿਆ ਪਰ ਉਹ ਸਮਾਂ ਐਕਸਟੈਂਸ਼ਨ ਮੰਗੀ ਉਹਨਾਂ ਨੇ ਐਕਸਟੈਂਸ਼ਨ ਨਹੀਂ ਦਿੱਤੀ ਗਈ ਤੇ ਫਿਰ ਬੰਦ ਹੋ ਰਹੇ ਨੇ ਮੇਰੇ ਖਿਆਲ ਬੰਦ ਹੋ ਚੁੱਕੇ ਨੇ ਇਹ ਤਾਂ ਬੰਦ ਕਰਦੇ ਨੇ ਦੋ ਸੰਗਰੂਰ ਦਾ ਤੇ ਜਿਹੜਾ ਲੁਧਿਆਣਾ ਦਾ ਸਭ ਤੋਂ ਮਹਿੰਗਾ ਲੁਧਿਆਣੇ ਵਾਲਾ ਸੀਗਾ ਸਤਲੁਜ ਦਰਿਆ ਤੋਂ ਜਿਹੜਾ ਅੱਗੇ ਨੂੰ ਜਾਂਦੇ ਪਰ ਦੇਖੋ ਜਦੋਂ ਅੰਦੋਲਨ ਸ਼ੁਰੂ ਹੋਇਆ ਕਿਸਾਨਾਂ ਦਾ ਉਹਦੇ ਵਿੱਚ ਡੇਢ ਸਾਲ ਕਿਸਾਨਾਂ ਨੇ ਆਪਣੇ ਦਬਕੇ ਨਾਲ ਬੰਦ ਰੱਖਿਆ ਹੈ ਨਹੀਂ ਕਿਸੇ ਦੀ ਜੁਰਤ ਸੀ ਕਿ ਟੂਲ ਪਲਾਜ ਚਲੇ ਜਾਣ ਕਿਉਂਕਿ ਇੱਕ ਪਾਸੇ ਤਾਂ ਤੇਲਵੇਂਗਾ ਬਹੁਤ ਜ਼ਿਆਦਾ ਦੂਜੇ ਪਾਸੇ ਜਿਹੜਾ 60 ਕਿਲੋਮੀਟਰ ਦਾ ਇਹਨਾਂ ਨੇ ਕਿਹਾ ਸੀ 60 ਕਿਲੋਮੀਟਰ ਦੇ ਵਿੱਚ ਵਿੱਚ ਜਿਹੜਾ ਏਰੀਆ ਉਹਦੇ ਵਿੱਚ ਨਹੀਂ ਲੱਗੂਗਾ ਟੂਲ ਪਲਾਜ ਤੁਸੀਂ ਅਮਰitsar ਨੂੰ ਜਾਓ ਮੈਂ ਕੱਲ ਅਮਰitsar ਤੋਂ ਹੋ ਕੇ ਆਇਆ ਤੁਸੀਂ ਜਾਓਗੇ ਤਾਂ ਪਹਿਲਾਂ ਤਾਂ ਢਿਲਵਾ ਤੋਂ ਪਹਿਲਾਂ ਇੱਕ ਟੂਲ ਪਲਾਜ ਆਉਂਦਾ ਮੰਨ ਲਓ ਇੱਕ ਹੋ ਗਿਆ ਤੁਸੀਂ ਤੁਰਤ ਉਹਨਾਂ ਬਾਅਦ ਅਗੇ ਜਦੋਂ 10 ਕਿਲੋਮੀਟਰ ਅਮਰਸਰਿੰਦਾ ਫਿਰ ਇੱਕ ਲੱਗਾ ਟੂਲ ਪਲਾਜ ਦੋ ਟੂਲ ਪਲਾਜਾਂ ਦਾ ਕੀ ਮਤਲਬ ਜਿਹਦੇ ਵਿੱਚ ਲੋਕ ਸ਼ਰਧਾਲੂ ਦਰبار صاحب ਗੋਲਡਨ ਟੈਂਪਲ ਮੱਥਾ ਟੇਕਣ ਜਾਂਦੇ ਆ ਐਤਵਾਰ ਅੱਜ ਸਵਾਰ ਇਥੇ ਤਿਕਾਲਾ ਐਤਵਾਰ ਸੀਗਾ ਔਰ ਸ਼ਰਧਾਲੂਆਂ ਦਾ ਕਿੰਨਾ ਜਥੇ ਜਾ ਰਿਹਾ ਔਰ ਇਹ ਪੈਸਾ ਬਟੋਰ ਰਿਹਾ ਸੈਂਟਰ ਦਾ ਪੈਸਾ ਸੈਂਟਰ ਦੀ ਜਿਹੜੀ ਹੈਗੀ ਪਾਲਿਸੀ ਉੱਥੋਂ ਆ ਰਿਹਾ ਸਟੇਟ ਗਵਰਨਮੈਂਟ ਦਾ ਕੋਈ ਦਖਲ ਅੰਦਾਜ਼ੀ ਨਹੀਂ ਇਹ ਜਨੇ ਟੂਲਪਲਾਜ਼ੇ ਉੱਥੇ ਹੀ ਆ ਦਿੱਲੀ ਨੂੰ ਜਦੋਂ ਤੁਸੀਂ ਜਾਂਦੇ ਜੇ ਪਾਣੀਪਤ ਕਰਨਾਲ ਤੋਂ ਅੱਗੇ ਤੱਕ ਬਹੁਤ ਟੂਲਪਲਾਜ਼ੇ ਆ ਔਰ ਦੇਖੋ ਬਾਦਲ ਸਾਹਿਬ ਨੇ ਜਦੋਂ ਆਪ ਸੀਗੇ ਮੁੱਖ ਮੰਤਰੀ ਇਹਨਾਂ ਮਾਲਵਾ ਬਿਲਕੁਲ ਸਾਫ਼ ਰੱਖਿਆ ਮਾਲਵੇ ਤੁਸੀਂ ਜਾਓਗੇ ਬਹੁਤ ਘੱਟ ਟੂਲਪਲਾਜ਼ੇ ਨਜ਼ਰ ਆਉਣਗੇ ਤੁਸੀਂ ਜਦੋਂ ਲੁਧਿਆਣਾ ਕ੍ਰੋਸ ਕਰਦੇ ਸੰਗਰੂਰ ਵਾਲੇ ਇਹ ਹੁਣ ਸੰਗਰੂਰ ਦਾ ਏਰੀਆ ਤਾਂ ਇਹ ਭਗਵੰਤ ਮਾਨ ਦਾ ਆਪਣਾ ਏਰੀਆ ਸੀਗਾ ਇਹਨਾਂ ਨੇ ਉਹ ਤਾਂ ਸਾਫ਼ ਕਰਤਾ ਲੁਧਿਆਣਾ ਕਰਤਾ ਹੁਣ ਦੁਆਬੇ ਵਾਲੇ ਵੀ ਧਿਆਨ ਕਰਨ ਤੇ ਦਰਬਾਰ ਸਾਹਿਬ ਦਾ ਜਿਹੜਾ ਇਹ ਏਰੀਆ ਵਾ ਜਿਹੜਾ ਮੇਨ ਜੀਟੀ ਰੋਡ ਆ ਜਿਹਨੂੰ ਕਿਹਾ ਜਾਂਦਾ ਵੱਡੀ ਸੜਕ ਹੈਗੀ ਆ ਇਹਦੇ ਵੱਲ ਧਿਆਨ ਦੇਣ ਕਿਉਂਕਿ ਸ਼ਰਧਾਲੂ ਜਾਂਦੇ ਨੇ ਇੱਥੇ ਔਰ ਬਹੁਤ ਲੋਕ ਤੰਗ ਹੁੰਦੇ ਆ ਔਰ ਬੜੀ ਵੇਰੀ ਅਸੀਂ ਫੇਸਬੁੱਕ ਤੇ ਪੜ ਦੇਵੀਂ ਆ ਔਰ ਇਹਨਾਂ ਦੀ ਸ਼ੁਰੂ ਰਤੋਫੇ ਵਾਲੀ ਗੱਲ ਜੇ ਇਹਨੂੰ ਪੂਰਾ ਜੇ ਹੁਣ ਇਹਨਾਂ ਨੇ ਸਟੈਪ ਲਿਆ ਤਾਂ ਪੂਰਾ ਕਰਨਾ ਤਾਂ ਕਿ ਲੋਕ ਇਹ ਚ ਬਤ ਖੋਚਣਗੇ ਦੇਖੋ ਇੱਕ ਗੱਲ ਇਹ ਹੈ ਕਿ ਟੋਲ ਪਲਾਜ਼ਾ ਇਹ ਹੈ ਕਿ ਵਿਦੇਸ਼ੀ ਕੰਪਨੀਆਂ ਤੋਂ ਅਸੀਂ ਮਦਦ ਲੈਨੇ ਆ ਉਹ ਕੰਸਟਰਕਸ਼ਨ ਕਰਦੀਆਂ ਨੇ ਫਿਰ ਉਹ ਇੱਕ ਤਰ੍ਹਾਂ ਨਾਲ ਵਸੂਲੀ ਕਰਦੀਆਂ ਨੇ ਕਿ ਜੋ ਉਹਨਾਂ ਦੀ ਇਨਵੈਸਟਮੈਂਟ ਹੈ ਉਹਦੇ ਉੱਤੇ ਵਿਦ ਇੰਟਰਸਟ ਵਿਦ ਆਲ ਫੈਸਿਲਿਟੀਆਂ ਬਾਟਮ ਲਾਈਨ ਇਜ਼ ਪ੍ਰੋਫਿਟ ਉਹਨਾਂ ਨੂੰ ਉਹ ਸਾਰਾ ਕੁਝ ਲੈਂਡ ਦਾ ਹੱਕ ਅਸੀਂ ਅਕੋਰਡਿੰਗ ਟੂ ਲਾਅ ਦੇਣੇ ਆ ਪਰ ਉਹਦੇ ਵਾਸਤੇ ਇੱਕ ਸਮਾਂ ਹੁੰਦਾ ਉਸ ਸਮੇਂ ਤੱਕ ਜਦੋਂ ਉਹਨਾਂ ਦੇ ਖਰਚੇ ਵਗੈਰਾ ਸਭ ਪੂਰੇ ਹੋ ਗਏ ਉਦੋਂ ਤੱਕ ਉਹਨਾਂ ਨੂੰ ਉੱਥੇ ਰਹਿਣ ਦਾ ਅਧਿਕਾਰ ਹੈ ਸੀ ਐਕਸਟੈਂਸ਼ਨ ਜੇ ਦੇਣੀ ਹੈ ਤਾਂ ਉਹ ਸਭ ਦੇਖ ਕੇ ਦੇਣੀ ਹੈ ਉਹਨਾਂ ਨੂੰ ਆਪਣੇ ਸਟੇਟਮੈਂਟਸ ਦੇਣੀਆਂ ਪੈਂਦੀਆਂ ਨੇ ਪੇਮੈਂਟ ਕੌਣ ਕਰ ਰਹੇ ਨੇ ਪੇਮੈਂਟ ਲੋਕ ਕਰ ਰਹੇ ਨੇ ਇੱਕ ਪਾਸੇ ਲੋਕ ਜਦੋਂ ਕੰਸਟਰਕਸ਼ਨ ਹੁੰਦਾ ਉਦੋਂ ਜੀਐਸਟੀ ਵਗੈਰਾ ਜੋ ਵੀ ਹੈ ਸਭ ਕੁਝ ਉਹ ਵੀ ਲੋਕਾਂ ਦੇ ਉੱਤੇ ਬੋਝ ਉਸ ਤੋਂ ਬਾਅਦ ਟੋਲ ਪਲਾਜ਼ਾ ਵੀ ਬੋਝ ਸੋ ਇਹ ਇਹ ਵਰਕਆਊਟ ਕਰਨਾ ਪਾਏਗਾ ਪੰਜਾਬ ਸਰਕਾਰ ਨੂੰ ਕਿ ਲੋਕਾਂ ਨੂੰ ਜੇ ਫਾਇਦਾ ਦੇਣਾ ਹੋਰ ਵੀ ਕਈ ਟੋਲ ਪਲਾਜ਼ੇ ਨੇ ਬਹੁਤ ਮਹਿੰਗੇ ਨੇ ਉਹਨਾਂ ਦੇ ਮਿਆਦ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਕਿਉਂ ਜਾ ਰਹੀ ਹੈ ਇਹ ਵੀ ਇੱਕ ਡਿਬੇਟ ਵਾਲਾ ਕੁਐਸਚਨ ਹੈ ਕਿ ਕਿਉਂ ਐਕਸਟ ਜਿੰਨੀ ਮਿਆਦ ਸੀ ਉਹ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਫਿਰ ਐਕਸਟਰਾ ਪ੍ਰੋਫਿਟ ਮਿਲਦਾ ਤੇ ਇਹਦੇ ਵਿੱਚ ਆ ਨਾ ਜਦੋਂ ਭਾਰਤੀ ਲੈਨੇ ਜਦੋਂ ਆਪਾਂ ਗੱਡੀ ਲਵੇਂ ਲੈਨੇ ਨਾ ਉਹਦੇ ਵਿੱਚ ਆਪਾਂ ਟੈਕਸ ਪੇ ਕਰ ਦਿੰਨੇ ਹੁਣ ਸੜਕਾਂ ਜੇ ਬਣਾਉਣਗੇ ਤਾਂ ਲੋਕਾਂ ਨੂੰ ਇਹ ਫੈਸਿਲਿਟੀ ਨਹੀਂ ਹੈਗੀ ਕਿ ਸੜਕਾਂ ਦੇ ਉੱਤੇ ਲੋ ਆਪਣੀਆਂ ਗੱਡੀਆਂ ਲੈ ਜਾਣ ਕਿਉਂਕਿ ਜੇ ਸਰਕਾਰ ਨੇ ਦੇਣਾ ਬਿਜਲੀ ਜੇ ਆਪਾਂ ਬਿੱਲ ਦਿੰਨੇ ਆ ਤੇ ਬਿਜਲੀ ਮੁਹਾਇਆ ਕਰਦੀ ਪਾਣੀ ਜਿਹੜੀ ਬੇਸਿਕ ਅਮੈਨਿਟੀ ਹੈ ਜਿਹੜੀ ਬੇਸਿਕ ਨੀਡਸ ਹੈਗੀਆਂ ਉਹਨਾਂ ਚ ਇਹ ਆਉਂਦਾ ਹੀ ਸੜਕ ਪਰ ਜਦੋਂ ਅਸੀਂ ਦੇ ਚਾਹਦੇ ਹੁਣ ਟਾਇਰਾਂ ਨਾਲ ਇਤਨੀ ਵੀ ਸੜਕ ਸਾਰੀ ਤੋੜ ਦੇਣਗੇ ਟਾਇਰ ਤਾਂ ਉਹਨਾਂ ਦੀ ਹੋਮ ਮਿਨਿਸਟਰ ਨੇ ਕਿਹਾ ਸੀ ਉਹਨਾਂ ਕਿ 60 ਕਿਲੋਮੀਟਰ ਦਾ ਏਰੀਆ ਜਿੱਥੇ ਗੱਟਰੀ ਸਾਹਿਬ ਦੇ ਸੀਗੇ ਦੇ ਮੰਤਰੀ ਨੇ ਕੈਬਨਿਟ ਮੰਤਰੀ ਉਹਨਾਂ ਨੇ ਇੱਕ ਛੋਟ ਦੇ ਦਿੱਤੀ ਵੀ 60 ਕਿਲੋਮੀਟਰ ਦੇ ਵਿੱਚ ਨਹੀਂ ਕਿਉਂਕਿ ਪਿੰਡ ਤੋਂ ਬੰਦਾ ਆ ਰਿਹਾ ਉਹ ਸੜਕ ਦੇ ਉੱਤੇ ਇੰਟਰ ਕੀਤਾ ਅਗੇ ਟੂਲਪਲਾਜ਼ਾ ਤੋਂ ਉਹਨੂੰ ਦੇਣਾ ਪਊਗਾ ਦੱਸ ਉਹਨਾਂ ਤੋਂ ਰੋਕ ਲੈਂਦੇ ਆ ਉਦੋਂ ਨਨ ਕਿ ਆ ਕੇ 60 ਕਿਲੋਮੀਟਰ ਦਾ ਬਿਟਵਿਨ ਜੜਾ ਆ ਰਿਹਾ ਯਾਤਰੀ ਉਹਦੇ ਕੋਈ ਨਹੀਂ ਲਿਆ ਜਾਊਗਾ ਉਹ ਕਿਸੇ ਪਾਸੇ ਉਹਨੂੰ ਅਮਲ ਚ ਲਿਆਂਦਾ ਨਹੀਂ ਗਿਆ ਉਹ ਬਕਾਇਦਾ ਤੌਰ ਤੇ ਲੈਂਦੇ ਆ ਉਹਦੇ ਉਹਦੇ ਵਿੱਚ ਉਹ ਛੋਟੇ ਛੋਟੇ ਮੁੰਡੇ ਕੁੜੀਆਂ ਬੈਠੇ ਹੋ ਕੇ ਇਹਦੀ ਗੱਲ ਮੰਨਦੇ ਨਹੀਂਗੇ ਔਰ ਉਹਦੇ ਚ ਜਰਨਲਿਸਟ ਜਿਹੜੇ ਉਹਨਾਂ ਕੋਈ ਲਿਆ ਜਾਂਦਾ ਜਿਹਦੇ ਚ ਆਰਮੀ ਵਾਲੇ ਆ ਉਹ ਦੂਜੀ ਸਾਈਡ ਤੇ ਜਾਂਦੇ ਆ ਸਰਕਾਰੀ ਬੱਸਾਂ ਜਿਹੜੀਆਂ ਉਹ ਵੀ ਦੇ ਰਹੇ ਉਹਨਾਂ ਨੂੰ ਦੇਣਾ ਪੈਂਦਾ ਪਰ ਇਹ ਦੇਖੋ ਸੈਂਟਰ ਦਾ ਹੈਗਾ ਸਟੇਟ ਦੇ ਵਿੱਚ ਆ ਕੇ ਅੱਗੇ ਹੁੰਦਾ ਸੀ ਸਟੇਟ ਤੋਂ ਸਟੇਟ ਤੱਕ ਜੇ ਤੁਸੀਂ ਇੰਟਰ ਕਰੋਗੇ ਹਰਿਆਣਾ ਚ ਸਟੇਟ ਹਰਿਆਣਾ ਚ ਇੰਟਰ ਕਰ ਗੋੜੀ ਸਾਹਿਬ ਆਰਜ ਜਾਓਗੇ ਗੱਡੀ ਤੇ ਉਹਨੂੰ ਦੇਣਾ ਪੈਂਦਾ ਸੀ ਪਰ ਤੁਹਾਨੂੰ ਆਪਣੇ ਸਟੇਟ ਦੇ ਵਿੱਚ ਕਿੰਨੇ ਦੇਣੇ ਪੈਂਦੇ ਆ ਇਹ ਵੀ ਗੱਲ ਜਿਹੜੀ ਹੈ ਲੋਕਾਂ ਨੂੰ ਬੜੀ ਗਲਤ ਲੱਗੀ ਹੈ ਔਰ ਇਹਦੇ ਤੇ ਕੋਈ ਅਮਲ ਨਹੀਂ ਕੀਤਾ ਇਹਨਾਂ ਨੇ ਹੁਣ ਜੇ ਇਹਨਾਂ ਨੇ ਗੱਲ ਸ਼ੁਰੂ ਕੀਤੀ ਆ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਕੀਤਾ ਸੀ ਜਿੰਨੇ ਐਮਐਲਏ ਸੀ ਉਹਨਾਂ ਨੂੰ ਇੰਨੀਆਂ-ਇੰਨੀਆਂ ਪੈਨਸ਼ਨਾਂ ਨਾਲ ਘਰ ਭਰੀ ਜਾਂਦੇ ਸੀ ਉਹ ਅਜਿਹਾ ਉਹਦੇ ਵਿੱਚ ਇਨਕਮ ਟੈਕਸ ਸੀਗਾ ਉਹ ਵੀ ਗਵਰਨਮੈਂਟ ਨੂੰ ਦੇਣਾ ਪੈਂਦਾ ਹੈ ਉਹ ਇਹਨਾਂ ਨੇ ਬੜਾ ਵੱਡਾ ਫੈਸਲਾ ਲਿਆ ਹੁਣ ਇਸੇ ਫੈਸਲੇ ਨੂੰ ਜੋ ਪੂਰਾ ਕਰ ਲੈਣਗੇ ਤੇ ਅੱਛੀ ਗੱਲ ਹੈ ਦੋ ਫੈਸਲੇ ਬੜੇ ਲਟਕ ਰਹੇ ਸੀਗੇ ਬਿਜਲੀ ਦਾ ਤਾਂ ਚਲੋ ਇਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਜਿਹੜਾ 300 ਦੇ ਥੱਲੇ ਰਹੂਗਾ 600 ਜਨਰਲ ਤੋਂ ਥੱਲੇ ਰਹੇਗਾ ਉਹਨੂੰ ਮਾਫ ਕੀਤਾ ਜਾਊਗਾ ਬਾਕੀ ਠੀਕ ਹੋਣਗੇ ਇਸ ਤਰੀਕ 25 ਲੱਖ ਦੇ ਕਰੀਬ ਬੰਦੇ ਫਾਇਦਾ ਲੈ ਗਏ ਜਿਸਾਂ ਦੇ ਸਹੂਲਤਾਂ 'ਚ ਦੇਣਗੇ ਲੋਕਾਂ ਨੂੰ ਤਾਂ ਲੋਕ ਖੁਸ਼ ਹੋਣਗੇ ਨਹੀਂ ਤੇ ਫਿਰ ਨਹੀਂ ਤੇ ਫਿਰ ਨਾਰਾਜ਼ਗੀ ਲੋਕਾਂ ਦੀ ਇਹ ਵੀ ਗੱਲ ਕਹੀ ਗਈ ਕਿ 25 ਲੱਖ ਦੇ ਕਰੀਬ ਜ਼ੀਰੋ ਔਰ ਅੱਗੇ ਮੌਸਮ ਜਦੋਂ ਠੰਡੇ ਦਾ ਹੋਣਾ ਹੈ ਠੰਡੀ ਦੇ ਮੌਸਮ ਦੇ ਵਿੱਚ ਏਸੀ ਚੱਲਦੇ ਨਾ ਹੁਣ ਉਦੋਂ ਏਸੀ ਨਹੀਂ ਚੱਲਣਗੇ ਯੈਸ ਔਰ ਇਹ ਆਂਕੜਾ ਵੱਸ ਸਕਦਾ ਹੈ 60 ਤੋਂ 70% ਲੋਕਾਂ ਨੂੰ ਫਾਇਦਾ ਹੋ ਜਾਵੇ ਪਰ ਉਹ ਕਿਵੇਂ ਦੇਖੋ ਇਟ ਡਿਪੈਂਡ ਪਤਾ ਹੈ ਤੁਹਾਡੇ ਸਾਡੇ ਤੇ ਹੀ ਹੈ ਜੇ ਅਸੀਂ ਕਟ ਯੂਨਿਟ ਪਾ ਲਾਂਗੇ ਉਹਨਾਂ ਨੇ ਲਿਮਟ ਦੇਤੀ ਹੈ ਇਹਦੇ ਥੱਲੇ ਇੱਕ ਤਾਂ ਸਰਕਾਰ ਨੂੰ ਫਾਇਦਾ ਹੋਗਾ ਦੂਜੀ ਗੱਲ ਕਿ ਕੰਜ਼ਮਪਸ਼ਨ ਆਫ ਇਲੈਕਟ੍ਰਿਸਿਟੀ ਘਟੇਗੀ ਦੂਜਾ ਹੋਗਾ ਫਾਇਦਾ ਪਰਸਨਲ ਜਿਹੜਾ ਘਰੇਲੂ ਬੰਦਾ ਹੈਗਾ ਪਰਿਵਾਰਕ ਬੰਦਾ ਉਹਦਾ 5000 ਬਚ ਗਿਆ 7000 ਬਚ ਗਿਆ ਇੱਕ ਹੋਰ ਵੀ ਚੀਜ਼ ਮੂਵਮੈਂਟ ਸ਼ੁਰੂ ਹੋ ਗਈ ਹੈ ਆਪਾ ਦਸ਼ਕਰ ਨੂੰ ਦੱਸ ਦੇ ਤੁਸੀਂ ਇਹ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ ਹੈ ਹੁਣ ਪੰਜਾਬ ਦੇ ਵਿੱਚ 스마트 ਮੀਟਰ ਲੱਗਣਗੇ ਅਤੇ ਸ਼ੁਰੂਆਤ ਹੋਏਗੀ ਸਰਕਾਰੀ ਦਫ਼ਤਰਾਂ ਤੋਂ ਤੇ ਸਰਕਾਰੀ ਮੁਲਾਜ਼ਮਾਂ ਤੋਂ ਤੇ ਫਿਰ ਦੇਖੋ ਅੱਗੇ ਕਿਉਂਕਿ ਇਹ ਹੋ ਸਕਦਾ ਹੈ ਵੀ ਪ੍ਰੀਪੇਡ ਹੋਣ ਚਾਰਜ ਕਰਵਾਉਣੇ ਪੈਣ ਜਿਵੇਂ ਮੋਬਾਈਲ ਚਾਰਜ ਕਰਵਾਈਦੇ ਹੈ ਜਿਵੇਂ ਦਿੱਲੀ ਚ ਚੱਲਦਾ ਰਿਹਾ ਕੋ ਅੱਗੇ ਕਾਫੀ ਜ਼ਿਆਦਾ ਐਜੂਕੇਸ਼ਨ ਹੋ ਗਈ ਸੀ ਇਸ ਚੀਜ਼ ਨੂੰ ਲੈ ਕੇ ਹੁਣ ਜਦੋਂ ਜੇ ਪ੍ਰੀਪੇਡ ਕਰਵਾਵਾਂਗੇ ਹੂੰ ਤੇ ਫਿਰ 300 ਯੂਨਿਟ ਤੇ 600 ਯੂਨਿਟ ਦਾ ਮਾਮਲਾ ਖਤਮ ਹੋ ਜਾਏਗਾ ਕਿਉਂਕਿ ਫਿਰ ਕਿੰਦਾ ਕਰਾਂਗੇ ਹਾਂ ਜੇ ਉਹ ਤਾਂ ਲਾਗੂ ਨਹੀਂ ਹੋਗਾ 스마트ਫੋਨ ਜਿਹੜੇ ਆ ਉਹਦੇ ਚ 스마트 ਮੀਟਰ ਜਿਹੜੇ ਨੇ ਜੇ ਉਹ ਪ੍ਰੀਪੇਡ ਵਾਲਾ ਹਿਸਾਬ ਸ਼ੁਰੂ ਹੋ ਜਾਂਦਾ ਹੈ ਹਾਂ ਫਿਰ ਜਿਵੇਂ ਪਹਿਲਾਂ ਐਜੀਟੇਸ਼ਨ ਹੋਈ ਸੀ ਕਿਸਾਨਾਂ ਨੇ ਐਜੀਟੇਸ਼ਨ ਕੀਤੀ ਸੀ ਪਿੰਡਾਂ ਦੇ ਵਿੱਚ ਹਾਂ ਕਿਉਂਕਿ ਬਿਜਲੀ ਦੀ ਚੋਰੀ ਹੁੰਦੀ ਹੈ ਨਹੀਂ ਨਹੀਂ ਕਹਿੰਦੇ ਨੇ ਕਿ ਬਿਜਲੀ ਦੀ ਚੋਰੀ ਰੋਕਣ ਵਾਸਤੇ ਅਸੀਂ 스마트 ਮੀਟਰ ਲਗਾਉਣਾ ਚਾਹੁੰਦੇ ਹਾਂ ਇਟਸ ਓਕੇ ਚਲੋ ਲਗਾਓ ਪਰ ਉਸ ਤੋਂ ਬਾਅਦ ਸੈਕਿੰਡ ਸਟੈਪ ਆਉਂਦਾ ਕਿ 300 ਯੂਨਿਟ 600 ਯੂਨਿਟ ਜਿਹੜੇ ਫ੍ਰੀ ਨੇ ਜੇ ਤੁਸੀਂ ਪ੍ਰੀਪੇਡ ਕਰ ਦਿੰਦੇ ਹੋ ਲਾਈਕ ਮੋਬਾਈਲ ਹਾਂ ਥੈਨ 300 ਯੂਨਿਟ 600 ਯੂਨਿਟ ਕਿੱਥੋਂ ਨਹੀਂ ਫਿਰ ਰੀਡਿੰਗ ਗਈ ਨਾ ਰੀਡਿੰਗ ਗਈ ਇਹਦੀ ਜਦ ਰੀਡਿੰਗ ਖਤਮ ਹੋਵੇ ਚੈੱਕ ਅਪ ਕਰਦੇ ਨੇ ਉੱਤੇ ਤੁਹਾਨੂੰ ਤਾਂ ਪਾਉਣਾ ਪਊਗਾ ਜਦੋਂ SIM ਕਾਰਡ ਪਾ ਰਹੇ ਜ ਆਪਣੇ ਮੋਬਾਈਲ 'ਚ ਉਹਦੇ 'ਚ ਉਹੀ ਕੰਮ ਹੋਣਾ ਸੋ ਇ ਕੰਟਰਡਿਕਟਰੀ ਹੋ ਜਾਂਦਾ ਹੁਣ ਐਕਸਪਲੇਨੇਸ਼ਨ ਦੇਣੀ ਪੈਣੀ ਪਰ ਰੋਕਾਂ ਲੱਗਣ ਨਹੀਂ ਦੇਣੇ ਇਹ ਅੱਗੇ ਵੀ ਐਜੀਟੇਸ਼ਨ ਹੋ ਗਈ ਰੋਕਾਂ ਨੇ ਤੋੜ ਦਿੱਤਾ ਸਾਰਾ ਕੁਝ ਅਸਲ 'ਚ ਇਹਨਾਂ ਨੇ ਪੈਸਾ ਲਿਆ ਹੁੰਦਾ ਐਕਚੁਅਲੀ ਜਿਹੜਾ ਆਮ ਮੀਟਰ ਹੈ ਨਾ ਉਹ 1500 ਰੁਪਏ ਦਾ ਹੈ ਤੇ ਜਿਹੜੇ 스마트 ਮ ਉਹ ਉਸੋ ਗੱਲ ਹੋ ਰਹੀ ਸੀ ਉਹ ਪੈਸਾ ਇਹਨਾਂ ਨੂੰ ਜਾ ਰਿਹਾ ਜਿਨ੍ਹਾਂ ਨੇ ਕਮਿਸ਼ਨ ਜਿਹੜੇ ਏਜੰਸੀਆਂ ਦੇ ਰਹੀਆਂ ਜਿਹੜੇ ਉਹਨਾਂ ਕੋ ਪੈਸਾ ਲੈ ਰਹੇ ਪ੍ਰਾਈਵੇਟਾਈਜ਼ ਹਰ ਚੀਜ਼ ਪ੍ਰਾਈਵੇਟਾਈਜ਼ ਉਧਰ 10000 ਰੁਪਏ ਦਾ ਭਮੇ ਆਉਂਦਾ ਹੋਵੇ ਉਹਨਾਂ ਸਮੇ ਇਹ ਰੇਟ ਹੋਣਾ ਤੇ ਬੜਾ ਕੀ 6000 ਆਪਣੀ ਜੇਬ ਚ ਪਾਉਣਗੇ ਇਹ ਸਾਰਾ ਕੁਝ ਅਗਰ ਕੀਤੇ ਪਾਉਗਾ ਸਾਰਾ ਕੁਝ ਇਹ ਤੁਹਾਡੇ ਬਿੱਲ ਚ ਆਉਣਾ ਮੁੜ ਕੇ ਇਹ ਪਬਲਿਕ ਦੇ ਉੱਤੇ ਪੈਣਾ ਬਿੱਲ ਦੇ ਨਾਲ ਆਊਗਾ ਗੱਲ ਇਹ ਹੈ ਸਰ ਕਿ ਤੁਸੀਂ ਜਿਹੜੀਆਂ ਚੋਰ ਮੋਰੀਆਂ ਨੇ ਜਿਹੜੇ ਵੱਡੇ ਵੱਡੇ ਕਪਲੇ ਕਰਨ ਵਾਲੇ ਨੇ ਉਹਨਾਂ ਨੂੰ ਫੜਨ ਦੀ ਬਜਾਏ ਤੁਸੀਂ ਜਨਤਾ ਨੂੰ ਨਚੋੜਨ ਲੱਗੇ ਹੋਏ ਜਨਤਾ ਨੂੰ ਕਿੰਨਾ ਕ ਨਚੋੜ ਲੋਗੇ ਕਿੰਨਾ ਕ ਪੱਲੇ ਹੈਗਾ ਜਨਤਾ ਦੇ ਇਹ ਜਿਹੜੇ ਬਗੜੇ ਵੱਡੇ ਬੈਠੇ ਨੇ ਅਸਲ ਦਸੂਕ ਵਾਲੇ ਬੰਦੇ ਇਹਨਾਂ ਕੋਲ ਬਹੁਤ ਮਾਲ ਹੈ ਜਨਤਾ ਨੂੰ ਨਚੋੜਦੇ ਜਨਤਾ ਵੀ ਇਹਨਾਂ ਨੂੰ ਪੂਰਾ ਨਚੋੜ ਦੇ ਦੇਣ ਆਹ ਦੇਖ ਲਓ ਵੀ ਐ ਕਰਕੇ ਨਾ ਤੇ ਪੂਰੇ ਦਾ ਪੂਰਾ ਜਿੱਦਾਂ ਨਿੰਬੂ ਵਾਂਗੂ ਨਚੋੜ ਕੇ ਬਾਅਦ ਸ਼ੇਅਰ ਕਰ ਦਿੰਦੇ ਨੇ ਅੰਕੜੇ ਨੇ 2014 ਤੱਕ ਭਾਰਤ ਦੇ ਵਿੱਚ ਜਿਹੜੇ ਅਰਬਪਤੀ ਸੀ ਉਹਨਾਂ ਦੀ ਜੋ ਗਿਣਤੀ ਸੀ 50 53 ਇੰਨੀ ਸੀ ਆਹ ਔਰ 2014 ਤੋਂ ਲੈ ਕੇ 2022 ਤੱਕ ਅਰਬ ਪਤੀਆਂ ਦੀ ਗਿਣਤੀ 200 ਦੇ ਕਰੀਬ ਪਹੁੰਚ ਚੁੱਕੀ ਹੈ ਹਮ ਭਾਰਤ ਦੇ ਵਿੱਚ ਤਕਰੀਬੀ ਇਹ 150 ਬੰਦਾ ਕਿੱਥੋਂ ਆ ਗਿਆ ਇਹਦਾ ਮਤਲਬ ਕਿਹੜਾ ਸਿਸਟਮ ਹੈ ਉਹ ਜਿਹੜਾ ਉਹਨਾਂ ਲੋਕਾਂ ਨੂੰ ਸਪੋਰਟ ਕਰ ਰਹਾ ਹੈ ਜਿਹੜਾ ਅਰਬ ਪਤੀ ਬਣਦਾ ਹੀ ਪਏ ਨੇ ਉਹ ਵਿਦਆਊਟ ਸਪੋਰਟ ਤੇ ਬਣੇਗਾ ਨਹੀਂ ਨਾ ਉਹ ਜਿਹੜਾ ਰਿਓਡੀ ਕਲਚਰ ਹੈ ਉਹ ਰਿਓਡੀ ਕਲਚਰ ਇਹਨਾਂ ਨੂੰ ਫਾਇਦਾ ਦਿੰਦਾ ਪਿਆ ਇਹ ਪ੍ਰੋਡਕਟ ਨੇ ਰਿਓਡੀ ਕਲਚਰ ਦੀ وہی ਪ੍ਰੋਡਕਟ ਹੈ ਤੇ ਫਿਰ ਆਮ ਜਨਤਾ ਨੂੰ ਕਿੰਨਾ ਕਿ ਨਿਚੋੜ ਲੋਗੇ ਤੁਸੀਂ ਤੁਸੀਂ 2015 ਤੋਂ ਲੈ ਕੇ ਇਹਦਰ ਨੂੰ ਆਵਨੋਂ ਉੱਪਰ ਨੂੰ ਆਖਦੇ ਹੋ ਯਾ ਤਾਂ ਬਾਈ ਤੱਕ ਦੇਖੋ ਕਿੰਨੇ ਜਿਹੜੇ ਅਰਪਤੀ ਬਣ ਗਿਆ ਔਰ ਉਹਦੇ ਵਿੱਚ ਇੱਕ ਅੰਕੜਾ ਗਰੀਬੀ ਦਾ ਹੈਗਾ ਗਰੀਬੀ ਦਾ ਜਿਹੜਾ ਜਿਹਦੇ ਵਿੱਚ ਹੈਗੀ ਹੈ ਜਿੱਥੇ ਲੋ ਪਾਵਰਟੀ ਵੀ ਹੈਗੀ ਹੈ ਜਿੱਥੇ ਗਰੀਬੀ ਰੇਖਾ ਤੋਂ ਵੀ ਲੋਕ ਹੈਗੇ ਆ ਉੜੀਸਾ ਬਿਹਾਰ ਮਧ ਪ੍ਰਦੇਸ਼ ਬਾਕੀ ਸਟੇਟਾਂ ਚਲੋ ਪੰਜਾਬ ਚ ਇਹ ਹੈ ਨਹੀਂ ਪੰਜਾਬ ਚ ਲੋ ਪਾਵਰਟੀ ਘਟਾ ਬਹੁਤ ਘਟਾ ਔਰ ਬਾਕੀ ਸੂਬਿਆਂ ਚ ਸਾਰਾ ਕੁਝ ਹੈਗਾ ਉਹ ਉਹ ਕੌਣ ਕਰ ਰਿਹਾ ਉਹ ਵੀ ਸਰਕਾਰ ਵੱਨ ਨਹੀਂ ਆ ਰਿਹਾ ਜਦੋਂ ਉਹਨਾਂ ਨੂੰ ਸਹੂਲਤ ਨਹੀਂ ਦੇਣੀ ਰੋਟੀ ਨਹੀਂ ਦੇਣੀ ਕੰਮ ਨਹੀਂ ਦੇਣਾ ਸਾਰਾ ਕੁਝ ਹੋਊਗਾ ਸਿੱਧੀ ਸੱਚ ਦੀ ਗੱਲ ਹੈ ਜੇ ਆਪਾਂ ਸਿੱਧੀ ਸੱਚ ਦੇ ਪਾਸ਼ਾ ਚ ਬੋਲੀਏ ਜਿਹੜੇ ਦੇਸ਼ ਦੇ ਵਿੱਚ ਵੱਡੇ ਵੱਡੇ ਮਹਿਲ ਹੋਣਗੇ ਹੂੰ ਉਸ ਦੇਸ਼ ਦੇ ਵਿੱਚ ਝੁੱਗੀਆਂ ਝੌਂਪੜੀਆਂ ਜ਼ਰੂਰ ਹੋਣਗੀਆਂ ਢਾਰੇ ਵੀ ਹੋਣਗੇ ਉਹਦੇ ਚ ਝੁੱਗੀਆਂ ਵੀ ਆਉਣਗੀਆਂ ਝੌਂਪੜੀਆਂ ਵੀ ਹੋਣਗੀਆਂ ਕਿਉਂਕਿ ਪੈਸਾ ਉਧਰ ਚਲਾ ਗਿਆ ਮਹਿਲਾਂ ਵੱਲ ਤੇ ਉਹ ਜਿਹੜੇ ਮਕਾਨ ਸੀ ਉਹ ਝੁੱਗੀਆਂ ਝੌਂਪੜੀਆਂ ਬਣ ਗਏ ਇੱਕ ਮਕਾਨ ਮਹਿਲ ਬਣ ਗਏ ਸ਼ੁਰੂਆਤ ਤੇ ਮਕਾਨਾ ਤੋਂ ਹੀ ਹੋਈ ਨਿਉ ਢਾਰਿਆਂ ਤੋਂ ਬਣਿਆ ਨਾ ਉਟਾਰੇ ਜਿਹੜੇ ਆ ਜਾਂ ਝੁੱਗੀਆਂ ਵਾਲੇ ਉਹਨਾਂ ਦੇ ਟੈਕਸਾਂ ਤੋਂ ਬਣੇ ਉਹ ਗਰੀਬ ਹੋ ਗਏ ਉਹਨਾਂ ਤੋਂ ਛੱਤ ਕੋਈ ਨਹੀਂ ਹੈਗੀ ਉਹ ਉਸੇ ਤਰ੍ਹਾਂ ਦੀ ਛੱਤ ਬਣਾ ਕੇ ਸੌਂਦੇ ਆ ਔਰ ਜਿਹੜਾ ਉਹਦੇ ਵਿੱਚ ਮਜ਼ੇ ਲੈਂਦੇ ਆ ਉਹ ਵੱਡੇ ਜਿਹੜੇ ਮਹਿਲਾਂ ਵਾਲੇ ਆ ਔਟਾਰੀਆਂ ਵਾਲੇ ਉਹ ਬੈਠੇ ਹੈਰਾਨ ਹੁੰਦਾ ਕਈ ਵਾਰ ਨਿਊਜ਼ ਪੜ੍ਹ ਕੇ ਕਿ ਵਾਸ਼ਰੂਮ ਕਰੋੜਾ ਰੁਪਏ ਦੇ ਔਰ ਜਿਹੜੀਆਂ ਉੱਤੇ ਪੌਟਸ ਬਣੇ ਹੋਏ ਨੇ ਉਹਦੇ ਉੱਤੇ ਸੋਨੇ ਦਾ ਪਾਣੀ ਚੜਿਆ ਹੋਇਆ ਪੈਸੇ ਦੀ ਗੱਲ ਆ ਨਾ ਪੈਸਾ ਕਮਾਲ ਹੋ ਗਈ ਜਿਹਦਾ ਪੈਸਾ ਉਹਦੇ ਕੋਈ ਗੱਲ ਆ ਗੱਲਾਂ ਉਹਦੇ ਕੋਈ ਹੈਗੀਆਂ ਜਿਹੜਾ ਵਿਚਾਰਾ ਭੁੱਖਾ ਉਹਨੂੰ ਕਹੇ ਬਾਤ ਬਾਤ ਪਾਵਾਂ ਤੇ ਬਤੋਲੀ ਪਾਵਾਂ ਦਾ ਕੀ ਰੋਟੀ ਉਹ ਰੋਟੀ ਦਾ ਗੱਲ ਕਹੋਗੇ ਉਹਨੂੰ ਕਹਾਂ ਰੋਟੀ ਦਾ ਹੀ ਹੈ ਵਜਾਰਤ ਉਹਦਰੀ ਵਜਾਰਤ ਰੋਟੀ ਤੱਕ ਇੱਕ ਵੀਡੀਓ ਵਾਇਰਲ ਹੋਈ ਸੀ ਬਲਕਾਰ ਜੀ ਕਿ ਇੱਕ ਬੰਦੇ ਕੋਲ ਰੋਟੀ ਹੈ ਉਹਨੇ ਲਫਾਫੇ ਜੋ ਕੱਢੀ ਸੁੱਕੀ ਹੋਈ ਹੈ ਪਾਣੀ ਦੀ ਟੂਟੀ ਦੇ ਥੱਲੇ ਕਰਕੇ ਰੋਟੀ ਨੂੰ ਗਿੱਲਾ ਕੀਤਾ ਐਦਾਂ ਐਦਾਂ ਫਿਰ ਉਸ ਰੋਟੀ ਨੂੰ ਖਾ ਰਿਹਾ ਹੂੰ ਇੱਕ ਇਹ ਹਾਲਾਤ ਨੇ ਇੱਕ ਤੁਸੀਂ ਵਾਸ਼ਰੂਮ ਦੇ ਵਿੱਚ ਪੋਟ ਦੇ ਉੱਤੇ ਸੋਨੇ ਦਾ ਪਾਣੀ ਚੜਾਇਆ ਹੋਇਆ ਇਹ ਤਾਂ ਹੈਗਾ ਕੀ ਹੈ ਇਹ ਇਹ ਪੜਾਵਾ ਹੈ ਤੇ ਚਪੜਾ ਰਹਿਣਾ ਵੀ ਆ ਮੈਂ ਤੁਹਾਨੂੰ ਦੱਸਦਾ ਮੈਂ ਆਪ ਅੱਖਾਂ ਨਾਲ ਵੇਖਿਆ ਜਿੱਥੇ ਇਹ ਗੰਦਾ ਨਾਲਾ ਲੁਧਿਆਣੇ ਵਾਲਾ ਨਾ ਉੱਥੇ ਇੱਕ ਗੰਦੇ ਨਾਲੇ ਤੇ ਲੋਕਾਂ ਦਾ ਟੱਪਰੀਆਂ ਸੀਗੇ ਅਸੀਂ ਕੋਈ ਫਿਲਮ ਬਣਾ ਰਹੇ ਸੀਗੇ ਜਦੋਂ ਮੈਂ ਵੇਖਿਆ ਉਹਦੇ ਵਿੱਚ ਉਹਨਾਂ ਨੇ ਆਟਾ ਮੱਕੀ ਦਾ ਗੁੰਨੇ ਆ ਮੱਕੀ ਦੇ ਆਟੇ 'ਚ ਪਾਣੀ ਪਾਇਆ ਮੈਂ ਕਿਹਾ ਇਹ ਰੋਟੀਆਂ ਬਣਾਉਣਗੇ ਆਟਾ ਕੱਲਾ ਹੀ ਖਾ ਰਹੇ ਸੀ ਲੋਕ ਭੁੱਖ ਔਰ ਢਿੱਡ ਨੂੰ ਚੁਲਸਣ ਲਈ ਰੋਟੀ ਦੀ ਜ਼ਰੂਰਤ ਤਾਂ ਜਿਹੜੀ ਹੈਗੀ ਆ ਉਹਨਾਂ ਨੇ ਆਪਣਾ ਭੁੱਖ ਦੂਰ ਕਰਨ ਲਈ ਇਹ ਕੰਮ ਸੀਗਾ ਔਰ ਇਹ ਹਿੰਦੁਸਤਾਨਾ ਇਹ ਲੋਕ ਨੇ ਸਾਡੇ ਔਰ ਪੰਜਾਬ ਦੀ ਧਰਤੀ ਤੇ ਮੈਂ ਵੇਖਿਆ ਕੰਮ ਔਰ ਬਾਰਾਂਵਾਂ ਆਈ ਸੀ ਮਾਈਗਰੇਟਰੀ ਲੇਬਰ ਆਟਾ ਨਹੀਂ ਪੋਇਨਨ ਅਗਨੀ ਜਿੱਤ ਨੂੰ ਪਕਾਉਣੀ ਉਹ ਨਹੀਂ ਹੋਈ ਉਹਦੇ ਚ ਤਵਾ ਨਹੀਂ ਗਿਆ ਪ੍ਰਾਤ ਨਹੀਂ ਆਟਾ ਖਾਰੇ ਸੀ ਇਹ ਜ਼ਮਾਨਾ ਹੈ ਇਹ ਲੋਕਾਂ ਦੀ ਗੱਲ ਹੈ ਤੁਸੀਂ ਦੱਸ ਰਹੇ ਜੇ ਕਿ ਲਫਾਫੇ ਜੋ ਕੱਢ ਕੇ ਰੋਟੀ ਗਿਲੀ ਕਰਕੇ ਖਾਰੇ ਔਰ ਬੜੇ ਤਰ੍ਹਾਂ ਦੇ ਹੈਗੇ ਜਦੋਂ ਤੁਸੀਂ ਫੁੱਟਪਾਥ ਤੇ ਜਾਂਦੇ ਜੇ ਲੋਕ ਦੇਖੋ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਚਲੋ ਰੱਬਾ ਸਾਬ ਦਾ ਅੱਗੇ 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 ਵਧਿਏ ਆਪਾਂ ਜਰੂਰ ਸਾਬਕਾ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਪ੍ਰਕਾਸ਼ ਸਿੰਘ ਜੀ ਬਾਦਲ ਹੂੰ ਹੂੰ ਪੀਜੀਆਈ ਜੇ ਵਿੱਚ ਦਾਖਲ ਹੋਏ ਨੇ ਕਿਉਂਕਿ ਉਹਨਾਂ ਨੂੰ ਬੁਖਾਰ ਦੀ ਸ਼ਿਕਾਇਤ ਸੀ ਹਾਂ ਤੇ ਇਸ ਵਕਤ ਜ਼ਰੇ ਇਲਾਜ ਨੇ ਪੀਜੀਆਈ ਦੇ ਵਿੱਚ ਡਾਕਟਰਾਂ ਦੀ ਟੀਮ ਉਹਨਾਂ ਦੇ ਉੱਤੇ ਸਾਰੀ ਜਿੱਦਾਂ ਡਾਇਗਨੋਸ ਕਰਨਾ ਹੋਰ ਸਭ ਕੁਝ ਕਰਨਾ ਉਹ ਚੱਲਦਾ ਪਿਆ ਹਾਂ ਬਾਦਲ ਸਾਹਿਬ ਅੱਜ ਨਹੀਂ ਬਹੁਤ ਵਾਰੀ ਇਸ ਤਰ੍ਹਾਂ ਦਾ ਹੋ ਕੇ ਜਿਆਦਾ ਜਦੋਂ ਰੂਟੀਨ ਚੈੱਕਅਪ ਹੁੰਦਾ ਜਦੋਂ ਹੁੰਦਾ ਤਾਂ ਉਹ ਜਾਂਦੇ ਪੀਜੀਆਈ ਔਰ ਜੇ ਆ ਵੇਖਿਆ ਜਾਵੇ ਤੇ ਉਮਰ ਵੀ ਬਹੁਤ ਹੁਣ ਉਮਰ ਉਹਨਾਂ ਦੀ ਤਕਰੀਬਨ 90 ਤੋਂ ਉੱਪਰ ਚਲੇ ਗਏ ਔਰ ਉਹਨਾਂ ਦੇ ਸਾਥੀ ਜਿਹੜੇ ਆ ਉਹ ਕਈ ਤਾਂ ਸਾਥੀ ਤੁਰ ਗਏ ਔਰ ਕਈ ਸਾਥੀ ਇੱਕ ਦੋ ਹੋਣਗੇ ਜਿਹੜੇ ਹਰਿਆਣਾ ਚ ਨੇ ਉਹਨਾਂ ਦੇ ਕੋਈ ਪੁਰਾਣੇ ਸਾਥੀ ਰਾਜਨੀਤੀ ਨਾਲ ਸੰਬੰਧਤ ਔਰ ਬਾਕੀ ਜਿਹੜੇ ਸਾਥੀ ਉਹਨਾਂ ਦੇ ਕੋਈ ਆਰਮੀ ਚ ਜਾਂ ਕਿਤੇ ਪਾਸੇ ਕੋਈ ਮੈਡੀਕਲ ਲਾਈਨ ਚ ਨਹੀਂ ਰਿਹਾ ਕੋਈ ਵੀ ਔਰ ਇਹਨਾਂ ਦੀ ਸਿਹਤ ਬੜੀ ਅੱਛੀ ਰਹੀ ਹੈ ਔਰ ਇਹਨਾਂ ਨੇ ਰਾਜ ਕੇ ਰਾਜ ਕਮਾਇਆ ਔਰ ਉਹਦੇ ਵਿੱਚ ਇਹਨਾਂ ਨੇ ਬੜੇ ਕੰਮ ਕੀਤੇ ਵੀ ਪੰਜਾਬ ਚ ਔਰ ਇਦਾਂ ਦੀ ਪਾਰਟੀ ਤੁਸੀਂ ਦੱਸ ਰਹੇ ਜੇ 5 ਸਾਲ ਤੱਕ 25 ਸਾਲ ਰਾਜ ਕਰਨਾ ਬਹੁਤ ਵੱਡੀ ਗੱਲ ਹੈ ਕਿਉਂਕਿ ਦੇਸ਼ ਨੂੰ ਅਜੇ 75 ਸਾਲ ਹੀ ਹੋਏ ਆ ਅੱਧਾ ਸਮਾਂ ਤਾਂ ਬਾਦਲ ਸਾਹਿਬ ਨੇ ਰਾਜ ਕੀਤਾ ਪੰਜਾਬ ਤੇ ਔਰ ਉਸ ਟਾਈਮ ਤੇ ਰਾਜ ਕੀਤਾ ਜਿਸ ਟਾਈਮ ਤੇ ਪੰਜਾਬ ਖੁਸ਼ਹਾਲ ਵੀ ਰਿਹਾ ਪੰਜਾਬ ਹੇਠੋਂ ਤੇ ਵੀ ਆਉਂਦਾ ਰਿਹਾ ਔਰ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਾ ਜੀ ਜਿਜਲੇ ਬਰੋਧੀ ਨੇਤਾ ਨੇ ਉਹ ਖਾਸ ਤੌਰ ਤੇ ਕਾਂਗਰਸ ਦੇ ਨਾਲ ਨੇ ਪੁਰਾਣੇ ਨੇਤਾਵਾਂ ਦੇ ਵਿੱਚੋਂ ਔਰ ਪ੍ਰਤਾਪ ਸਿੰਘ ਕਹਿ ਰਿਹਾ ਪਹਿਲੇ ਮੁੱਖ ਮੰਤਰੀ ਰਹੇ ਆ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਨੇ ਬੜਾ ਵਿਕਾਸ ਕੀਤਾ ਔਰ ਉਦੋਂ ਬਾਅਦ ਜਿਹੜਾ ਨਾਂ ਜਾਣਿਆ ਜਾਂਦਾ ਪ੍ਰਤਾਪ ਸਿੰਘ ਕਹਿਰੋਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਜਾਣਿਆ ਜਾਂਦਾ ਲੰਬੀ ਏਰੀਆ ਨਾਲ ਦਾ ਪਿੰਡ ਦਾ ਹੈਗਾ ਔਰ ਇਹਨਾਂ ਦੇ ਵਿੱਚ ਇਹ ਗੱਲ ਰਹੀ ਕਿ ਇਹਨਾਂ ਨੇ ਇੱਕ ਗੱਲ ਰੱਖੀ ਕਿ ਜਿਹੜਾ ਪਿੰਡ ਦਾ ਪਛੋਕੜਾ ਉਹਦਾ ਨਾਂ ਹੀ ਲਿਖਿਆ ਜਾਊਗਾ ਆਪਣੀ ਸਬਕਾਸਤ ਨਹੀਂ ਲਿਖ ਜਿਓਗੇ ਇਹਨਾਂ ਨੇ ਇਸ ਤਰੀਕੇ ਦਾ ਇੱਕ ਬੜਾ ਵਧੀਆ ਰਿਵਾਇਤ ਚਲਾਈ ਹੈ ਬੜਾਇਆ ਜੀ ਰਿਵਾਇਤ ਔਰ ਰਈ ਵੀ ਆ ਗਈ ਹੈ ਜਿਹਦੇ ਵਿੱਚ ਸਾਰੇ ਜਿੰਨੇ ਇਹਨਾਂ ਦੇ ਲੀਡਰ ਨੇ ਜਾਂ ਜਿੰਨੇ ਦੇ ਮੰਤਰੀ ਰਹੇ ਆ ਉਹਦੇ ਵਿੱਚ ਸਾਰਾ ਕੁਝ ਰਿਹਾ ਕਿ ਇਹਨਾਂ ਦੇ بیٹے ਦਾ ਨਾਮ ਸ਼ਕੀਰ ਬਾਦਲ ਹੀ ਆ ਔਰ ਉਹ ਵੀ ਚੰਗਾ ਕੰਮ ਕਰ ਰਹੀ ਆ ਉਹਨਾ ਐਤ ਕੀ ਉਹਨਾਂ ਦੇ ਵਿੱਚੋਂ ਤੁਹਾਨੂੰ ਸੁਣਿਆ ਆਏਗਾ ਕਿ ਉਹਨਾਂ ਨੇ ਕਹਿਤਾ ਹੈ ਕਿ ਇੱਕ ਪਰਿਵਾਰ ਵਿੱਚੋਂ ਇੱਕ ਟਿਕਟ ਮਿਲੂਗੀ ਇੱਕ ਟਿਕਟ ਤੇ ਲੜਿਆ ਜਾਊਗਾ ਤੇ ਜਿਹੜਾ ਭਾਰਤੀ ਪ੍ਰਧਾਨ ਹੈ ਉਹ ਪ੍ਰਧਾਨ ਉਹਨੂੰ 10 ਸਾਲ ਕਰਤਾ ਉਹਨਾਂ ਨੇ ਉਹ ਡਬਲ ਕਰਤਾ ਉਹਨਾਂ ਨੇ ਉਹਨਾਂ ਨੇ ਇੱਕ ਗੱਫਾ ਪਹਿਲੂ ਦਾ ਵੱਡਾ ਲੈ ਲਿਆ ਨਾ ਕਿ ਉਹਨਾਂ ਦੀ ਕੋਰ ਕਮੇਟੀ ਵਿੱਚ ਜਿਹ ਚੂਦਾ ਸਾਹਿਬ ਸੀ ਕਿ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਜਿਹੜੀ ਆ ਇਸ ਵੇਲੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਚੋਣ ਤਾਈਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਵੇਖੀਆਂ ਵੀ ਪਰ ਇਹਨਾਂ ਨੇ ਉਦੇ ਵਿੱਚ ਕਹਤਾ ਪਹਿਨੋਂ ਤਨ ਦੀ ਪ੍ਰਧਾਨਗੀ ਤਾਂ ਨਾ ਨੂੰ ਦੇਣਾ ਪੈਣਾ ਸੀ ਸਿਫਾ ਜਾ ਰਹੇ ਸੀਗੇ ਪਰ ਸਾਰਿਆਂ ਨੇ ਨਾਲ ਬਲ ਕੇ ਉਹ ਗੱਲ ਮੰਨ ਲਈ ਮੰਨਣ ਤੋਂ ਬਾਅਦ ਹੁਣੇ 10 ਸਾਲ ਰਹਿਣਗੇ ਔਰ ਪਾਰਟੀ ਦੀ ਟਿਕਟ ਜਿਹੜੀ ਆ ਉਹ ਉਦਾਂ ਨਹੀਂ ਵੰਡੀ ਜਾਊਗੀ ਇੱਕ ਟਿਕਟ ਇੱਕ ਹੀ ਪਰਿਵਾਰ ਨੂੰ ਦਿੱਤੀ ਜਾਊਗੀ ਦੂਜਾ ਐਮਐਲਏ ਨੇ ਆਪ ਕਿਹਾ ਉਹ ਐਮਐਲਏ ਜਿਹੜੇ ਰੁਕਦੇ ਸੀ ਜਿਨ੍ਹਾਂ ਨੂੰ ਅਸੀਂ ਹਲਕਾ ਦੇ ਇਨਚਾਰਜ ਬਣਾਉਂਦੇ ਸੀ ਉਹ ਵਿੱਚੋਂ ਆਪਣੀਆਂ ਟਿਕਟਾਂ ਆਪਣੇ ਸਾਰੇ ਫਾਇਦੇ ਆਪਣਾ ਸਾਰਾ ਕੁਝ ਕਰ ਜਾਂਦੇ ਸੀ ਡਿਵੀਜ਼ਨ ਵਿਅਕਤੀਗਤ ਤੌਰ ਤੇ ਕਰਦੇ ਸੀ ਹੁਣੇ ਉਹਤੇ ਵੀ ਰੋਕ ਲਾਉਂਗੇ ਕਈ ਚੀਜ਼ਾਂ ਨੇ ਚੰਗੀਆਂ ਲਈਆਂ ਪਰ ਪਾਰਟੀ ਬੜੀ ਪੁਰਾਣੀ ਪਾਰਟੀ ਹੈ ਔਰ ਪਾਰਟੀ ਜਿਹੜੀ ਆ ਇੱਥੇ ਬੜੇ ਤਰੀਕੇ ਨਾਲ ਔਰ ਇਹਨਾਂ ਦਾ ਚੋਣ ਨਿਸ਼ਾਨ ਵੀ ਬੜਾ ਅੱਛਾ ਸੀਗਾ ਜਿਸ ਚ ਬਾਬੇ ਨਾਨਕ ਦੀ 13-13 ਦਾ ਤਕੜੀ ਸੀਗੀ ਔਰ ਬੜੇ ਲੋਕ ਇਹਨਾਂ ਨਾਲ ਸਾਇਲੈਂਟ ਵੋਟ ਵੀ ਪਿੰਡਾਂ ਚ ਪਾਉ ਸੀ ਪਰ ਇੱਕ ਗੱਲ ਇਹ ਹੈ ਕਿ ਬਾਦਲ ਵੱਡੇ ਬਾਦਲ ਸਾਹਿਬ ਜਿਹੜੀਆਂ ਆਖਰੀ ਚੋਣਾਂ ਹਾਰ ਗਏ ਨੇ ਨਾ ਕਹਿੰਦੇ ਸੀ ਆਖਰੀ ਵਾਰ ਮੈਂ ਫੇਰ ਲੜ ਕੇ ਦੇਖਦਾ ਪਾਰਟੀ ਵੱਲੋਂ ਹੁਕਮ ਹੋਇਆ ਇਹ ਹਾਰ ਗਏ ਨੇ ਇਹਦੇ ਵਿੱਚ ਇਹ ਅਫਸੋਸ ਵਾਲੀ ਗੱਲ ਹੈ ਸਤਕਾਰ ਨਾਲ ਨਹੀਂ ਲੋਕਾਂ ਨੇ ਇਹਨਾਂ ਨੂੰ ਨਜਿੱਠਿਆ ਔਰ ਇਹਨਾਂ ਨੂੰ ਚਾਹੀਦਾ ਨਹੀਂ ਸੀਗਾ ਕੁਕੇ ਨਾਂ ਨੇ ਅਗੇ ਸਾਰੀਆਂ ਇਲੈਕਸ਼ਨਲ ਜਿੱਤੀਆਂ ਔਰ ਸਤਕਾਰ ਕੀਤਾ ਲੋਕਾਂ ਨੇ ਪਰ ਐਤਕੀ ਜਿਹੜਾ ਲੋਕ ਇਹਨਾਂ ਤੋਂ ਦੂਰ ਚਲੇ ਗਏ ਔਰ ਇਹ ਵੀ ਲੋਕਾਂ ਤੋਂ ਦੂਰ ਚਲੇ ਗਏ ਇਹਨਾਂ ਦਾ ਸੰਗਤ ਦਰਸ਼ਨ ਉਹਨੂੰ ਬਹੁਤ ਪਿਆਰ ਕਰਦੇ ਸੀ ਲੋਕਾਂ ਨੂੰ ਮਿਲਦੇ ਸੀ ਜਦੋਂ ਉਹਨਾਂ ਨੇ ਲੋਕਾਂ ਨੇ ਕਿਹਾ ਨਾ ਹਰਨ ਬਾਰੇ ਕਹਿੰਦੇ ਤੇ ਹੋਣਾ ਹੀ ਸੀ ਹਾਂ ਮਤਲਬ ਉਹਨੂੰ ਪਤਾ ਸੀ ਅਦਾਸਾ ਸੀ ਸਿਆਣੇ ਆ ਬੜੇ ਸੂਝਵਾਨ ਜੀ ਅੱਪਾ ਗਏ ਵਧਦੀ ਹੈ ਹੁਣ ਹਾਂ ਈਡੀ ਦੇ ਡਾਇਰੈਕਟਰ ਦੇ ਕਾਰਜਕਾਲ ਵਿੱਚ ਜਿਹੜਾ ਵਾਅਦਾ ਕੀਤਾ ਹੂੰ ਉਹਦੇ ਖਿਲਾਫ ਪਟੀਸ਼ਨ ਤੇ ਸੁਣਵਾਈ ਹੋਣੀ ਹੈ ਕਿਉਂਕਿ ਪਹਿਲਾਂ ਵੀ ਇਹ ਗੱਲ ਉੱਠੀ ਸੀ ਕਿ ਕੇਂਦਰ ਸਰਕਾਰ ਵੱਲੋਂ ਜੋ ਤੁਹਾਡੇ ਚੀਫ ਨੇ ਉਹਨਾਂ ਦੇ ਕਾਰਜਕਾਲ ਦੇ ਵਿੱਚ 5 ਸਾਲ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਉਹ ਕਿਸ ਕਾਨੂੰਨ ਦੇ ਅਧਾਰ ਤੇ ਕਿਸ ਕਾਨੂੰਨ ਦੇ ਔਰ ਕਨਸਟੀਟਿਊਸ਼ਨ ਦੀ ਕਿਸ ਧਾਰਾ ਦੇ ਆਧਾਰ ਤੇ ਇਹ ਸਾਰੀਆਂ ਗੱਲਾਂ ਹੋਈਆਂ ਕਿ ਉਹ ਸਾਰਾ ਕੁਝ ਮੈਟਰ ਕਲੀਅਰ ਕਰੋ ਕਿ ਕਿਸ ਆਧਾਰ ਦੇ ਉੱਤੇ ਤੁਸੀਂ ਇਹ ਵਧਾਇਆ ਹੈ ਸੋ ਇਹ ਕੋਰਟ ਨੇ ਉਹ ਚੀਜ਼ਾਂ ਮੰਗੀਆਂ ਤੇ ਉਸੇ ਕੇਸ ਦੇ ਵਿੱਚ ਜਿਹੜੀ ਪਟੀਸ਼ਨਸ ਨੇ ਉਹਦੀ ਹੁਣ ਸੁਣਵਾਈ ਹੈ ਇਹ ਫੈਸਲਾ ਜਿਹੜੀ ਜਾਂਚ ਦਾਇਰ ਹੋਈਆਂ ਸੁਪਰੀਮ ਕੋਰਟ ਚ ਗਈਆਂ ਔਰ ਇਹਦੇ ਵਿੱਚ ਜਿਹੜੀ ਦੀ ਜਿਹੜੀ ਕਾਰਜਕਾਲ ਦੀ ਵਿਵਸਥਾ ਸੀ ਉਹ ਇਹਨਾਂ ਨੇ 10 ਸਾਲ ਡਬਲ ਕਰ ਦਿੱਤੀ ਜਿਸ ਤਰ੍ਹਾਂ ਹੁਣ ਆਪਾਂ ਸੁਖਵੀਰ ਬਾਦਲ ਦੀ ਗੱਲ ਕੀਤੀ ਸੀ ਸੇਮ ਉਹੀ ਗੱਲ ਹੈ ਕਿ ਉਹਦੇ ਵਿੱਚ ਵੀ ਇਹਨਾਂ ਨੇ ਕਾਰਜਕਾਲ ਬਿਲਕੁਲ ਡਬਲ ਕਰਨ ਦੀ ਜਿਹੜੀ ਆ ਉਹ ਗੱਲ ਸਕੀਮ ਬਣਾਈ ਔਰ ਇਹਦੇ ਵਿੱਚ ਜਦੋਂ ਇਹਨਾਂ ਨੇ ਕੇਂਦਰ ਵੱਲੋਂ ਇਹ ਬਿਲਕੁਲ ਅਨਾਉਂਸ ਹੋ ਗਿਆ ਨੋਟੀਫਿਕੇਸ਼ਨ ਵਿੱਚ ਹੋਣ ਵਾਲਾ ਸੀਗਾ ਸਾਰਾ ਖੁਸ਼ੀ ਦਾ ਪਰਬ ਦੇ ਵਿੱਚ ਜਿਹੜੇ ਲੋਕ ਪੜੇ ਲਿਖੇ ਨੇ ਜਿਹੜੇ ਕਾਨੂੰਨ ਨੂੰ ਜਾਣਦੇ ਨੇ ਕਾਨੂੰਨ ਦੇ ਗਿਆਤਾ ਨੇ ਉਹਨਾਂ ਨੇ ਇਹਦੇ ਵਿੱਚ ਸਾਰੀਆਂ ਜਾਚਾਂ ਪਾਤੀਆਂ ਪਟੀਸ਼ਨ ਦਾਇਰ ਕਰਤੀਆਂ ਜਿ ਸਰਜੇਵਾਲ ਨੇ ਕਾਂਗਰਸ ਦੇ ਨੇਤਾ ਉਹਨਾਂ ਨੇ ਕੀਤਾ ਔਰ ਉਹਦੇ ਵਿੱਚ ਬਾਕੀ ਵਿਰੋਧੀ ਪਾਰਟੀਆਂ ਦੇ ਲੋਕ ਵੀ ਨੇ ਪਰ ED ਦੀ ਜਿਹੜੀ ਪੋਸਟ ਹੈ ਬੜੀ ਅੱਛੀ ਤੇ ਵੱਡੀ ਪੋਸਟ ਹੈ ਜਿਹੜੀ ਇਨਕੁਆਰੀ ਕਰਦੀ ਹੈ ਔਰ ਇਹਦੇ ਵਿੱਚ ਖਾਸ ਤੌਰ ਤੇ ਉਹਨਾਂ ਲੋਕਾਂ ਦੀ ਇਨਕੁਆਰੀ ਹੋਈ ਹੈ ਜਿਨ੍ਹਾਂ ਤੇ ਦੋਸ਼ ਮੜੇ ਗਏ ਆ ਜਿਨ੍ਹਾਂ ਦੇ ਵਿੱਚ ਦੋਸ਼ ਪਾਏ ਵੀ ਗਏ ਆ ਕਈਆਂ ਕੋਲ ਦੋਸ਼ ਨਹੀਂ ਮਿਲੇ ਚਲੋ ਇਨਕੁਆਰੀ ਤਾਂ ਹੈ ਇਸ सीबीआई ਦੇ ਬਰਾਬਰ ਦੀ ਇੱਕ ਇਦਾਂ ਦੀ ਹੈਗੀ ਆ ਜਿਹਨੂੰ ਜਿਹਦੇ ਵਿੱਚ ਜਿਹੜੀ ਜਿਹੜੀ ਕਾਰਜ ਵਿਵਸਥਾ ਨੂੰ 10 ਸਾਲ ਕਰਨ ਦਾ ਇਹਨਾਂ ਨੇ ਬਣਾਇਆ ਸੀ ਮਨਸੂਬਾ ਪਰ ਹੁਣ ਦੇਖੋ ਅੱਜ ਸੁਣਵਾਈ ਆ ਹੁਣ ਫੈਸਲਾ ਕੀ ਕਰਦੀ ਸੁਪਰੀਮ ਕੋਰਟ ਉਹਦੇ ਚੀਫ ਜਸਟਿਸ ਜਿਹੜੇ ਉਹਨਾਂ ਦੇ ਨੌਲੇਜ ਹੈਗੀ ਇਹ ਗੱਲ ਹੁਣ ਦੇਖੋ ਜੇ ਤਾਂ ਉਹ ਸਰਕਾਰ ਦੀ ਗੱਲ ਮੰਨ ਗਏ ਤਾਂ ਗੱਲ ਪੂਰੀ ਹੋ ਸਕਦੀ ਆ ਫਿਰ 10 ਦਾ 10 ਸਾਲ ਹੀ ਰਹੂਗਾ ਜੇ ਉਹਨਾਂ ਨੇ ਜਨਤਾ ਦੀ ਗੱਲ ਮੰਨੀ ਪਈ ਜੇ ਅਕੋਰਡਿੰਗ ਕਨਸਟੀਟਿਊਸ਼ਨ ਗੱਲ ਰਹੀ ਆ ਜਿਹਦੇ ਵਿੱਚ ਤਾਰਾ ਲੱਗ ਰੀਆਂ ਨੇ ਜੋ ਗੱਲ ਉੱਥੋਂ ਤੱਕ ਰਹੀ ਤੇ ਕਾਨੂੰਨ ਅਵਸਥਾ ਜੇ ਆਪਣੀ ਉਸ ਤਰੀਕੇ ਨਾਲ ਚੱਲਿਆ ਤੇ ਲੋਕਾਂ ਨੂੰ ਖੁਸ਼ ਕਰਨ ਦੀ ਗੱਲ ਕਰਨੀ ਪਈ ਤਾਂ ਫਿਰ ਠੀਕ ਆ ਕਿਉਂਕਿ ਇੱਕ ਜਾਜਕਾ ਨਹੀਂ ਜਾਜਕਾ ਵੋਟ ਨਹੀਂ ਔਰ ਹੋ ਸਕਦਾ ਜੇ ਹੁਣ ਇਹ ਰਹਿ ਗਈ ਤੇ ਲੋਕ ਫਿਰ ਦੁਬਾਰਾ ਪਾ ਦੇਣਗੇ ਕਿਉਂਕਿ ਕਾਨੂੰਨ ਦੇ ਵਿੱਚ ਇਹ ਨਹੀਂ ਰੋਕਿਆ ਜਾ ਸਕਦਾ ਨਾ ਬੋਲਣ ਤੋਂ ਨਾ ਜਾਜਕਾ ਤੋਂ ਨਾਤਨਾ ਲੋਕਾਂ ਨੂੰ ਵਿਰੋਧਤਾ ਕਰਨ ਤੋਂ ਕਿਤੇ ਨਾ ਕਿਤੇ ਬਲਕਾਰ ਜੀ ਭਾਰਤ ਦੇ ਲੋਕਾਂ ਨੂੰ ਇਹ ਗੱਲ ਮਹਿਸੂਸ ਹੋ ਰਹੀ ਹੈ ਜ਼ਰੂਰ ਕਿ ਜੋ ਹੋ ਰਿਹਾ ਹੈ ਉਹਦੇ ਵਿੱਚ ਕੁਝ ਅਜਿਹਾ ਹੈ ਜੋ ਗਲਤ ਹੋ ਰਿਹਾ ਹੈ ਜੋ ਨਹੀਂ ਹੋਣਾ ਚਾਹੀਦਾ ਪਰ ਹੋ ਰਿਹਾ ਹੈ ਇਹ ਭਾਰਤ ਦੇ ਲੋਕ ਮਹਿਸੂਸ ਕਰ ਰਹੇ ਨੇ ਜ਼ਰੂਰ ਇਸ ਕਰਕੇ ਚਾਹੇ ਦਬੀ ਦਬੀ ਆਵਾਜ਼ ਹੈ ਚਾਹੇ ਕਿਤੇ ਬੁਲੰਦ ਆਵਾਜ਼ ਵੀ ਹੈ ਜੋ ਜਿਹਦੀ ਕਪੈਸਿਟੀ ਹੈ ਉੰਜ ਜਿਹਦੇ ਕੋਲ ਕੋਈ ਤਾਕਤ ਹੀ ਨਹੀਂ ਉਹ ਦਬੀ ਆਵਾਜ਼ ਚ ਗੱਲ ਕਰੇਗਾ ਹੌਲੀ ਜੀ ਗੱਲ ਕਰ ਲੇਗਾ ਚਾਰ ਬੰਦਿਆਂ ਨੂੰ ਇੱਧਰ ਉੱਧਰ ਦੇਖ ਕੇ ਕਿ ਕੋਈ ਸੁਣਦਾ ਤਾਂ ਨਹੀਂ ਪਿਆ ਤਾਂ ਗੱਲ ਕਰ ਲੇਗਾ ਪਰ ਗੱਲ ਉਹੀੋ ਕਰੇਗਾ ਪਰ ਜਿਹੜੇ ਬੁਲੰਦ ਆਵਾਜ਼ ਚ ਗੱਲ ਕਰ ਸਕਦੇ ਨੇ ਪਾਰਲੀਮੈਂਟ ਚ ਗੱਲ ਕਰ ਸਕਦੇ ਨੇ ਪਬਲਿਕ ਸੇਵਾਵਾਂ ਚ ਗੱਲ ਕਰ ਸਕਦੇ ਨੇ ਪਬਲਿਕ ਦੇ ਵਿੱਚ ਮੀਡੀਆ ਦੇ ਵਿੱਚ ਗੱਲ ਕਰ ਸਕਦੇ ਨੇ ਉਹ ਇਹ ਗੱਲ ਜ਼ਰੂਰ ਉਜਾਗਰ ਕਰਦੇ ਨੇ ਉਹ ਐਕਸਪਰਟਸ ਗੱਲ ਜ਼ਰੂਰ ਕਰਦੇ ਨੇ ਕੁਝ ਦਾ ਕੁਝ ਅਜੀਹਾ ਹੋ ਰਿਹਾ ਜੋ ਲੋਕਤੰਤਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਜਿੰਨੀ ਹੋ ਰਿਹਾ ਜਿੰਨੀ ਪੜਤਾਲ ਕਰਨੀਆਂ ਇਨਕੁਆਇਰੀ ਕਰਨੀਆਂ ਏਜੰਸੀ ਹੁੰਦੀਆਂ ਨਾ ਉਸ ਵੇਲੇ ਜਿਹੜੇ ਮੌਕੇ ਦੀ ਹਕੂਮਤ ਆ ਉਹਦੀ ਦਖਲਅੰਦਾਜ਼ੀ ਨਾਲ ਚੱਲਦੀ ਆ ਜਿਸ ਤਰ੍ਹਾਂ ਉਹਨਾਂ ਦੀ ਜੋ ਗੱਲ ਕਹਿਣਗੇ ਉਹਨਾਂ ਨੂੰ ਮੰਨਣਾ ਪੈਂਦਾ ਸੀਬੀਆਈ ਹੋਈ ਈਡੀ ਹੋਣਗੇ ਜਿਹਦੇ ਚ ਤੁਹਾਨੂੰ ਪੰਜਾਬ ਪੁਲਿਸ ਜਾਂ ਬਾਕੀ ਪੁਲਿਸ ਜਿਹੜੀਆਂ ਹੈਗੀਆਂ ਉਹਨਾਂ ਦੀ ਸੁਰੱਖਿਆ ਬਾਡੀਆਂ ਨੇ ਜਿਨ੍ਹਾਂ ਚ ਡਾਇਰੈਕਟਰ ਜਨਰਲ ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਨੂੰ ਜਿਹੜੀ ਮੌਕੇ ਦੀ ਹਕੂਮਤਾਂ ਦੀ ਗੱਲ ਮੰਨਣੀ ਪੈਂਦੀ ਆ ਕਰਦੇ ਵੀ ਆ ਔਰ ਦੇਖੋ ਵਿਜੀਲੈਂਸ ਨੇ ਕਿੰਨਾ ਕੁਝ ਕੀਤਾ ਪੰਜਾਬ ਚ ਕਿੰਨੇ ਮੰਤਰੀ ਕਿੰਨੇ ਸਾਬਕਾ ਮੰਤਰੀ ਫੜੇ ਆ ਨਾ ਹੁਣ ਔਰ ਬਕਾਇਦਾ ਤੌਰ ਤੇ ਜੁਡੀਸ਼ਰੀ ਨੇ ਦੱਸਿਆ ਕਿ ਇਹਨਾਂ ਕੋ ਆ ਇਹਨਾਂ ਦੇ ਦੋਸ਼ ਲੱਗੇ ਆ ਉਹ ਚ ਮੰਤਰੀ ਨੇ ਜਿਸ ਚ ਜੰਗਲਾਤ ਮੰਤਰੀ ਆ ਜਿਸ ਚ ਐਜੂਕੇਸ਼ਨ ਮੰਤਰੀ ਆ ਜਿਸ ਚ ਟੋਆਟ ਫੂਡ ਐਂਡ ਸਪਲਾਈ ਮੰਤਰੀ ਆ ਲਾਈਨਾਂ ਲੱਗੀਆਂ ਪਈਆਂ ਮੰਤਰੀਆਂ ਦੀ ਕੋਈ ਬਚਿਆ ਨਹੀਂਗਾ ਰਹਿੰਦੀ ਗੱਲ ਜਿਹੜੀ ਹੁਣ ਆ ਗਈ ਆ ਜਿਹਦੇ ਵਿੱਚ ਰਾਜਾ ਬੜਿੰਗ ਜੀ ਜਿਹੜੇ ਸੂਬਾ ਪ੍ਰਧਾਨ ਨੇ ਕਾਂਗਰਸ ਦੇ ਸੁਖਪਾਲ ਖਹਿਰਾ ਜੀ ਜਿਨ੍ਹਾਂ ਨੇ ਇੱਕ ਲੈਟਰ ਦਾ ਤੁਸੀਂ ਦੇਖਿਆ ਹੋਗਾ ਲੈਟਰ ਆ ਗਿਆ ਡਾਕੂਮੈਂਟਸ ਜਿਸ ਚ ਕੇਜਰੀਵਾਲ ਦੇ ਸਾਈਨ ਕਰਕੇ ਜਿਸ ਚ ਚੇਅਰਮੈਨੀ ਦਾ ਕੋਈ ਮਨਸੂਬ ਬਣਿਆ ਹੈਗਾ ਉਹ ਚ ਸਾਈਨ ਜਿਹੜੇ ਜਾਲੀ ਆ ਗਏ ਔਰ ਦੇਖੋ ਵਿਜੀਲੈਂਸ ਨੂੰ 1 ਮਿੰਟ ਚ ਫੜਦੀ ਸਾਰਾ ਕੁਝ ਉਦੋਂ ਦੂਸਰੇ ਜਦੋਂ ਆ ਗਈ ਪਾਰਟੀ ਬਦਲ ਗਈ ਉਦੋਂ ਇਹ ਇੱਥੇ ਅੰਦਰ ਹੋਣਗੇ ਤਾਂ ਬਾਹਰ ਹੋਣਗੇ ਇਹ ਚੀਜ਼ਾਂ ਇਹ ਹੁੰਦੀਆਂ ਪਾਰਟੀ ਦੀਆਂ ਉਹ ਪਾਵਰ ਉਦੋਂ ਜਿਨ੍ਹਾਂ ਕੋ ਵੱਡੀ ਕੁਰਸੀ ਹੈ ਤੱਕ ਤਾਂ ਉਹਨਾਂ ਕੋਲ ਉਹਨਾਂ ਦਾ ਆਦੇਸ਼ ਚੱਲਣਾ ਉਹਦੇ ਵਿੱਚ ਇਹ ਕਰਮਚਾਰੀ ਹੈ ਉਹਨਾਂ ਦੇ ਗੱਲ ਮੰਨਣਗੇ ਸਾਰਾ ਕੁਝ ਹੈਗਾ ਬੈਲੈਂਸ ਕਰਦੇ ਕਰਦੇ ਟਾਈਮ ਲੱਗ ਜਾਂਦਾ ਪਹਿਲਾਂ ਕਹਿ ਦਿੰਦੇ ਕਿ ਆਹ ਬੰਦਾ ਦੋਸ਼ੀ ਆ ਔਰ ਦੋਸ਼ ਮੜੇ ਜਾਂਦੇ ਆ ਬਾਕਾਇਦਾ ਤੌਰ ਤੇ ਉਦੋਂ ਡੈਮੋਕ੍ਰੇਸੀ ਉਦੋਂ ਜੁਡੀਸ਼ਰੀ ਉਦੋਂ ਸਾਰਾ ਇੱਕ ਪਾਤ ਹੁਲਦਾ ਇੱਕੋ ਪਾਤ ਹੁਲਦਾ ਬਿਲਕੁਲ ਜੀ ਠੀਕ ਹੈ ਇਹ ਤਾਂ ਹੁਣ ਸਮਾਂ ਦੱਸੇਗਾ ਜ਼ਰੂਰ ਕਿ ਕੀ ਹੁੰਦਾ ਹੈ ਤੇ ਕੀ ਨਹੀਂ ਹੁੰਦਾ ਹਾਂ ਸਮੇਂ ਨਾਲ ਕਹਿਣਾ ਹੀ ਕਹਿਣਾ ਸਮੇਂ ਨਾਲ ਤਾਂ ਹੈਗਾ ਸੋ ਹਰ ਥਿੰਗ ਇਸ ਦਾ ਜਵਾਬ ਸਮੇਂ ਦੀ ਕੋਖ ਵਿੱਚ ਹੈ ਸਮਾਂ ਜਵਾਬ ਦਿੰਦਾ ਹੈ ਹੂੰ ਅੱਗੇ ਆਪਾਂ ਵਧਦੇ ਹਾਂ ਜੀ ਕਿ ਵਿਰੋਧੀ ਧਿਰਾਂ ਆਪਸ ਦੇ ਵਿੱਚ ਗੱਠ ਜੋੜ ਕਰਦੀਆਂ ਪਈਆਂ ਤੇ ਭਾਜਪਾ ਨੂੰ ਖੌਫ ਹੋ ਗਿਆ ਭਾਰਤੀ ਜਨਤਾ ਪਾਰਟੀ ਨੂੰ ਕਿਉਂਕਿ ਆਪਾਂ ਇਹ ਸੁਣਦੇ ਹਾਂ ਕਿ ਵਿਰੋਧੀ ਧਿਰਾਂ ਦੇ ਵਿੱਚ ਬਲਕਿ ਪੂਰੇ ਭਾਰਤ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਨੇ ਕਿ ਇਕੱਠੇ ਹੋ ਜਾਓ ਹੂੰ ਕਿਉਂਕਿ ਅਸੀਂ ਭਾਜਪਾ ਦੇ ਵਿਰੋਧ ਦੇ ਵਿੱਚ ਮਜ਼ਬੂਤ ਹੋਣਾ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਪਾਜਬਾ ਇਸ ਚੀਜ਼ ਨੂੰ ਬੜੇ ਨਜ਼ਦੀਕੀੋਂ ਗੌਰ ਨਾਲ ਦੇਖਦੀ ਪਈਏ ਉਹਨੂੰ ਖੌਫ ਹੋ ਗਿਆ ਹੈ ਕਿ ਵਿਰੋਧੀ ਤਰ੍ਹਾਂ ਇਕੱਠੀਆਂ ਹੋ ਰਹੀਆਂ ਨੇ ਹੁਣ ਅੱਗੇ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਇਹ ਗੱਲ ਵਾਸਤੇ ਜਦੋਂ ਉੱઠી ਹੈ ਨਾ ਇਹ ਬਿਹਾਰ ਤੋਂ ਬਿਹਾਰ ਦਿਤੀਸ਼ ਕੁਮਾਰ ਜੀ ਉੱਥੇ ਨੇ ਮੁੱਖ ਮੰਤਰੀ ਦੁਆਰਾ ਉਹ ਟਿਕਿੰਗ ਸ਼ਹਿਰਮਨ ਸਾਊਥ ਇੰਡੀਆ ਤੋਂ ਵੀ ਗੱਲ ਹੋਈ ਸੀ ਹਾਂ ਉਹ ਸਾਊਥ ਉਹਨਾਂ ਦੀ ਜਿਹੜੀ ਸੌਚ ਚੁੱਕ ਸਮਾਗਮ ਹੋਇਆ ਔਰ ਉਹਦੇ ਵਿੱਚ ਦੂਸਰਾ ਧੜਾ ਉਹਨਾਂ ਦੇ ਨਾਲ ਲਾਲੂ ਜਾਦਵ ਦਾ ਹੈਗਾ ਪਰ ਉਹ ਦੋ ਧੜਿਆਂ ਨੇ ਮਿਲ ਕੇ ਆਪਣੀ ਜਿਹੜੀ ਬਣਾ ਕੇ ਸਾਰੀ ਵਜ਼ਾਰਤ ਉਹਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਦੁਬਾਰਾ ਬਣਿਆ ਔਰ ਉਹਦੇ ਵਿੱਚ ਖਦਸ਼ਾ ਭਾਜਪੀ ਨੂੰ ਹੋ ਗਿਆ ਭਾਜਪੀ ਨੇ ਫਿਰ ਵਿੱਚੋਂ ਕੁਝ ਉਹਨਾਂ ਦੇ ਆ ਮੈਲੇ ਸੀ ਉਹ ਤੋੜੇ ਵਿੱਚੋਂ ਤੋੜਪਨ ਜਦੋਂ ਹੋਈ ਔਰ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਇਹ ਤਾਂ ਗੱਲ ਬੜੀ ਖਰਾਬ ਹੈ ਇਹ ਸਰਕਾਰ ਵੀ ਹਿਲ ਸਕਦੀ ਹੈ ਸੈਂਟਰ 'ਚ ਵੀ ਬੜਾ ਕੁਝ ਹੋ ਸਕਦਾ ਉਹਨਾਂ ਨੇ ਇਹ ਕੀਤਾ ਕਿ ਬਾਕੀ ਪਾਰਟੀਆਂ ਇਕੱਠੀ ਕੀਤੀਆਂ ਜਿਹਦੇ 'ਚ ਜਿੱਦੇ ਚ ਮਤਾ ਬਹਨਰਜੀ ਦੀ ਪਾਰਟੀ ਹੈ ਜਿੱਦੇ ਚ ਉਹਨਾਂ ਦੀ ਖੁਦ ਆਪਣੀ ਪਾਰਟੀ ਹੈ ਜਿੱਦੇ ਚ origignal ਪਾਰਟੀਆਂ ਬਾਕੀ ਵੀ ਹੈਗੀਆਂ ਨੇ ਖੇਤਰੀ ਪਾਰਟੀਆਂ ਉਹ ਇਕੱਠੀਆਂ ਕਰ ਲਈ ਉਹਨਾਂ ਨੇ ਜੀ ਐਂਡ ਕੇ ਤੱਕ ਇਹ ਧਮਾਕਾ ਹੋਇਆ ਜਿੱਦੇ ਚ ਫਰੂਕ ਅਬਦੁੱਲਾ ਦੀ ਨੈਸ਼ਨਲ ਕਾਂਗਰਸ ਕਾਂਗਰਸ ਵੀ ਆ ਗਈ ਔਰ ਉਹਦੇ ਵਿੱਚ ਸਾਰੀਆਂ ਬਾਕੀ ਪਾਰਟੀਆਂ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਇਹ ਬਣਾ ਲਿਆ ਇਸ ਵੇਲੇ ਗੱਠ ਜੋੜ ਕਿ ਅਸੀਂ ਇਕੱਠੇ ਹੋ ਜਾਈਏ ਜੋ ਇਹਨਾਂ ਦੀਆਂ ਮਨਚਲੀਆਂ ਨੇ ਜਾਂ ਜੇ ਸਾਡੇ ਵਿਰੋਧਤਾ ਕਰ ਰਹੇ ਨੇ ਉਹਨਾਂ ਨੂੰ ਰੋਕਣ ਲਈ ਅਸੀਂ ਯੂਨਾਈਟ ਹੋ ਗਏ ਤੇ ਤਾਦਰ ਰੁਕਣਾ ਕੱਲੀ ਪਾਰਟੀ ਕੁਝ ਨਹੀਂ ਕਰ ਸਕਦੀ ਕਿਉਂਕਿ ਇਹ ਰੂਲਿੰਗ ਪਾਰਟੀ ਹੈ ਵੱਡੀ ਪਾਰਟੀ ਹੈ ਉਹਨਾਂ ਦਾ ਕਿਹਾ ਹਰ ਲਫ਼ਜ਼ ਜਿਹੜਾ ਕਾਨੂੰਨ ਬਣ ਜਾਂਦਾ ਉਹਨਾਂ ਨੇ ਕਿਹਾ ਕਿ ਇਹਨੂੰ ਰੋਕਣ ਲਈ ਅਸੀਂ ਇਕੱਠੇ ਹੋਈਏ ਹੁਣ ਇਹ ਲੱਗਦਾ ਕਿ ਇਕੱਠੀ ਹੋ ਰਿਹਾ ਜਿ ਚਰਾਲ ਗਾਂਧੀ ਜੀ ਵੀ ਬਹੁਤ ਐਸਲੇ ਪੂਰੇ ਆਪਣੇ ਪੂਰੀ ਜੋਸ਼ੋ ਖਰੋਸ਼ ਨਾਲ ਜੋਸ਼ੋ ਖਰੋਸ਼ ਨਾਲ ਤੇ ਪੂਰੀ ਸੂਝ ਨਾਲ ਅੱਗੇ ਵਧ ਰਹੇ ਹਨ ਔਰ ਉਹਦੇ ਵਿੱਚ ਉਹਦੇ ਮਦਰ ਵੀ ਸੋਨੀਆ ਗਾਂਧੀ ਵੀ ਆ ਉਕੇ ਨਾ ਨੇ ਇੱਕ ਵੱਡਾ ਪੈਨਥੜਾ ਬਣਾ ਲਿਆ ਕਿ ਅਸੀਂ ਜੇ ਇਕੱਠੇ ਹੋ ਜਾਾਂਗੇ ਤੇ ਬਚ ਜਾਾਂਗੇ ਨਹੀਂ ਤੇ ਅਗਲੀ ਸਰਕਾਰ ਫਿਰ ਬੀਜੇਪੀ ਦੀ ਹੋਊਗੀ ਔਰ ਇਸ ਕਰਕੇ ਹੋਊਗੀ ਕਿ ਇਹਨਾਂ ਨੇ ਕੰਮ ਵੀ ਕਰ ਦਿੱਤੇ ਆ ਲੋਕਾਂ ਨੂੰ ਖੁਸ਼ ਵੀ ਕੀਤਾ ਹੈਗਾ ਔਰ ਜੋ ਚੋਣ ਹੋਏਗੀ ਚੋਣ ਕਮਿਸ਼ਨਰ ਇਹਨਾਂ ਦੀ ਆਖੀ ਮੰਨਦੇ ਵੀ ਆ ਔਰ ਇਸ ਨਾਲ ਸਾਰਾ ਕੁਝ ਹੋਏਗਾ ਵੀ ਜੋ ਰੱਦ ਬਦਲ ਹੋਣੀ ਆ ਉਹ ਇਸ ਤਰ੍ਹਾਂ ਦੀ ਹੋ ਜੂ ਕਿ ਅਗਲੀ ਸਰਕਾਰ ਫਿਰ ਬੀਜੇਪੀ ਦੀ ਹੋਊਗੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਰਾਤ ਦਿਨ ਇੱਕ ਕਰ ਦਈਏ ਤਾਂ ਕਿ ਬਚਾਂਗੇ ਨੇ ਤੇ ਫਿਰ ਵਿਰੋਧੀ ਪਾਰਟੀ ਦੇ ਇਕੱਲੇ ਦੇ ਇਕੱਲੇ ਰਹਿ ਜਾਗੇ ਤੇ ਬਸ ਉੱਥੇ ਡਫਲੀ ਬੁਜਾਉਂਦੇ ਰਹਾਂਗੇ ਇਹਨਾਂ ਦੀ ਜਿਹੜੀ ਉੱਥੇ ਸਰੋਗਾਨ ਇੱਥੇ ਨਾਰੇਬਾਜੀ ਜੋ ਕੁਛ ਹੋਣਾ ਉਹ ਦਿੱਲੀ ਦੇ ਤਖਤੋਂ ਦੁਬਾਰਾ ਹੋਊਗੀ ਤੇ ਫਿਰ 5 ਸਾਲ ਕੱਟਣੇ ਪੈਣ ਇਹਨਾਂ ਨੂੰ ਬਸ ਮੈਂ ਸਾਰੀਆਂ ਗੱਲਾਂ ਵੀ ਸੁਣਦਾ ਸਾਰੀਆਂ ਗੱਲਾਂ ਪੜ੍ਹਦਾ ਵੀ ਹਾਂ ਦੇਖਦਾ ਵੀ ਹਾਂ ਮੈਂ ਇੱਕ ਗੱਲ ਸੋਚਦਾ ਰਹਿਣਾ ਭਾਰਤ ਦਾ ਕੀ ਬਣੂ ਭਾਰਤ ਦੇ ਲੋਕਾਂ ਦਾ ਕੀ ਬਣੂ ਭਾਰਤ ਦੇ ਲੋਕਾਂ ਦੇ ਜੀਵਨ ਦਾ ਕੀ ਬਣੂ ਫਿਊਚਰ ਦਾ ਕੀ ਬਣੂ ਆਉਣ ਵਾਲੀ ਪੀੜ੍ਹੀ ਦਾ ਕੀ ਬਣੂ ਬਜ਼ੁਰਗਾਂ ਦਾ ਕੀ ਬਣੂ ਬੱਚਿਆਂ ਦਾ ਕੀ ਬਣੂ ਔਰਤਾਂ ਦਾ ਕੀ ਬਣੂ ਭਾਰਤ ਦਾ ਭਵਿੱਖ ਕੀ ਬਣੂ ਉਹ ਗਰਦਾਸ ਮਾਨ ਦਾ ਗਾਣਾ ਹੈਗਾ ਨਾ ਕਿ ਕੀ ਬਣੂ ਦੁਨੀਆ ਦਾ ਸੱਚਾ ਪਾਤਸ਼ਾਹ ਵਾਹਿਗੁਰੂ ਜਾਨੇ ਉਹਨੇ ਬਸ ਵਾਹਿਗੁਰੂ ਤਾਂ ਚੱਲਦਾ ਵਾਹਿਗੁਰੂ ਵਾਹਿਗੁਰੂ ਹੀ ਹੈ ਉਹ ਤੇ ਛੱਡ ਦਿਓ ਬਾਕੀ ਬੰਦੇ ਦੇ ਵਾਸਤੇ ਕੋਈ ਨਹੀਂ ਹੈਗਾ ਬੰਦੇ ਦੇ ਵਾਸਤੇ ਵੋਟ ਪਾਉਣਾ ਹੁੰਦਾ ਇੱਕ ਵਾਰੀ ਵੋਟ ਪਾ ਕੇ ਜੇ ਭੁੱਲ ਗਿਆ ਤੇ 5 ਸਾਲ ਫਿਰ ਵਸ ਜੋ ਹੁਣਾ ਦੇਖੋ ਨਾ ਵੋਟ ਦੀ ਗੱਲ ਤੁਸੀਂ ਕੀਤੀ ਹੈ ਤੇ ਬ੍ਰਿਟਾਨੀਆ ਦੀਆਂ ਵੋਟਾਂ ਦਾ ਹੁਣ ਨਤੀਜਾ ਆਉਣਾ ਹੈ ਬਿਲਕੁਲ ਆਇਆ ਜਿਹੜੇ ਪ੍ਰਧਾਨ ਮੰਤਰੀ ਕੌਣ ਬਣਦੇ ਨੇ ਹਾਂ ਹੈ ਨਾ ਹਾਂ ਮੈਡਮ ਟਰਸ ਆਉਣਗੇ ਕਿ ਸਾਡੇ ਸੂਨਕ ਸਾਹਿਬ ਆਉਣਗੇ ਦੇਖੋ ਜੀ ਇਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਅਸਲ ਜਾ ਦੇਖ ਰਿਹਾ ਕਿ ਉਹਦਾ ਬਹੁਤ ਵੱਡੀ ਚੜ੍ਹਦੀ ਕਲਾ ਆ ਗਈ ਹੈ ਔਰ ਉਹਦੇ ਵਿੱਚ ਪੈਨੋ ਸੂਨਕ ਰਿਸ਼ੀ ਜੀ ਦਾ ਰੋਲਾ ਪੈ ਰਿਆ ਸੀ ਪਰ ਦੇਖੋ ਬਾਹਰੋਂ ਜਾ ਕੇ ਤੁਸੀਂ ਰਾਜ ਲੈਣਾ ਰਾਜ ਕਮਾਉਣਾ ਬੜਾ ਔਖਾ ਬਹੁਤ ਔਖਾ ਮਹਾਰਾਜਾ ਰਣਜੀਤ ਸਿੰਘ ਨੇ ਜੇ ਪਸ਼ਾਵਰ ਤੱਕ ਜੇ ਲਾਹੌਰ ਤੱਕ ਅੱਗੇ ਤੱਕ ਚਲੇ ਗਏ ਸੀਗੇ ਹੈਨਾ ਜਿੱਥੇ ਤੱਕ ਮੁਗਲਾਂ ਦਾ ਰਾਜ ਸੀਗਾ ਪਰ ਦੇਖੋ ਉੱਥੇ ਨਹੀਂ ਟਿਕੇ ਫਿਰ ਆਉਣਾ ਪਿਆ ਫਿਰ ਉਹਨਾਂ ਨੂੰ ਲਾਹੌਰ ਆਪਣੀ ਰਾਜਧਾਨੀ ਬਣਾਉਣੀ ਪਈ ਉੱਥੇ ਕਿਲੇ ਬਣਾ ਲਏ ਔਰ ਪੰਜਾਬ ਵਿੱਚ ਉਹਨਾਂ ਨੇ ਜਿਹੜੇ ਆ ਅੰਗਰੇਜ਼ ਅੰਗਰੇਜ਼ਾਂ ਨੂੰ ਬਾਅਦ ਚ ਵੜਨ ਦਿੱਤਾ ਪਹਿਲ ਨੂੰ ਡਾਂਗ ਛੋਟਾ ਉਹਨਾਂ ਨੂੰ ਕੀਤਾ ਪਹਿਲ ਨੂੰ ਉਹਨਾਂ ਨਾਲ ਸੰਧੀ ਹੋ ਗਈ ਕਿ ਤੁਸੀਂ ਇਹ ਪੰਜਾਬ ਵਾਲਨਾ ਖਤਰੇ ਪਰ ਪੰਜਾਬ ਦਾ ਜਿਹੜਾ ਨਕਸ਼ਾ ਲਾਲ ਨਹੀਂ ਹੋਊਗਾ ਪਰ ਹੁਣ ਦੇਖੋ ਉਹ ਸੂਨਕ ਜੀ ਉੱਥੇ ਬੈਠੇ ਨੇ ਇੰਗਲੈਂਡ ਪਰ ਜਿਹੜੇ ਹੈਗੇ ਨੇ ਟਰਸਟ ਉਹ ਤੋਂ ਉਥੋਂ ਦੇ ਵਸਨੀਕ ਨੇ ਉਹ ਰੋਤਨ ਦੇ ਮੰਤਰੀ ਵੀ ਰਹੇ ਆ ਔਰ ਸਾਰਾ ਕੁਝ ਉਹ ਜਾਣਦੇ ਵੀ ਹੇ ਇਹਨਾਂ ਨੇ ਤਾਂ ਵੈਸੇ ਉੱਥੇ ਸਹੂਲਤਾਂ ਵੀ ਲਾਗੂ ਕਰ ਲਈਆ ਆ ਜਿਹੜੀ ਬਿਜਲੀ ਦੀ ਪੰਜਾਬ ਚੱਲ ਰਹੀ ਆ ਨਾ ਉੱਥੇ ਵੀ ਚਲੇਗੀ ਬਿਲਕੁਲ ਉੱਥੇ ਵੀ ਕਿਹਾ ਕਿ ਤੰਦ ਕੇਜਰੀਵਾਲ ਸਾਹਿਬ ਤੋਂ ਕਾਫੀ ਪ੍ਰਭਾਵਿਤ ਪ੍ਰਭਾਵਿਤ ਹੋਏ ਵੇਖੋ ਇੰਗਲੈਂਡ ਚ ਵੀ ਗੱਲ ਚੱਲੀ ਗਈ ਆ ਅਸੀਂ ਇੰਗਲੈਂਡ ਨੂੰ ਫਾਲੋ ਕਰਦੇ ਸੀ ਪਹਿਲਾਂ ਪਰ ਹੁਣ ਪੰਜਾਬ ਨੂੰ ਇੰਗਲੈਂਡ ਫਾਲੋ ਕਰਦਾ ਦੇਖੋ ਉੱਥੇ ਇੱਕ ਸਹੂਲਤ ਚੱਲੀ ਗਈ ਆ ਪਰ ਜਿਹੜੀਆਂ ਸਹੂਲਤਾਂ ਦਾ ਜਿਹੜੀ ਬਾਕੀ ਫਰਿਸ਼ਤ ਹੈ ਜਾਂ ਲਿਸਟ ਆ ਉਹ ਟਰਸਟ ਨੇ ਨਹੀਂ ਗੱਲ ਕੀਤੀ ਉਹਨਾਂ ਨੇ ਚੁੱਪ ਕੀਤੀ ਉਹਨਾਂ ਨੇ ਆਪਣੇ ਪੰਜਾਬ ਤੋਂ ਹੀ ਨੇ ਉਹਨਾਂ ਦਾ ਜੋ ਪਿਛੋਕੜ ਹੈ ਸੁਨਕ ਸਾਹਿਬ ਦਾ ਦਾਦਾ ਜੀ ਚਲੇ ਗਏ ਸੀ ਅਫਰੀਕਾ ਫਿਰ ਉਸ ਤੋਂ ਬਾਅਦ ਆ ਗਏ ਬ੍ਰਿਟਾਨੀਆ ਜੀ ਇੰਗਲੈਂਡ ਦੇ ਵਿੱਚ ਫਿਰ ਉੱਥੇ ਹੀ ਉਹਨਾਂ ਦਾ ਜਨਮ ਹੁੰਦਾ ਹੈ ਹਮਮ ਔਰ ਇਨਫੋਸਿਸ ਦੇ ਜਿਹੜੇ ਉਦਯੋਪਤੀ ਨੇ ਉਹਨਾਂ ਦੀ ਬੇਟੀ ਨਾਲ ਸ਼ਾਦੀ ਹੁੰਦੀ ਹੈ ਇਹਨਾਂ ਦੀ ਤੇ ਇਹਨਾਂ ਦੀਆਂ ਦੋ ਬੇਟੀਆਂ ਨੇ ਹਾਂ ਸੋ ਉੱਥੇ ਹੀ ਪੜੇ ਲਿਖੇ ਲੰਡਨ ਸਕੂਲ ਆਫ ਕਾਮਰਸ ਤੋਂ ਵਿੱਤ ਮੰਤਰੀ ਰਹੇ ਫਿਰ ਜਦੋਂ ਜੌਨਸਨ ਸਾਹਮਣੇ ਡਿਜ਼ਾਈਨ ਕੀਤਾ ਉਸ ਤੋਂ ਪਹਿਲਾਂ ਫਿਰ ਇਹ ਇਹ ਵੀ ਫਿਰ ਇਹਨਾਂ ਨੇ ਵੀ ਰਿਜ਼ਾਈਨ ਇਹ ਸਾਰੀ ਗੱਲਾਂ ਸਾਹਮਣੇ ਆਈਆਂ ਤੇ ਜான்ਸਨ ਸਾਹਿਬ ਨੇ ਫਿਰ ਓਪਨਲੀ ਕਹਿ ਦਿੱਤਾ ਕਿ ਹੋਰ ਕਿਸੇ ਨੂੰ ਵੀ ਲੈ ਆਓ ਹੋਰ ਕਿਸੇ ਨੂੰ ਪ੍ਰਾਈਮ ਮਿਨਿਸਟਰ ਬਣਾ ਦਿਓ ਪਰ ਸੋਨਕ ਜੀ ਨੂੰ ਸਪੋਰਟ ਨਹੀਂ ਕਰਨਾ ਉਹ ਫਿਰ ওই ਗੱਲ ਆ ਜਾਏਗੀ ਨਾ ਰੇਸਿਜ਼ਮ ਦੀ ਗੱਲ ਆ ਜਾਏਗੀ ਕਿ ਉਹ ਬ੍ਰਿਟਿਸ਼ ਨਹੀਂ ਹੈਗੇ ਭਾਰਤੋਂ ਨੇ ਕਿਉਂਕਿ ਉਹ ਹਰ ਥਾਂ ਦੇ ਹੁੰਦਾ ਕਿ ਬਾਹਰ ਦਾ ਬੰਦਾ ਕਿਉਂ ਆਏਗਾ ਨਹੀਂ ਹੁੰਦਾ ਕੋਈ ਵੀ ਨਹੀਂ ਸੋ ਅੱਜ ਫੈਸਲਾ ਹੋ ਜਾਣਾ ਔਰ ਕਹਿੰਦੇ ਨੇ ਕਿ ਕੁਝ ਘੰਟੇ ਪਹਿਲਾਂ ਹੀ ਦੋਵਾਂ ਚੋ ਪਤਾ ਦੋਵਾਂ ਨੂੰ ਪਤਾ ਲੱਗ ਜਾਣਾ ਹੈ ٹرسٹ ਜੀ ਨੂੰ ਵੀ ਔਰ ਸਨਕ ਜੀ ਨੂੰ ਵੀ ਪਤਾ ਲੱਗ ਗਿਆ ਹੈ ਵੀ ਹੈ ਲੱਗਿਆ ਵੀ ਹੈ ਕੋਣ ਔਰ ਲੱਗਦਾ ਵੀ ਇਹ ਕਿ ਮੈਡਮ ٹرسٹ ਨਹੀਂ ਆਉਣਾ ਉਹ ਨਹੀਂ ਆਉਣਾ ਉਹ ਲੱਗ ਹੀ ਰਿਹਾ ਹੈ ਹਾਂ ਸੋ ਫਿਰ ਵੀ ਆਪਾਂ ਨਿਤਿ ਵਿਦਾਈ ਦੇ ਪਾਤਰ ਬਣਾਂਗੇ ਜੇ ਬਣ ਜਾਂਦੇ ਆ ਨਾ ਉਹ ਉਥੋਂ ਦੇ ਪ੍ਰਧਾਨ ਮੰਤਰੀ ਤੇ ਪੂਰਾ ਪੰਜਾਬ ਪੂਰਾ ਹਿੰਦੁਸਤਾਨ ਵੱਡੀ ਗੱਲ ਹੈ ਰੇਸ ਵਿੱਚ ਤਾਂ ਤੋੜੇ ਨੇ ਨਾ ਨਹੀਂ ਨਾਲੇ ਇਹ ਵੀ ਹੈਗਾ ਕਈ ਫਿਲਮਾਂ 'ਚ ਵੀ ਹੈਗਾ ਕਿ ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ ਅਸੀਂ ਕਿ ਉਹਨੇ ਉਹਨਾਂ ਤੇ ਰਾਜ ਕਰਦੇ ਬੜੀ ਪੰਜਾਬੀ ਫਿਲਮ ਹੈਗੀਆਂ ਦੇ ਵਿਚ بڑے ਪੰਜਾਬੀ ਇਹ ਗੱਲ ਕਹਿੰਦੇ ਆ ਉਹ ਚ ਅੰਗਰੇਜ਼ ਵੀ ਬਣ ਕੇ ਆਉਂਦੇ ਆ ਉਹਨਾਂ ਨੂੰ ਕਹਿੰਦੇ ਕਿ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੇ ਸਾਨੂੰ ਅੱਗੇ ਬੜਾ ਤਾਂ ਕੀਤਾ ਸੀਗਾ ਪਰ ਜੇ ਸਾਡੇ ਇਸ ਹੁਨਕੀ ਬਣ ਜਾਂਦੇ ਆ ਦੁਬਾਰਾ ਪ੍ਰਧਾਨ ਮੰਤਰੀ ਤੇ ਬੜੀ ਇਹ ਗਿਵਨ ਟੇਕ ਵਾਲੀ ਗੱਲ ਹੈ ਕਿ ਜੇ ਉਹਨਾਂ ਨੇ ਰਾਜ ਕੀਤਾ ਤਾਂ ਅਸੀਂ ਵੀ ਕਰਾਂਗੇ ਜੇ ਆਪਾਂ ਫਿਲਮੀ ਪਾਸੇ ਗੱਲ ਕਰੀਏ ਨਾ ਔਸਕਰ ਅਵਾਰਡ ਜੇ ਤੁਹ ਮਿਲਦਾ ਹੈ ਤਾਂ ਪੰਜ ਬੰਦੇ ਨਾਮਿਨੇਟ ਹੋਏ ਜਿੰਨਾ ਤਾਂ ਇੱਕ ਨਹੀਂ ਹੈ ਇੱਕ ਨਾਮਿਨੇਟ ਤਾਂ ਹੋਏ ਨਾ ਇਹਦੀ ਦੌੜ ਚ ਤੇ ਇਹਨਾਂ ਨੇ ਭਾਗ ਲਿਆ ਬੜੀ ਗੱਲ ਹੈ ਹਾਂ ਜਿੰਨਾ ਹਾਰ ਨਾਲ ਦੇ ਦੌੜ ਚ ਕਿੰਨੇ ਦਾ ਜਿੰਨਾ ਹੀ ਹੁੰਦਾ ਇੱਕ ਨੇ ਹਾਰ ਨਾ ਹੁੰਦਾ ਪਰ ਦੌੜੇ ਤਾਂ ਹੈਗੇ ਨਾ ਜਿਹਦਾ ਇੱਕ ਸਟੈਪ ਅੱਗੇ ਚਲੇ ਗਿਆ ਜਿਹਨੇ ਅੱਗੇ ਟੱਚ ਕਰ ਲਿਆ ਉਹ ਤਾਂ ਲੈ ਗਿਆ ਉਹ ਜੇਤੂ ਹੋ ਗਿਆ ਜਿਹੜਾ ਪਿੱਛੇ ਰਹਿ ਗਿਆ ਤਾਂ ਉਹ ਦੌੜ ਵਿੱਚ ਤੇ ਹਿੱਸਾ ਲਿਆ ਨਾ ਰੇਸ ਵਿੱਚ ਤੇ ਦੌੜੇ ਨੇ ਇਹ ਵੀ ਬੜੇ ਮਾਣ ਦੀ ਸੋ ਇਹ ਵੀ ਬੜੀ ਮ ਸੋ ਬਰਾਕ ਓਬਾਮਾ ਸਾਹਿਬ ਨੂੰ ਦਸਤਾਵੇਜ਼ੀ ਆਰ ਗ੍ਰੇਟ ਨੈਸ਼ਨਲ ਪਾਰਕਸ ਲਈ ਐਮੀ ਅਵਾਰਡ ਮਿਲਿਆ ਉਹਦੇ ਚ ਉਹਨਾਂ ਨੇ ਆਵਾਜ਼ ਦਿੱਤੀ ਹੈ ਉਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਐਮੀ ਅਵਾਰਡ ਮਿਲ ਚੁੱਕਾ ਹੈ ਆਪਣੀ ਬੁੱਕ ਤੇ ਵੀ ਉਹਨਾਂ ਨੂੰ ਅਵਾਰਡ ਮਿਲੇ ਨੇ ਉਹਨਾਂ ਦੀ ਵਾਈਫ ਨੂੰ ਵੀ ਅਵਾਰਡ ਮਿਲੇ ਨੇ ਹਾਂ ਸੋ ਇਹ ਦੂਸਰੇ ਰਾਸ਼ਟਰਪਤੀ ਨੇ ਜਿੰਨਾ ਨੂੰ ਐਮੀ ਅਵਾਰਡ ਮਿਲਿਆ ਇੱਕ ਰਾਸ਼ਟਰਪਤੀ ਨੂੰ 1956 ਚ ਮਿਲਿਆ ਸੀ ਉਹਨਾਂ ਦਾ ਨਾਮ ਮੈਨੂੰ ਚੇਤੇ ਨਹੀਂ ਆ ਰਿਹਾ ਹਾਂ ਕੋਈ ਗੱਲ ਨਹੀਂ ਬਰਾਕ Obama ਜੀ ਨੂੰ ਮਿਲ ਗਿਆ ਇਸ ਵਾਰ ਬਰਾਕ Obama ਜੀ ਨੂੰ ਮਿਲੇ ਹੋਰ ਬੜੀ ਵੱਡੀ ਗੱਲ ਹੈ ਕਿਉਂਕਿ ਇਹਨਾਂ ਨੇ ਵੈਸੇ ਕੰਮ ਵੀ ਬਾਤ ਕੀਤਾ ਪਹਿਲਾਂ ਵੀ ਦੋ ਟਰਮ ਜਿਹੜਾ ਅਮਰੀਕਾ ਦੇ ਰੇ ਪ੍ਰੈਜ਼ੀਡੈਂਟ ਪਰ ਇਹਨਾਂ ਦਾ ਕੰਮ ਬੋਲਦਾ ਜੋ ਕੁਝ ਕਰਦੇ ਆ ਪਰ ਇਹ ਜਿਹੜੇ ਇਹ ਆ ਕੰਮ ਕੀਤਾ ਇਹਨਾਂ ਨੇ ਇਹਨਾਂ ਦਾ ਲੜੀਵਾਰ ਹੈਗਾ ਉਹ ਜਿਹੜੀ ਦਸਤਾਵੇਜ਼ੀ ਹੈ ਜਿਹਦੇ ਚ ਇਹਨਾਂ ਦੀ ਵਾਇਸ ਗਈ ਹੈ ਉਹ ਆਵਾਜ਼ ਦਿੱਤੀ ਇਹਨਾਂ ਨੇ ਔਰ ਇਹਦੇ ਵਿੱਚ ਅੱਜ ਤੋਂ ਨਹੀਂ ਕਈ ਵਾਰੇ ਪਹਿਲਾਂ ਵੀ ਚੱਲਦਾ ਰਿਹਾ ਇਹਨਾਂ ਦਾ ਇਹਨਾਂ ਦੀ ਆਪਣੀ ਕੰਪਨੀ ਨੇ ਬਣਾਈ ਹੈ ਦਸਤਾਵੇਜ਼ੀ ਇਹਨਾਂ ਦੀ ਆਪਣੀ ਕੰਪਨੀ ਔਰ ਇਹਨਾਂ ਦੇ ਵਿੱਚ ਜਿਹੜੀ ਇੱਕ ਕ੍ਰੀਏਟਿਵ ਇੱਕ ਇਸ ਤਰ੍ਹਾਂ ਦਾ ਆਰਟ ਹੈਗਾ ਜਿਹੜਾ ਇਹਨਾਂ ਨੇ ਕੰਮ ਕਰਨਾ ਜਾਣਦੇ ਆ ਕਿਉਂਕਿ ਜਦੋਂ ਇਹਨਾਂ ਨੂੰ ਸੈਕੰਡ ਟਰੈਂਸ ਮਿਲੀ ਸੀ ਉਹਦੇ ਵਿੱਚ ਯੂਥ ਇਹਨਾਂ ਨਾਲ ਸਾਰੇ ਜੁੜ ਗਏ ਸੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਬੰਦੇ ਬੜੇ ਜਿਹੜੇ ਕੰਮ ਕਰਨ ਯੋਗ ਨੇ ਹੀ ਟੈਲੈਂਟਡ ਆ ਤੇ ਸੱਚੇ ਆ ਔਰ ਜੋ ਕੰਮ ਕਹਿੰਦੇ ਉਹ ਕਰ ਹੀ ਦਿੰਦੇ ਆ ਜੋ ਮੈਨੂੰ ਇੱਕ ਚੀਜ਼ ਦੀ ਬੜੀ ਖੁਸ਼ੀ ਹੈ ਕਿ ਬਾਬਾ ਮਾ ਸਾਹਿਬ ਵੀ ਸਾਡੇ ਵਕਨ ਮੀਡੀਆ ਨਾਲ ਹੀ ਜੁੜੇ ਹੋਏ ਨੇ ਮੀਡੀਆ ਨਾਲ ਆ ਵਾਕਿਆ ਵਾਕਿਆ ਕਿ ਵਾਇਸਓਵਰ ਤਾਂ ਇਹ ਵੀ ਕਰਦੇ ਮੀਡੀਆ ਤੇ ਜਾਂ ਆਪ ਸਕ੍ਰਿਪਟ ਲੈ ਕੇ ਆਪ ਹੀ ਡਾਕੂਮੈਂਟਰੀ ਤੇ ਬੋਲਦੇ ਆਪ ਹੀ ਕਰਦੇ ਇੱਕ ਪਹਿਲਾਂ ਵੀ ਮਾਨਯੋਗ ਇਹਨਾਂ ਦੇ ਰਾਸ਼ਟਰਪਤੀ ਰਹੇ ਨੇ ਅਮਰੀਕਾ ਦੇ ਰੀਗਨ ਸਾਹਿਬ ਉਹ ਵੀ ਰੀਗਨ ਵਾ ਐਕਟਰ ਰਹੇ ਨੇ ਹਾਂ ਸੋ ਠੀਕ ਹੈ ਆਰਟਿਸਟ ਵਰਡ ਤੋਂ ਵੀ ਉਹੀ ਹੈ ਹੋਣੇ ਚਾਹੀਦੇ ਨੇ ਸਾਨੂੰ ਨੇੜ ਤਾਂ ਇਸ ਕਰਕੇ ਹੋ ਗਿਆ ਕਿ ਵਾਇਸਓਵਰ ਕਰਦੇ ਨੇ ਦੀ ਆਵਾਜ਼ ਚ ਵੈਸੇ ਦਮ ਵੀ ਹੈਗਾ ਬੇਸ ਵੀ ਹੈਗਾ ਜਿਸ ਤਰ੍ਹਾਂ ਆਪਣੇ ਹਿੰਦੀ ਖਬਰਾਂ ਪੜ੍ਹਦੇ ਦੇਵਕੀ ਨੰਦਰਪਾਡੇ ਬੜੇ ਪੁਰਾਣੀ ਗੱਲ ਹੈਗੀ ਉਹਨਾਂ ਦਾ ਨਾਮ ਬੜਾ ਚੰਦਾ ਸੀਗਾ ਔਰ ਪੰਜਾਬੀ ਬੋਲਣ ਵਾਲੇ ਵੀ ਬਹੁਤ ਹੈਗੇ ਆ ਔਰ ਉਹਦੇ ਚ ਮੈਂ ਆਪ ਖੁਦ ਵਾਇਸਓਵ ਸਕ੍ਰਿਪਟ ਲਿਖਣਾ ਵੀ ਆਉਂਦਾ ਸੀ ਲਿਖ ਦਿੰਦਾ ਬੰਦਾ ਸੀ ਔਰ ਉਹਨਾਂ ਤੇ ਡਾਕੂਮੈਂਟਰੀ ਪੰਜਾਬ ਦੇ ਫੋਕ ਤੇ ਇਦਾਂ ਦੀ ਡਾਕੂਮੈਂਟਰੀ ਬਣਾਈਆਂ ਔਰ ਤੁਹਾਡੇ ਨਾਲ ਆਪਾਂ ਮੀਡੀਆ ਤੇ ਗੱਲਾਂ ਵੀ ਕਰਦੇ ਰਿਹਾ ਔਰ ਗੱਲਾਂ ਸਾਡੀਆਂ ਲੋਕ ਪਸੰਦ ਕਰਦੇ ਵੀ ਰਹੇ ਹੁਣ ਤਾਂ ਅਸੀਂ ਅੱਜ ਅਸੀਂ ਸਾਰੇ ਪੰਜਾਬ ਮਿਲ ਯੂਐਸਏ ਟੀਵੀ ਚੈਨਲ ਤੇ ਅਸੀਂ ਗੱਲ ਕਰ ਰਹੇ ਆਂ ਪਰ ਜਦੋਂ ਅਸੀਂ ਨੈਸ਼ਨਲ ਤੇ ਜਾਂ ਟੈਲੀਵਿਜ਼ਨ ਤੇ ਦੂਰਅੰਸ਼ ਤੇ ਗੱਲਾਂ ਕਰਦੇ ਸੀ ਉਹ ਡਾਕੂਮੈਂਟਰੀ ਸਾਨੂੰ ਅੱਜ ਬਰਾਕ ਹਵਾਮਾ ਦੀ ਇਸ ਅਜ਼ਾਦ ਨੂੰ ਦੁਬਾਰਾ ਸਰਜੀਤ ਕਰਦੀਆਂ ਕਿੰਨਾਂ ਨੇ ਵਾਕਈ ਉਹ ਕੰਮ ਕੀਤਾ ਇੱਕ ਵੱਡੀ ਪੋਸਟ ਧਵਾ ਕੇ ਔਰ ਇਸ ਤਰ੍ਹਾਂ ਦੇ ਕ੍ਰੀਏਟਿਵ ਕੰਮ ਨਾਲ ਇਦਾਂ ਦੀ ਸਿਰਜਣਾ ਕਰਨੀ ਔਰ ਅਵਾਰਡ ਲੈ ਲੈਣਾ ਹੈ ਨਾ ਉਹ ਬੜੀ ਵੱਡੀ ਗੱਲ ਹੈ ਔਰ ਦੇਖੋ ਇਹ ਵੇਲੇ ਨਹੀਂ ਕਰੀ ਪੈਂਦੇ ਕੰਮ ਕਰਦੇ ਸਹੀ ਗੱਲ ਹੈ ਵੇਲੇ ਬੈਣਾ ਵੀ ਨਹੀਂ ਚਾਹੀਦਾ ਬਲਕਿ ਅਸੀਂ ਸਾਰੇ ਮੀਡੀਆ ਦੇ ਲੋਕ ਜੋ ਪ੍ਰੈਜ਼েন্ট ਕਰਦੇ ਆ ਪ੍ਰੋਗਰਾਮ ਕਿਤੇ ਨਾ ਕਿਤੇ ਮੌਕੇ ਦੇ ਉੱਤੇ ਵੌਇਸ ਓਵਰਸ ਵੀ ਕਰਦੇ ਆ ਬਿਹਾਈਂਡ ਦਾ ਕੈਮਰਾ ਜਾ ਕੇ ਆਵਾਜ਼ ਵੀ ਦਿੰਦੇ ਆ ਸਭ ਕੁਝ ਹੈ ਕਿਉਂਕਿ ਇਹ ਮਿਕਸ ਹੈ ਇੱਕੋ ਹੀ ਘਟਨਾ ਹੈ ਜਿੱਦੇ ਵਕ ਵਕ ਰੂਪ ਨੇ ਵਕ ਵਕ ਪ੍ਰੈਜ਼ੈਂਟੇਸ਼ਨਸ ਨੇ ਵਕ ਵਕ ਐਕਸਪ੍ਰੈਸ਼ਨਸ ਨੇ ਗੱਲ ਤਾਂ ਸਿਨੇਮਾ ਦੀ ਹੋ ਰਹੀ ਹੈ ਸਿਨੇਮਾ ਪਰਾਕ ਉਹ ਅਮਨ ਸਾਹਿਬ ਵੀ ਇਸ ਚੀਜ਼ ਨਾਲ ਜੁੜੇ ਹੋਏ ਨੇ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਜ਼ਰੂਰ ਜ਼ਰੂਰ ਸੋ ਹੁਣ ਉਹਨਾਂ ਨੂੰ ਵਧਾਈ ਦੇਣੇ ਆ ਕਿ ਉਹਨਾਂ ਨੇ ਇਹ ਇਨਾਮ ਜਿੱਤਿਆ ਹਾਂ ਤੇ ਸਾਰੇ ਅਮਰੀਕਾ ਵਾਸੀਆਂ ਨੂੰ ਵੀ ਵਧਾਈ ਦੇਣੇ ਆ ਹਮ ਤੇ ਹੁਣ ਚੱਲਿਆ ਜਾਏ ਬਿਲਕੁਲ ਬਹੁਤ ਵਧੀਆ ਗੱਲਾਂ ਹੋਈਆਂ ਲੋਕਾਂ ਤੱਕ ਅਸੀਂ ਪਹੁੰਚੇ ਹਾਂ ਸਾਡੇ ਦਰਸ਼ਕਾਂ ਨੇ ਇਹ ਗੱਲਾਂ ਸੁਣੀਆਂ ਵੀਆਂ ਔਰ ਅਸੀਂ ਸਾਰੇ ਦਰਸ਼ਕਾਂ ਦਾ ਸਤਿਕਾਰ ਵੀ ਕਰਦੇ ਹਾਂ ਦਿਲੋਂ ਮੁਹੱਬਤ ਵੀ ਕਰਦੇ ਹਾਂ ਕਿ ਸਾਡੇ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਦੇਖਦੇ ਰਹਿਣ कुछ कहो अपने बस मैं यही अपने विचार इनबॉक्स करो जरूर चैनल सबसक्राइब करो सासे सासे काल काल जी